ਬੋਲਣਾ ਜੀ ਤੋਂ ਲਗਾਤਾਰ ਪ੍ਰੋਗਰਾਮ ਹੁਣ ਸ਼ੁਰੂ ਹੋ ਰਿਹਾ ਜੀ ਲੇਕਿਨ ਇਸ ਟਾਈਮ ਸਾਡੇ ਨਾਲ ਹਰ ਫਰਾਈਡੇ ਸਾਡੇ ਸਟੂਡੀਓ 'ਚ ਪਹੁੰਚਦੇ ਹਨ ਸ਼ਗੁਨ ਗੋਇਲ ਜੀ ਗੋਇਲ ਸਾਹਿਬ ਸਵਾਗਤ ਹੈ ਜੀ ਪ੍ਰੈਸ ਟੀਵੀ 'ਤੇ ਸਤਿ ਸ਼੍ਰੀ ਅਕਾਲ ਸਤਨਾਮ ਜੀ ਅਤੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਫਿਰ ਸਤਿ ਸ਼੍ਰੀ ਅਕਾਲ ਸੋ ਸ਼ਗੁਨ ਗੋਇਲ ਜੀ ਸਾਡੇ ਪਰਦੇਸੀ ਟੀਵੀ ਦੇ ਸਪੌਂਸਰ ਹੁਣ ਬਾਅਦ 'ਚੋਂ ਨੇ ਕਿਉਂਕਿ ਹੁਣ ਪਰਦੇਸੀ ਟੀਵੀ ਦਾ ਹਿੱਸਾ ਬਣ ਚੁੱਕੇ ਆ ਅਤੇ ਅਸੀਂ ਰੈਕਮੈਂਡ ਇਹਨਾਂ ਨੂੰ ਇਸ ਲਈ ਕਰਦੇ ਹਾਂ ਕਿ ਇਹਨਾਂ ਦੇ ਕਦੇ ਵੀ ਕਿਸੇ ਨੂੰ ਕੋਈ ਗਲਤ ਰਾਏ ਨਹੀਂ ਦੇਣੀ ਜਾਂ ਜਿਹਦੇ ਕੋਲ ਇਹ ਸੰਪਰਕ ਕਰਦੇ ਆ ਉਹਦੇ ਲਈ ਉਹ ਮੁੱਖ ਹੁੰਦਾ ਅਤੇ ਪੈਸਾ ਬਾਅਦ 'ਚ ਹੁੰਦਾ ਕਿਉਂਕਿ ਉਹਦੀਆਂ ਜਿਹੜੀਆਂ ਇੰਸ਼ੋਰੈਂਸਿਸ ਜਾਂ ਇਨਵੈਸਟਮੈਂਟ ਦੀਆਂ ਜਿੰਨੀਆਂ ਵੀ ਸੇਵਾਵਾਂ ਉਹ ਤੁਹਾਡੇ ਪਰਿਵਾਰ ਦੇ ਹਿਸਾਬ ਨਾਲ ਤੁਹਾਨੂੰ ਸਾਰਾ ਕੁਝ ਦੱਸਦੇ ਆ ਵੀ ਤੁਹਾਡੇ ਪਰਿਵਾਰ ਲਈ ਕਿਹੜੀ ਕਿਹੜੀ ਇਨਵੈਸਟਮੈਂਟ ਚੰਗੀ ਹੈ ਜਾਂ ਮਾੜੀ ਹੈ ਜਾਂ ਲੌਂਗ ਟਰਮ ਲਈ ਇਨਵੈਸਟਮੈਂਟ ਸਾਨੂੰ ਕਿਹੜੀ ਚੰਗੀ ਰਹਿੰਦੀ ਹੈ ਗੋਇਲ ਸਾਹਿਬ ਇੱਕ ਛੋਟਾ ਜਿਹਾ ਕੁਐਸਚਨ ਆ ਬਿਫੋਰ ਅਸੀਂ ਆਪਾਂ ਡਿਸੇਬਿਲਟੀ ਦੀ ਗੱਲ ਕਰੀਏ ਹਾਂਜੀ ਅੱਜ ਕੱਲ੍ਹ ਦੇ ਸਮੇਂ 'ਚ ਤੁਸੀਂ RESP RRSP ਭੁੱਲ ਜਾਓ ਹਾਂਜੀ ਉਹਨੂੰ ਥੋੜ੍ਹਾ ਜਿਹਾ ਪਾਸੇ ਰੱਖਦੇ ਹਾਂ ਇਨਵੈਸਟਮੈਂਟ ਕਿਉਂ ਜ਼ਰੂਰੀ ਹੈ ਦੇਖੋ ਸਤਨਾਮ ਜੀ ਇਨਵੈਸਟਮੈਂਟ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ ਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਫਿਊਚਰ ਵਿੱਚ ਪੈਸੇ ਆ ਹੀ ਜਾਣੇ ਓਕੇ ਠੀਕ ਹੈ ਇਸ ਤਰ੍ਹਾਂ ਨਹੀਂ ਹੁੰਦਾ ਇਨਵੈਸਟਮੈਂਟ ਕਰਨ ਦੀ ਲੋੜ ਉਦੋਂ ਕਿਉਂ ਪੈਂਦੀ ਹੈ ਇਨਵੈਸਟਮੈਂਟ ਇਸ ਕਾਇੰਡ ਆਫ ਏ ਪਲੈਨਿੰਗ ਕਿ ਅੱਜ ਤੋਂ ਬਾਅਦ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਜੋ ਮੈਂ ਕੁਝ ਖਰੀਦ ਸਕਾਂ ਜਾਂ ਮੈਂ ਆਪਣੀ ਜੀਵਨ ਜਿਹੜਾ ਹੈਗਾ ਬਤੀਤ ਕਰ ਸਕਾਂ ਆਰਾਮ ਨਾਲ ਹਾਂਜੀ ਠੀਕ ਹੈ ਹਾਂਜੀ ਅਦਰਵਾਈਜ਼ ਜੇ ਤੁਹਾਡੇ ਕੋਲ ਇੰਨੇ ਕੁ ਪੈਸੇ ਹੈਗੇ ਹੈ ਕਰੋੜਾਂ ਡਾਲਰ ਹੈਗੇ ਹੈ ਹੰਡਰਡਸ ਐਂਡ ਥਾਊਜ਼ੈਂਡ ਯੂ ਡੋਨਟ ਨੀਡ ਟੂ ਪਲਾਨ ਐਨੀਥਿੰਗ ਯੂ ਡੋਨਟ ਨੀਡ ਟੂ ਇਨਵੈਸਟ ਐਨੀਥਿੰਗ ਤੁਹਾਨੂੰ ਪਤਾ ਹੈ ਕਿ ਖੁੱਲਾ ਪੈਸਾ ਆ ਰਿਹਾ ਕੀ ਲੋੜ ਇਨਵੈਸਟ ਕਰਨ ਮੈਨੂੰ ਲੱਗਦਾ ਜੀ ਹਜੇ ਇਹਨਾਂ ਮੁਲਕਾਂ ਵਿੱਚ ਹੋ ਸਕਦਾ ਕਈ ਪਰਿਵਾਰ ਵੈਲ ਸੈਟਲ ਹੋਣ ਆਉਂਦੇ ਵੀ ਹੋਣਗੇ ਹੁੰਦੇ ਵੀ ਹੈ ਜੀ ਇਹਨਾਂ ਮੁਲਕਾਂ 'ਚ ਨਹੀਂ ਤੁਸੀਂ ਦੇਖੋ ਅੱਜ ਦੀ ਡੇਟ ਵਿੱਚ ਬਿਲ ਗੇਟਸ ਹਾਂਜੀ ਬੀਜ਼ੋਸ ਦੇ ਹੈਵ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਉਹਨਾਂ ਦੀ ਪਰਸਨਲ ਨੈੱਟ ਵਰਥ 90 ਬਿਲੀਅਨ ਡਾਲਰ 100 ਬਿਲੀਅਨ ਡਾਲਰ ਉਹਨਾਂ ਦੀ ਪਰਸਨਲ ਨੈੱਟ ਵਰਥ ਆਪਦੀ ਆ ਹਾਂਜੀ ਠੀਕ ਹੈ ਲੇਕਿਨ ਉਹ ਵੀ ਕੀ ਕਰਦੇ ਨੇ ਦੇ ਸਟਿਲ ਹੈਵ ਟੂ ਇਨਵੈਸਟ ਹਾਂਜੀ ਐਦਾਂ ਨਹੀਂ ਹੁੰਦਾ ਕਿ ਪੈਸਾ ਇੱਕ ਵਾਰ ਪਿਆ ਹੈ ਤੇ ਉਹ ਆਪਣੇ ਆਪ ਵਧੇ ਉਹ ਆਪਣੇ ਆਪ ਕਦੀ ਨਹੀਂ ਵਧਦਾ ਨਹੀਂ ਵਧ ਸਕਦਾ ਜਿਹੜੀ ਤੁਸੀਂ ਮੈਨੂੰ ਜੇ ਤੁਸੀਂ ਪੁੱਛੋ ਕਿ ਦੁਨੀਆ ਦੀ ਵਰਸਟ ਇਨਵੈਸਟਮੈਂਟ ਕੀ ਹੈ ਉਹ ਹੈ ਕੈਸ਼ ਕੈਸ਼ ਇਜ਼ ਯੋਰ ਵਰਸਟ ਇਨਵੈਸਟਮੈਂਟ ਹਾਂਜੀ ਜੇ ਤੁਹਾਡਾ 100 ਡਾਲਰ ਅੱਜ ਪਿਆ ਹੈ ਨਾ ਅੱਜ ਤੋਂ 10 ਸਾਲ ਬਾਅਦ ਉਹ 100 ਡਾਲਰ ਨਹੀਂ ਰਹਿਣਾ ਉਹ ਆਪਣੇ ਆਪ ਆਟੋਮੈਟਿਕਲੀ ਘਟ ਕੇ ਕਰੀਬਨ 70 ਡਾਲਰ ਬਿਲਕੁਲ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਗੱਲ ਉਹਨੂੰ ਵਧਾਉਣਾ ਪੈਣਾ ਉਹਨੂੰ ਇਨਵੈਸਟ ਕਰਨਾ ਪੈਣਾ ਤਾਂ ਕਿ ਐਟਲੀਸਟ ਉਹ 100 ਦਾ 100 ਰਹੇ ਜਾਂ 100 ਤੋਂ ਵੱਧ ਹੋ ਜਾਵੇ ਬਿਲਕੁਲ ਜੇ ਤੁਸੀਂ ਪਿਆ ਰਹਿਣ ਦਿੱਤਾ ਉਹ 100 ਦਾ 100 ਨਹੀਂ ਰਹਿਣਾ ਜਿਵੇਂ ਕਹਿੰਦੇ ਆ ਨਾ ਵੀ ਇੱਕ ਜਗ੍ਹਾ ਪਾਣੀ ਖੜਾ ਵਾ ਉਹ ਪਾਣੀ ਖੜਾ ਵੀ ਮੁਸਕ ਜਾਂਦਾ ਵਾ ਸੋ ਪਾਣੀ ਨੂੰ ਵੀ ਕਿਤੇ ਚੱਲਦਾ ਰੱਖਣਾ ਚਾਹੀਦਾ ਵਾ ਐਗਜ਼ੈਕਟਲੀ ਉਹ ਹੁੰਦਾ ਕਿਤੇ ਇਨਫਲੇਸ਼ਨ ਇਨਫਲੇ ਮਹਿੰਗਾਈ ਵਧਣੀ ਹੈ ਹਰ ਵੇਲੇ ਹਾਂਜੀ ਹਾਂਜੀ ਹਰ ਵੇਲੇ ਕੋਈ ਵੀ ਹਰ ਸਾਲ ਦਰ ਸਾਲ ਮਹਿੰਗਾਈ ਵਧਦੀ ਜਾਂਦੀ ਹੈ ਬਿਲਕੁਲ ਸਹੀ ਅੱਜ ਦੀ ਰੇਟ ਵਿੱਚ ਜੋ ਚੀਜ਼ ਤੁਸੀਂ ਮੇਰੇ ਖਿਆਲ 10 ਸਾਲ ਪਹਿਲਾਂ ਖਰੀਦਦੇ ਸੀਗੇ ਹਾਂਜੀ ਹਾਂਜੀ ਇਲੈਕਟ੍ਰੋਨਿਕਸ ਨੂੰ ਛੱਡ ਕੇ ਹਾਂਜੀ ਹਾਂਜੀ ਇਲੈਕਟ੍ਰੋਨਿਕਸ ਤਾਂ ਫਾਸਟ ਹੈ ਜੀ ਹਾਂਜੀ ਬਹੁਤ ਫਾਸਟ ਹੈ ਲੇਕਿਨ ਅੱਜ ਦੀ ਰੇਟ ਵਿੱਚ ਜੋ 10 ਸਾਲ ਪਹਿਲਾਂ ਜੋ ਚੀਜ਼ ਖਰੀਦਦੇ ਸੀਗੇ ਉਹ ਡੈਫੀਨਿਟਲੀ ਅੱਜ ਮਹਿੰਗੀ ਹੈ ਬਿਲਕੁਲ ਮਹਿੰਗੀ ਜੋ ਚੀਜ਼ ਤੁਸੀਂ ਅੱਜ 100 ਡਾਲਰ ਦੀ ਖਰੀਦਦੇ ਹੋ ਹੋ ਸਕਦਾ 10 ਸਾਲ ਬਾਅਦ ਉਹ 120 130 ਡਾਲਰ ਦੀ ਹੋਵੇ ਬਿਲਕੁਲ ਸਹੀ ਗੱਲ ਮਹਿੰਗਾਈ ਹਮੇਸ਼ਾ ਵੱਧਦੀ ਹੈ ਘਟਦੀ ਮੈਂ ਬਹੁਤ ਘੱਟ ਦੇਖੀ ਹੈ ਉਹ ਕਹਿੰਦੇ ਆ ਨਾ ਇੰਡੀਆ ਵਿੱਚ ਚੰਗੇ ਅੱਛੇ ਦਿਨ ਵੀ ਆਉਣਗੇ ਸੋ ਅੱਛੇ ਦਿਨ ਸਿਰਫ ਗੱਲਾਂ ਬਾਤਾਂ 'ਚ ਹੁੰਦੇ ਆ ਕਿਉਂਕਿ ਕਈ ਵਾਰ ਤਾਂ ਮੈਨੂੰ ਹੁਣ ਇੱਕ ਮੈਂ ਦੇਖੋ ਕਿਸੇ ਦੀ ਨੁਕਤਾਚੀਨੀ ਨਹੀਂ ਕਰਦਾ ਜੋ ਅਸਲੀਅਤ ਆ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਆ ਹੁਣ ਤਾਂ ਇੰਡੀਆ ਵਾਲੇ ਇਹ ਕਹਿਣ ਲੱਗੇ ਵੀ ਸਾਡੇ ਪੁਰਾਣੇ ਦਿਨ ਹੀ ਮੋੜ ਦਿਓ ਸਾਨੂੰ ਵਾਪਸ ਵੀ ਸਾਨੂੰ ਅੱਛੇ ਦਿਨ ਨਹੀਂ ਚਾਹੀਦੇ ਲੇਕਿਨ ਜਿਵੇਂ ਗੋਇਲ ਸਾਹਿਬ ਨੇ ਕਿਹਾ ਕਿ ਜਿਹੜੀ ਮਹਿੰਗਾਈ ਆ ਉਹ ਦਰ ਉਹਦੀ ਮਹਿੰਗਾਈ ਦੀ ਵੱਧਦੀ ਰਹਿੰਦੀ ਆ ਇਸ ਲਈ ਅਸੀਂ ਕੋਈ ਨਾ ਕੋਈ ਐਸਾ ਜੁਗਾੜ ਜਾਂ ਜਿਹਨੂੰ ਇਨਵੈਸਟਮੈਂਟ ਕਹਿੰਦੇ ਆ ਅਸੀਂ ਕਰਕੇ ਰੱਖੀਏ ਵੀ ਤੁਹਾਡੇ ਆਉਣ ਵਾਲੇ ਜਿਹੜੇ ਆ ਟਾਈਮ ਆ ਉਹਨੂੰ ਰੇਨੀ ਡੇ ਵੀ ਕਹਿ ਦਿੰਦੇ ਆ ਇਹ ਆਪਣੀ ਸਿਕਿਉਰਿਟੀ ਵਾਸਤੇ ਹੈਗਾ ਹਾਂਜੀ ਤੁਸੀਂ ਕਿਸੇ ਗੁਆਂਢੀਆਂ ਲਈ ਨਹੀਂ ਕਰਨਾ ਤੁਸੀਂ ਆਪਣੇ ਲਈ ਕਰਨਾ ਅੱਛਾ ਗੁਆਂਢੀ ਨੇ ਆਉਣਾ ਵੀ ਨਹੀਂਗਾ ਤੁਹਾਨੂੰ ਹਾਂ ਬਿਲਕੁਲ ਨਾ ਕਿਸੇ ਗੁਆਂਢੀ ਨੇ ਮਦਦ ਕਰਨ ਆਉਣਾ ਵੀ ਨਹੀਂਗਾ ਆਉਣਾ ਵੀ ਨਹੀਂ ਉਹ ਤੁਹਾਨੂੰ ਇਹ ਕਰਨਾ ਆ ਸਕਦਾ ਕਿ ਸਤਨਾਮ ਜੀ ਮੈਨੂੰ ਬਹੁਤ ਦੁੱਖ ਹੈ ਤੁਸੀਂ ਇਹ ਨਹੀਂ ਕਰ ਪਾ ਰਹੇ ਹਾਂਜੀ ਉਹ ਅੱਗੇ ਉਹ ਦੁੱਖ ਦੁਖੀ ਰਹਿ ਜਾਂਦਾ ਅੱਗੇ ਕੋਈ ਨਹੀਂ ਵੱਧਦਾ ਸੋ ਜੇ ਤੁਸੀਂ ਗੋਇਲ ਸਾਹਿਬ ਨਾਲ ਹਾਂਜੀ ਮੋਨੀਟਰੀਲੀ ਕੋਈ ਹੈਲਪ ਕਰ ਵੀ ਨਹੀਂ ਸਕਦਾ ਬਿਲਕੁਲ ਜੇ ਮੈਂ ਚਾਹਾਂ ਵੀ ਸਕੇ ਸਤਨਾਮ ਜੀ ਨੂੰ ਅੱਜ ਲੋੜ ਹੈਗੀ ਤੇ ਮੈਂ ਉਹਨਾਂ ਨੂੰ ਮੋਨੀਟਰੀਲੀ ਹੈਲਪ ਕਰ ਸਕਦਾ ਆਈ ਕੈਨ ਨਾਟ ਇਵਨ ਡੂ ਦੈਟ ਮੈਂ ਆਪਣੇ ਸਰਕਲ 'ਚ ਇੰਨਾ ਫਸਿਆ ਪਿਆ ਮੈਂ ਚਾਹ ਕੇ ਵੀ ਨਹੀਂ ਕਈ ਵਾਰ ਹੈਲਪ ਕਰ ਸਕਦਾ ਸੋ ਗੋਇਲ ਸਾਹਿਬ ਇਸ ਟਾਈਮ ਤਕਰੀਬਨ 1 ਘੰਟਾ ਸਟੂਡੀਓ ਵਿੱਚ ਆ ਇੰਸ਼ੋਰੈਂਸ ਇਨਵੈਸਟਮੈਂਟ ਦਾ ਕਿਸੇ ਕਿਸਮ ਦਾ ਕੋਈ ਕੁਐਸਚਨ ਹੈ ਤਾਂ ਰਾਈਟ ਵੇ ਤੁਸੀਂ ਕਾਲ ਕਰ ਸਕਦੇ ਹੋ ਦੇਖੋ ਕੋਈ ਅਸੀਂ ਚੀਜ਼ ਇੱਥੇ ਕਦੇ ਵੀ ਵੇਚਣੀ ਨਹੀਂ ਗੀ ਇਹ ਇਹਨਾਂ ਦਾ ਵੀ ਕਮਿਟਮੈਂਟ ਮੇਰੇ ਨਾਲ ਹੋਇਆ ਵਾ ਲੇਕਿਨ ਇਹਨਾਂ ਸੇਵਾਵਾਂ ਵੀ ਇੰਨੀਆਂ ਵਧੀਆ ਹਨ ਅਤੇ ਸਾਨੂੰ ਕਿਤੇ ਹੋਰ ਜਾਣ ਦੀ ਜੀ ਨਹੀਂ ਕਰਦਾ ਸੋ ਅਸੀਂ ਇਨਵੈਸਟਮੈਂਟ ਦੀ ਜੇ ਕੋਈ ਕੁਐਸਚਨ ਆ ਤਾਂ ਤੁਸੀਂ ਗੋਇਲ ਸਾਹਿਬ ਤੋਂ ਪੁੱਛ ਸਕਦੇ ਹੋ 647 9 13 13 ਇਸ ਟਾਈਮ
ਸਟੂਡੀਓ ਵਿੱਚ ਗੱਲਬਾਤ ਚੱਲ ਰਹੀ ਹੈ ਜੀ। ਗੋਇਲ ਸਾਹਿਬ ਸਤਨਾਮ ਜੀ, ਮੈਂ ਜਿਹੜੀ ਆਪਣੀ ਬ੍ਰੋਕਰੇਜ ਇਸ ਤਰ੍ਹਾਂ ਸੈੱਟ ਕੀਤੀ ਪਈ ਹੈ, ਬੀਵਰ ਫਾਈਨੈਂਸ਼ੀਅਲ ਜਿਹੜੀ ਸੈੱਟ ਕੀਤੀ ਹੈ ਉਹ ਮੈਂ ਇਸ ਤਰ੍ਹਾਂ ਸੈੱਟ ਕੀਤੀ ਹੈ ਕਿ ਐਜ਼ ਫਾਰ ਐਜ਼ ਪ੍ਰੋਡਕਟਸ ਆਰ ਕੰਸਰਨ, ਕੈਨੇਡਾ ਵਿੱਚ ਕਿਸੇ ਵੀ ਕੰਪਨੀ ਦਾ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਹੋਵੇ, ਆਈ ਹੈਵ ਐਕਸੈਸ ਟੂ ਦੈਟ। ਆਈ ਐਮ ਕੰਟਰੈਕਟਡ ਵਿਦ ਸਾਰੀ ਜਿੰਨੀ ਵੱਡੀ ਕੰਪਨੀਆਂ ਹੈ, ਸਨ ਲਾਈਫ, ਮੈਨਿਊ ਲਾਈਫ, ਕੈਨੇਡਾ ਲਾਈਫ, ਫੋਰੈਸਟਰਸ, ਇੰਡਸਟਰੀਅਲ ਅਲਾਇੰਸ, ਐਮਪਾਇਰ ਲਾਈਫ, ਐਕੁਟੇਬਲ, ਯੂ ਐਲ ਮਿਊਚੁਅਲ, ਬਲੂ ਕਰੋਸ, ਆਲਮੋਸਟ ਐਵਰੀ ਮੇਜਰ ਇੰਸ਼ੋਰੈਂਸ ਕੰਪਨੀ ਆਈ ਐਮ ਕੰਟਰੈਕਟਡ ਵਿਦ, ਐਂਡ ਦੇ ਹੈਵ ਵਨ ਆਫ ਦ ਬੈਸਟ ਇਨਵੈਸਟਮੈਂਟ। ਤਾਂ ਜਦੋਂ ਮੈਂ ਤੁਹਾਨੂੰ ਕੋਈ ਪ੍ਰੋਡਕਟ ਰਿਕਮੈਂਡ ਕਰਦਾ, ਦੈਟ ਇਜ਼ ਵਨ ਆਫ ਦ ਬੈਸਟ ਪ੍ਰੋਡਕਟਸ ਦੈਟ ਕੈਨ ਬੀ ਦੈਟ ਯੂ ਕੈਨ ਯੂਜ਼। ਪ੍ਰੋਡਕਟ ਇੱਕ ਚੀਜ਼ ਹੈ, ਉਹ ਤੁਸੀਂ ਕਿਸੇ ਵੀ ਐਡਵਾਈਜ਼ਰ ਨੂੰ ਕਹੋ ਤੁਹਾਨੂੰ ਸ਼ਾਇਦ ਲੈ ਕੇ ਦੇ ਸਕਦੇ ਨੇ। ਦ ਮੇਨ ਥਿੰਗ ਇਜ਼ ਐਡਵਾਈਸ। ਇੰਨੇ ਜ਼ਿਆਦਾ ਪ੍ਰੋਡਕਟ ਹੈਗੇ ਨੇ ਕਿ ਤੁਹਾਨੂੰ ਉਹ ਇੱਕ ਬੰਦਾ ਚਾਹੀਦਾ, ਇੱਕ ਬ੍ਰੋਕਰ ਚਾਹੀਦਾ, ਇੱਕ ਐਡਵਾਈਜ਼ਰ ਚਾਹੀਦਾ ਜੋ ਤੁਹਾਨੂੰ ਇੱਕ ਸਿੱਧੇ ਰਸਤੇ ਪਾ ਸਕੇ, ਜਿਹੜਾ ਤੁਹਾਨੂੰ ਦੱਸ ਦੇ ਕਿ ਇਹ ਪ੍ਰੋਡਕਟ ਤੁਹਾਡੇ ਲਈ ਅੱਛਾ ਹੈ ਅਤੇ ਕਿਉਂ ਅੱਛਾ ਹੈ। ਇੱਕ ਇਹ ਚੀਜ਼ ਹੈ। ਪਲੱਸ ਜਦੋਂ ਵੀ ਤੁਸੀਂ ਮੇਰੇ ਨਾਲ ਐਸੋਸੀਏਟ ਹੁੰਦੇ ਹੋ, ਵਿਦਆਊਟ ਐਨੀ ਓਬਲੀਗੇਸ਼ਨ, ਯੂ ਆਰ ਆਲਵੇਜ਼ ਗੈਟਿੰਗ ਫਰੀ ਫਾਈਨੈਂਸ਼ੀਅਲ ਐਡਵਾਈਸ ਫੋਰ ਯੂਰ ਲਾਈਫ। ਅਗੇਨ ਹੋ ਸਕਦਾ ਹੈ ਕਿ ਕਈ ਵਾਰ ਤੁਹਾਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਣ, ਕਿਉਂਕਿ ਮੈਂ ਸੱਚ ਬੋਲਣਾ ਪਸੰਦ ਕਰਦਾ। ਮੈਨੂੰ ਲੱਗਦਾ ਹੈ ਕਿ ਇੱਕ ਵਾਰ ਸੱਚ ਬੋਲ ਕੇ ਹੋ ਸਕਦਾ ਤੁਹਾਨੂੰ ਨਾ ਚੰਗਾ ਲੱਗੇ, ਲੇਕਿਨ ਤੁਹਾਡੇ ਫਿਊਚਰ ਵਾਸਤੇ ਜੋ ਚੀਜ਼ ਮੈਨੂੰ ਠੀਕ ਲੱਗਦੀ ਹੈ ਮੈਂ ਹਮੇਸ਼ਾ ਉਹੀ ਰਿਕਮੈਂਡ ਕਰਨ ਦੀ ਕੋਸ਼ਿਸ਼ ਕਰਦਾ। ਸੋ ਬੈਸਟ ਇਹੀ ਆ ਵੀ ਤੁਸੀਂ ਇਹਨਾਂ ਨਾਲ ਕੋਂਟੈਕਟ ਕਰੋ, ਇਹਨਾਂ ਦੀ ਗੱਲਾਂ ਬਾਤਾਂ ਸੁਣੋ, ਤੁਹਾਨੂੰ ਜਿਹੜੀ ਰਾਏ ਦਿੰਦੇ ਆ ਉਹ ਤੁਹਾਡੇ ਫੈਮਿਲੀ ਲਈ ਫਿੱਟ ਹੁੰਦੀ ਹੈ ਕਿ ਨਹੀਂ ਹੁੰਦੀ, ਇਹ ਜ਼ਰੂਰੀ ਆ। ਇਹ ਜ਼ਰੂਰੀ ਨਹੀਂ ਹੈ, ਕਈ ਵਾਰ ਦੇਖੋ ਮੈਂ ਕਿਸੇ ਇੰਸ਼ੋਰੈਂਸ ਏਜੰਟ ਦੇ ਉਲਟ ਨਹੀਂ ਹੈਗਾ, ਹਾਂਜੀ, ਪਰ ਕਈ ਜ਼ਿਆਦਾ ਸਵਾਰਥ ਆਪਦੇ 'ਚ ਰੱਖਦੇ ਆ ਵੀ ਮੈਂ ਉਹ ਪ੍ਰੋਡਕਟ ਵੇਚਾਂ ਜਿਹੜਾ ਉਹਨੂੰ ਫਾਇਦਾ ਵਾ। ਦੇਖੋ ਸਤਨਾਮ ਜੀ, ਜਿੱਥੇ ਤੱਕ ਇੰਸ਼ੋਰੈਂਸਿਸ ਦੀ ਗੱਲ ਆ ਜਾਂਦੀ ਹੈ ਨਾ, ਟੂ ਬੀ ਓਨੈਸਟ, ਜਿੰਨੀ ਵੀ ਕੰਪਨੀ ਆ ਉਹਨਾਂ ਦਾ ਜਿਹੜਾ ਕਮਿਸ਼ਨ ਸਟਰਕਚਰ ਹੈਗਾ, ਜਿੱਥੋਂ ਮੈਂ ਪੇ ਆਊਟ ਹੁੰਦਾ, ਜੀ ਜੀ, ਦੇ ਆਰ ਆਲਮੋਸਟ ਸਿਮਿਲਰ। ਓਕੇ, ਆਲਮੋਸਟ ਸਿਮਿਲਰ ਦੀ ਦਾ ਮਤਲਬ ਹੈ ਕਿਸੇ ਨੇ $10 ਘੱਟਦੇ ਨੇ, ਕਿਸੇ ਨੇ $10 ਵੱਧਦੇ ਨੇ, ਇਸ ਤੋਂ ਜ਼ਿਆਦਾ ਡਿਫਰੈਂਸ ਨਹੀਂ ਹੈ। ਜੀ ਜੀ ਜੀ, ਠੀਕ ਹੈ, ਇਟਸ ਵੈਰੀ ਵੈਰੀ ਸੋ ਸਿਮਿਲਰ ਕਿ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਮੈਂ ਇਹ ਕੰਪਨੀ ਯੂਜ਼ ਕਰਨੀ ਹੈ ਕਿ ਦੂਜੀ ਕੰਪਨੀ ਯੂਜ਼ ਕਰਨੀ ਹੈ। ਪ੍ਰੋਡਕਟ ਸਹੀ ਹੋਣਾ ਚਾਹੀਦਾ, ਪ੍ਰੋਡਕਟ ਸਹੀ ਹੋਣਾ ਚਾਹੀਦਾ, ਉਹ ਤੁਹਾਡੇ ਯੂਜ਼ਫੁਲ ਹੋਣਾ ਚਾਹੀਦਾ। ਮੇਰਾ ਕੰਮ ਐਜ਼ ਅ ਬ੍ਰੋਕਰ, ਆਈ ਡੂ ਨਾਟ ਵਰਕ ਫੋਰ ਐਨ ਇੰਸ਼ੋਰੈਂਸ ਕੰਪਨੀ ਕਿ ਹਾਂ ਉਸ ਇੰਸ਼ੋਰੈਂਸ ਕੰਪਨੀ ਦਾ ਪ੍ਰੋਡਕਟ ਵੇਚਣਾ। ਬਿਲਕੁਲ ਜੀ, ਆਈ ਐਮ ਅ ਬ੍ਰੋਕਰ। ਬ੍ਰੋਕਰ ਦਾ ਮਤਲਬ ਇਹ ਹੈ ਕਿ ਆਈ ਹੈਵ ਐਕਸੈਸ ਟੂ ਆਲ ਦੀਜ਼ ਕੰਪਨੀਜ਼, ਅਤੇ ਜਿੱਥੇ ਵੀ ਜਿਹੜਾ ਪ੍ਰੋਡਕਟ ਤੁਹਾਡੇ ਲਾਈਫ ਸਟਾਈਲ ਨੂੰ, ਤੁਹਾਡੇ ਬਜਟ ਨੂੰ ਸੂਟ ਹੁੰਦਾ ਉਹ ਮੈਂ ਰਿਕਮੈਂਡ ਕਰਾਂ। ਹੁਣ ਛੋਟਾ ਜਿਹਾ ਐਗਜ਼ਾਮਪਲ ਆ ਗੋਇਲ ਸਾਹਿਬ, ਆਪਾਂ ਇੱਕ ਵਿਜ਼ਿਟਰ ਵੀਜ਼ਾ, ਸੋਰੀ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰਨਾ ਵਾ। ਮੰਨ ਲਓ ਕੋਈ 25 ਸਾਲ ਦਾ ਮੇਲ ਜਾਂ ਫੀਮੇਲ ਆ, ਹਾਂਜੀ, ਉਹਨੇ ਇੰਡੀਆ ਜਾਣਾ ਅਤੇ ਉਹਨੇ 2 ਵੀਕ ਲਈ ਜਾਣਾ। ਦੇਖੋ ਇਹ ਸਿਰਫ ਅਪਰੋਕਸੀਮੇਟ ਲਾ ਕੇ ਚੱਲਣਾ ਵਾ, ਕੋਈ ਸਹੀ ਸਟੈਟਸ ਨਹੀਂ ਹੈਗੇ। ਜਦੋਂ ਇਹ ਸਿਸਟਮ ਵਿੱਚ ਪਾਉਂਦੇ ਆ ਇਨਫੋਰਮੇਸ਼ਨ ਉਦੋਂ ਹੀ ਆਉਂਦੀ ਆ, ਲੇਕਿਨ ਆਪਾਂ ਓਵਰਵਿਊ ਜਿਹਾ ਲੈ ਕੇ ਚੱਲਦੇ ਹਾਂ। ਸੋ 25 ਸਾਲ ਦਾ ਇੱਕ ਮੇਲ ਜਾਂ ਫੀਮੇਲ, ਕਿਉਂਕਿ ਮੈਨੂੰ ਲੱਗਦਾ ਮੇਲ ਅਤੇ ਫੀਮੇਲ ਵਿੱਚ ਵੀ ਇੰਸ਼ੋਰੈਂਸ ਦਾ ਰੇਟ ਦਾ ਫਰਕ ਹੁੰਦਾ। ਪਹਿਲੀ ਗੱਲ, ਜੇ ਉਹ ਇੱਥੇ ਦੇ ਰੈਜ਼ੀਡੈਂਟ ਹੈਗੇ ਤਾਂ ਆਪਾਂ ਉਹਨੂੰ ਟਰੈਵਲ ਇੰਸ਼ੋਰੈਂਸ ਕਹਾਂਗੇ, ਬਿਕੋਜ਼ ਦੇ ਆਰ ਆਲਰੇਡੀ ਰੈਜ਼ਾਈਡਿੰਗ। ਹਾਂਜੀ, ਮੈਂ ਇੱਥੋਂ ਦੀ ਗੱਲ ਕਮਿੰਗ ਹੈ, ਠੀਕ ਆ। ਸੋ ਉਹ ਟਰੈਵਲ ਇੰਸ਼ੋਰੈਂਸ ਹੋ ਗਈ, ਉਹ ਵਿਜ਼ਿਟਰ ਟੂ ਕੈਨੇਡਾ ਨਹੀਂ ਹੋਇਆ। ਬਿਲਕੁਲ ਜੀ, ਬਿਕੋਜ਼ ਦੇ ਆਰ ਆਲਰੇਡੀ ਲਿਵਿੰਗ। ਵਿਜ਼ਿਟਰ ਟੂ ਕੈਨੇਡਾ ਦਾ ਮਤਲਬ ਹੈ ਜੇ ਕੋਈ ਬਾਹਰੋਂ ਕੈਨੇਡਾ ਆ ਰਿਹਾ ਸਾਨੂੰ ਵਿਜ਼ਿਟ ਕਰਨ। ਨਹੀਂ, ਆਪਾਂ ਇੱਥੋਂ ਵਾਲਾ ਗੱਲ ਕਰੀਏ, ਠੀਕ ਹੈ, ਜੇ ਟਰੈਵਲ ਇੰਸ਼ੋਰੈਂਸ, ਉਹ ਟਰੈਵਲ ਇੰਸ਼ੋਰੈਂਸ ਆਪਾਂ ਕਰਨੀ ਆ ਇੱਥੋਂ ਇੰਡੀਆ ਜਾਣਾ 2 ਵੀਕਾਂ ਲਈ ਅਤੇ ਉਹਨੇ ਵਾਪਸ ਆ ਜਾਣਾ, ਰੱਬ ਨਾ ਕਰੇ ਕੁਛ ਨਹੀਂ ਹੁੰਦਾ। ਸੋ ਉਹਦੀ ਮਿਨੀਮਮ ਪ੍ਰੀਮੀਅਮ ਕਿੰਨਾ ਵਾ 2 ਵੀਕਾਂ ਦਾ, ਜਸਟ ਅਪਰੋਕਸੀਮੇਟ ਆਪਾਂ ਚੱਲ ਕੇ, ਕੋਈ ਪੱਕੇ ਸਟੈਟ ਨਹੀਂ ਹੈਗੇ ਜੀ ਇਹ। ਦੇਖੋ ਮੈਂ ਅਪਰੋਕਸੀਮੇਟ ਪ੍ਰੀਮੀਅਮ ਤਾਂ ਨਹੀਂ ਕਹਿ ਸਕਦਾ, ਮੈਨੂੰ ਇੱਕ ਰੀਸੈਂਟ ਕੇਸ ਯਾਦ ਹੈ ਕਿ ਇੱਕ ਕਲਾਇੰਟ ਸੀਗੇ ਜੀ, ਮੇਰੇ ਫੀਮੇਲ ਸੀਗੇ, ਸ਼ੀ ਵਾਜ ਅਪਰੋਕਸੀਮੇਟਲੀ ਆਈ ਥਿੰਕ ਜਿੱਥੇ ਤੱਕ ਮੈਨੂੰ ਯਾਦ ਹੈ 27 ਈਅਰਸ ਓਲਡ ਸੀਗੇ, ਅਤੇ 27 ਈਅਰਸ ਓਲਡ ਉਹਨਾਂ ਨੇ ਹਾਰਡਲੀ ਮੇਰੇ ਖਿਆਲ 3 ਜਾਂ 4 ਦਿਨ ਲਈ ਬਾਹਰ ਜਾਣਾ ਸੀਗਾ, ਆਊਟ ਆਫ ਕੈਨੇਡਾ, ਆਊਟ ਆਫ ਕੰਟਰੀ, ਹਾਂਜੀ, ਆਊਟ ਆਫ ਕੰਟਰੀ, ਅਤੇ 4 ਦਿਨਾਂ ਦਾ ਉਹਨਾਂ ਦਾ ਪ੍ਰੀਮੀਅਮ ਕਰੀਬਨ $12 ਬਣਿਆ ਸੀ ਸਿਰਫ ਹੀ। ਐਂਡ ਬਿਲੀਵ ਇਟ ਔਰ ਨਾਟ, ਯੂ ਵਿਲ ਆਸਕ ਮੀ ਕਿ ਉਹਨਾਂ ਦੀ ਕਵਰੇਜ ਕਿੰਨੀ ਸੀਗੀ, ਉਹਨਾਂ ਦੀ ਕਵਰੇਜ ਸੀਗੀ $10 million। ਸੋ ਸੇਫ ਸੀ, ਐਗਜੈਕਟਲੀ $12, $12 ਵਿੱਚ ਤੁਸੀਂ ਆਪ ਸੇਫ ਹੋ, ਤੁਹਾਡਾ ਪਰਿਵਾਰ ਸੇਫ ਆ।
ਹੁਣ ਉਹ ਚ ਕਵਰੇਜ ਵੀ ਦੱਸ ਦੋ ਕੀ ਕੀ ਸੀਗੀ ਉਹਦੇ ਵਿੱਚ 10 ਮਿਲੀਅਨ ਡਾਲਰ ਦੀ ਕਵਰੇਜ ਸੀਗੀ ਅੱਛਾ ਜੀ ਕਿ ਕਿਤੇ ਵੀ ਤੁਹਾਨੂੰ ਕੋਈ ਐਮਰਜੈਂਸੀ ਦੀ ਲੋਡ ਪੈ ਜਾਏ ਹਾਂਜੀ ਸਪੈਸ਼ਲੀ ਯੂਐਸ ਵਿੱਚ ਕਈ ਵਾਰ ਲੋਕ ਜਦੋਂ ਜਾਂਦੇ ਨੇ ਉੱਥੇ ਦਾ ਮੈਡੀਕਲ ਸਿਸਟਮ ਇੰਨਾ ਕੁ ਮਹਿੰਗਾ ਹੈ ਕਿ ਯੂ ਕੈਨਟ ਇਵਨ ਅਫੋਰਡ ਨਹੀਂ ਕਰ ਸਕਦੇ ਹਾਂਜੀ ਠੀਕ ਹੈ ਜੇ ਸਪੋਜ਼ ਤੁਸੀਂ ਯੂਐਸ ਨਹੀਂ ਵੀ ਜਾਂਦੇ ਹਾਂਜੀ ਤੁਸੀਂ ਮੇਰੇ ਖਿਆਲ ਇੱਕ ਗੂਗਲ ਕਰਕੇ ਦੇਖੋ ਇੱਕ ਰੀਸੈਂਟ ਕੇਸ ਆਇਆ ਕੋਈ ਇੱਥੇ ਦਾ 57 ਈਅਰ ਓਲਡ ਸਮਥਿੰਗ ਲਾਈਕ ਦੈਟ ਉਹ ਵੀਅਤਨਾਮ ਜਾਂਦੇ ਸੀਗੇ ਓਕੇ ਤੇ ਹਰ ਸਾਲ ਵੀਅਤਨਾਮ ਜਾਂਦੇ ਸੀ ਜੀ ਉਹਨਾਂ ਦਾ ਇੰਨਾ ਕੁ ਰੂਟੀਨ ਸੀਗਾ ਜਾਣਾ ਉਹਨਾਂ ਨੇ ਉੱਥੇ ਦੇ ਰਹਿਣ ਵਾਲੇ ਸੀਗੇ ਉਹਨਾਂ ਨੂੰ ਕਦੀ ਖਿਆਲ ਹੀ ਨਹੀਂ ਆਇਆ ਕਿ ਆਪਾਂ ਇੰਸ਼ੋਰੈਂਸ ਵੀ ਲੈਣੀ ਨਾਲ ਹੋਇਆ ਕਿ ਹੁਣ ਉੱਥੇ ਗਏ ਤੇ ਸੰਬੜੀ ਅਟੈਕਡ ਹੈ ਫੈਮਿਲੀ ਜਿਹੜੀ ਹੈਗੀ ਪਿਛਲੇ ਡੇਢ ਦੋ ਮਹੀਨੇ ਤੋਂ ਆਈ ਥਿੰਕ ਦੇ ਹੈਡ ਆਲਰੇਡੀ ਸਪੈਂਟ ਅਬਾਊਟ $40,000 ਟੂ ਗੈਟ ਹਿਮ ਟ੍ਰੀਟਮੈਂਟ ਇਨ ਵੀਅਤਨਾਮ ਅੱਛਾ 40,000 ਰੁਪਇਆ ਇੱਥੋਂ ਦਾ ਉੱਥੇ ਆਲਰੇਡੀ ਖਰਚ ਕਰ ਚੁੱਕੇ ਹੈ ਐਂਡ ਦੇ ਕੈਨ ਨਾਟ ਅਫੋਰਡ ਇਟ ਰਾਈਟ ਨਾਓ ਉਹਨਾਂ ਨੇ ਹੁਣ ਗੋ ਫੰਡ ਅਕਾਊਂਟ ਖੋਲਿਆ ਹੈ ਕਿ ਸਾਨੂੰ ਕੋਈ ਫੰਡ ਕਰੋ ਅਤੇ ਉੱਥੇ ਮੇਰੇ ਫਾਦਰ ਦਾ ਇਲਾਜ ਹੋ ਰਿਹਾ ਹੁਣ ਹੈਗਾ ਕਿ ਉਹਨਾਂ ਨੂੰ ਇੱਥੇ ਲਿਆਉਣ ਦਾ ਜਿਹੜਾ ਖਰਚਾ ਹੈਗਾ ਵੀਅਤਨਾਮ ਤੋਂ ਇੱਥੇ ਏਅਰਲਿਫਟ ਹੋਣਾ ਉਹਨਾਂ ਦਾ ਹਾਂਜੀ ਨਾਰਮਲ ਪਲੇਨ 'ਚ ਨਹੀਂ ਮੈਡੀਕਲ ਪਲੇਨ ਵਿੱਚ ਆਉਣ ਦਾ ਖਰਚਾ ਜਿਹੜਾ ਹੈਗਾ ਕਰੀਬਨ $1.5-2 ਲੱਖ ਹੈ ਵਾਓ ਕਿਉਂਕਿ ਸਪੈਸ਼ਲ ਪਲੇਨ ਨੇ ਜਾਣਾ ਵਾ ਨਾ ਯੂ ਟੈਲ ਮੀ ਕਿ ਕਿਹੜੀ ਫੈਮਿਲੀ ਹੈਗੀ ਹੈ ਜਿਹੜਾ $1.5-2 ਲੱਖ ਅਫੋਰਡ ਕਰ ਸਕਦੀ ਹੈ ਉਹ ਕੈਨੇਡੀਅਨ ਉਹ ਵੀ ਕੈਨੇਡੀਅਨ ਹਾਂ ਠੀਕ ਹੈ ਇੱਥੇ ਆ ਕੇ ਤਾਂ ਕਾਫੀ ਟ੍ਰੀਟਮੈਂਟ ਉਹਨਾਂ ਦਾ ਫ੍ਰੀ ਹੋ ਜਾਣਾ ਲੇਕਿਨ ਉਹਨਾਂ ਨੂੰ ਇੱਥੇ ਲਿਆਉਣਾ ਹੀ ਪੈਣਾ ਲਿਆਉਣਾ ਤਾਂ ਪੈਣਾ ਵਾ ਠੀਕ ਹੈ ਪਲੱਸ ਯੂ ਡੋਂਟ ਨੋ ਕਿ ਉੱਥੇ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਹੋ ਰਿਹਾ ਕੀ ਡਾਇਗਨੋਸਿਸ ਹੈ ਕੀ ਨਹੀਂ ਜੀ 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 ਬਟ ਦਿਸ ਇਜ਼ ਕਾਈਂਡ ਆਫ ਐਨ ਐਕਸਟ੍ਰੀਮ ਐਗਜ਼ਾਮਪਲ ਵਾਓ ਹੁਣ ਮੇਰੇ ਇੱਕ ਕਲਾਇੰਟ ਸੀਗੇ ਅਗੇਨ 29 ਸਾਲ ਦੇ ਕਲਾਇੰਟ ਸੀ ਹਾਂਜੀ ਅਗੇਨ ਵੈਰੀ ਗੁੱਡ ਐਗਜ਼ਾਮਪਲ ਮੈਨੂੰ ਜਿੱਦਾਂ ਤੁਸੀਂ ਯਾਦ ਆ ਗਈ 29 ਸਾਲ ਦੇ ਕਲਾਇੰਟ ਸੀਗੇ ਤੇ ਉਹਨਾਂ ਨੇ 1 ਮਹੀਨੇ ਵਾਸਤੇ ਟ੍ਰੇਨਿੰਗ ਤੇ ਜਾਣਾ ਸੀਗਾ ਕੰਟਕੀ ਵਿੱਚ ਯੂਐਸਏ ਜੀ ਜੀ ਤੇ ਹੀ ਹੈਜ਼ ਨੋ ਮੈਡੀਕਲ ਹਿਸਟਰੀ ਵਟਸੋਐਵਰ ਨਾ ਉਹਨਾਂ ਦੀ ਕੋਈ ਫੈਮਿਲੀ ਮੈਡੀਕਲ ਹਿਸਟਰੀ ਹੈ ਨਾ ਉਹਨਾਂ ਨੂੰ ਆਪਣੇ ਆਪ ਨੂੰ 29 ਸਾਲ ਦੇ ਵੈਰੀ ਯੰਗ ਐਂਡ ਹੈਲਦੀ ਐਂਡ ਆਲ ਦੈਟ ਉਹਨਾਂ ਨੂੰ ਆਪਣਾ ਬਿਜ਼ਨਸ ਉਹਨਾਂ ਨੇ ਸੈਟਅਪ ਕਰਨਾ ਸੀ ਮਹੀਨੇ ਵਾਸਤੇ ਜਾਣਾ ਸੀਗਾ ਜਿਸ ਦਿਨ ਉਹ ਗਏ ਦੂਸਰੇ ਦਿਨ ਉਸ ਤੋਂ ਦੂਸਰੇ ਦਿਨ ਉਹਨਾਂ ਨੂੰ ਜਦੋਂ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਬੇਹੋਸ਼ ਹੋ ਗਏ ਹੋਸਪਿਟਲ 'ਚ ਲੈ ਕੇ ਗਏ ਹੋਸਪਿਟਲ 'ਚ ਐਡਮਿਟ ਕੀਤਾ ਤੇ ਉਹਨਾਂ ਨੂੰ ਡਾਇਬਟੀਜ਼ ਡਾਇਗਨੋਸ ਹੋਈ ਹੈ ਓਕੇ ਡਾਇਬਟੀਜ਼ ਜਦੋਂ ਉਹਨਾਂ ਨੂੰ ਇੱਕ ਡਾਇਬਟਿਕ ਸ਼ੌਕ ਜਿਹਨੂੰ ਕਹਿੰਦੇ ਉਹ ਲੱਗਿਆ ਹਾਂਜੀ ਹਾਂਜੀ ਉਹਨਾਂ ਦੇ ਪੈਨਕਰੀਆਸ ਇੱਕਦਮ ਸ਼ਟਡਾਊਨ ਹੋਣਾ ਸ਼ੁਰੂ ਹੋ ਗਿਆ ਜੀ 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 ਤੇ ਯੂਐਸ ਵਿੱਚ ਉਹ ਕਰੀਬਨ 4 ਕੁ ਦਿਨ ਹਸਪੀਟਲ ਰਹੇ 3.5-4 ਦਿਨ ਹਸਪੀਟਲ ਰਹੇ ਤੇ ਉਹਨਾਂ ਦਾ 4 ਦਿਨ ਦਾ ਖਰਚਾ $42,000 ਉਹ ਮੈਨੂੰ ਇਸ ਲਈ ਐਗਜ਼ੈਕਟਲੀ ਯਾਦ ਹੈਗਾ ਕਿਉਂਕਿ ਮੈਂ ਖੁਦ ਉਹਨਾਂ ਦੇ ਫਾਰਮ ਭਰੇ ਕਲੇਮ ਕੀਤੇ $42,000 ਇਨ 4 ਡੇਜ਼ ਵਾਓ ਐਂਡ 29 ਈਅਰਸ ਓਲਡ ਐਂਡ ਹੀ ਹੈਡ ਪੇਡ ਆਈ ਥਿੰਕ ਫਾਰ ਅ ਮੰਥ ਹੀ ਹੈਡ ਪੇਡ ਲਾਈਕ $52 ਔਰ ਸਮਥਿੰਗ ਲਾਈਕ ਦੈਟ $52 ਜੋ ਕਵਰ ਹੋ ਗਿਆ ਸਾਰਾ ਕੁਝ $52 ਇੱਕ ਮਹੀਨੇ ਦੀ ਇੰਸ਼ੋਰੈਂਸ ਲਿੱਤੀ ਸੀ ਅਗਲੇ ਦਿਨ ਜਾ ਕੇ ਬਿਮਾਰ ਹੋ ਗਏ ਵਾਓ ਤੇ 29 ਸਾਲ ਦਾ ਜਿਹੜਾ ਮੁੰਡਾ ਹੈਗਾ ਕੌਣ ਸੋਚ ਸਕਦਾ ਕਿ ਇਸ ਤਰ੍ਹਾਂ ਦਾ ਕੁਝ ਡਾਇਬਟਿਕ ਅਟੈਕ ਕੁਝ ਵੀ ਹੋ ਸਕਦਾ ਜੀ ਮਤਲਬ ਕੋਈ ਕਦੀ ਸੋਚ ਨਹੀਂ ਸਕਦੇ ਤੇ ਹੈਗਾ ਕਿ ਉਹ ਦੈਟ ਕਲਾਇੰਟ ਆਫ ਮਾਈਨ ਹੀ ਸੱਚ ਅ ਗੁੱਡ ਕਲਾਇੰਟ ਕਦੀ ਉਹਨਾਂ ਨੂੰ ਕੁਛ ਨਹੀਂ ਹੋਇਆ ਇੱਦਾਂ ਨਹੀਂ ਕਿ ਉਹ ਪਹਿਲੀ ਵਾਰ ਗਏ ਉਹ ਮੇਰੇ ਖਿਆਲ 6ਵੀਂ 7ਵੀਂ ਵਾਰ ਜਾਂਦੇ ਰਹਿੰਦੇ ਆ ਜਾਂ ਇੰਡੀਆ ਜਾਂਦੇ ਰਹਿੰਦੇ ਆ ਤੇ ਉਹਨਾਂ ਦੀ ਲਾਈਫ ਇੰਸ਼ੋਰੈਂਸ ਮੇਰੇ ਕੋਲ ਹੈ ਇਨਵੈਸਟਮੈਂਟ ਮੇਰੇ ਕੋਲ ਹੈ ਤੇ ਹਮੇਸ਼ਾ ਉਹ ਟਰੈਵਲ ਇੰਸ਼ੋਰੈਂਸ ਵੀ ਲੈ ਕੇ ਜਾਂਦੇ ਦਿਸ ਇਜ਼ ਦ ਫਸਟ ਟਾਈਮ ਦੈਟ ਹੈਡ ਹੈਪਨਡ $42,000 ਵਾਓ ਕੈਨ ਯੂ ਬਲੀਵ ਇਟ ਤੇ ਸਿਰਫ ਕਾਸਟ ਕੀ ਸੀ $52-53 ਸੋ ਦੇਖੋ ਆਪਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਟਰੈਵਲ ਇੰਸ਼ੋਰੈਂਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਸ਼ਗਨ ਗੋਇਲ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਹਾਂ ਜੇ ਤੁਸੀਂ ਦੂਰ ਦੁਰਾਡੇ ਰਹਿੰਦੇ ਤੁਸੀਂ ਉੱਥੇ ਕਿਸੇ ਆਪਦੇ ਬੰਦੇ ਨੂੰ ਇੰਸ਼ੋਰੈਂਸ ਲੈ ਲਓ ਇਹ ਨਹੀਂ ਵੀ ਆਪਾਂ ਬਿਲਕੁਲ ਦੇਖੋ ਇੰਸ਼ੋਰੈਂਸ ਦੀ ਪਰਮਿਸ਼ਨ ਹਾਂਜੀ ਮੈਂ ਸਿਰਫ ਓਨਟੈਰੀਓ ਵਿੱਚ ਲਾਇਸੈਂਸ ਹਾਂਜੀ ਬਿਲਕੁਲ ਓਨਟੈਰੀਓ ਵਿੱਚ ਹੀ ਕਰ ਸਕਦਾ ਕੰਮ ਮੈਂ ਸਿਰਫ ਤੇ ਸਿਰਫ ਓਨਟੈਰੀਓ 'ਚ ਜੇ ਤੁਸੀਂ ਰਹਿੰਦੇ ਹੋ ਉਹਦੀ ਪਾਲਿਸੀਜ਼ ਮੈਂ ਸੈਲ ਕਰ ਸਕਦਾ ਐਡਵਾਈਸ ਕਰ ਸਕਦਾ ਲੇਕਿਨ ਫਿਰ ਵੀ ਤੁਹਾਨੂੰ ਜੇ ਤੁਸੀਂ ਕੈਲਗਰੀ ਹੋ ਵੈਨਕੂਵਰ ਹੋ ਇਫ ਯੂ ਜਸਟ ਨੀਡ ਅ ਲਿਟਲ ਐਡਵਾਈਸ ਅਗੇਨ ਜਨਰਲ ਨੌਲੇਜ ਦੀ ਤਰ੍ਹਾਂ ਮੈਂ ਤੁਹਾਨੂੰ ਆਈ ਕੈਨ ਐਡਵਾਈਸ ਯੂ ਕਿ ਹੁੰਦਾ ਹੈ ਕੀ ਨਹੀਂ ਹੁੰਦਾ ਸਾਰਾ ਕੁਝ ਮੈਂ ਦੱਸ ਸਕਦਾ ਬਟ ਆਈ ਕੈਨ ਨਾਟ ਸੈਲ ਇਟ ਕੈਲਗਰੀ ਤੋਂ ਵੀ ਇੱਕ ਕਿਸੇ ਵੀਰ ਦਾ ਫੋਨ ਆਇਆ ਸੀਗਾ ਨਾਂ ਨਹੀਂ ਲੈ ਸਕਦੇ ਅਸੀਂ
ਬਟ ਉਹਨਾਂ ਨੇ ਤੁਹਾਨੂੰ ਕਾਲ ਕੀਤੀ ਸੀਗੀ? ਬਿਲਕੁਲ ਜੀ, ਉਹਨਾਂ ਨੇ ਮੈਨੂੰ ਐਕਚੁਅਲੀ ਉਹਨਾਂ ਦਾ ਜਿਹੜਾ ਕੁਐਸਚਨ ਸੀਗੇ ਮੇਰਾ ਕਰੀਬਨ ਕ੍ਰਿਟੀਕਲ ਇਲਨੈਸ ਬਾਰੇ ਇੰਸ਼ੋਰੈਂਸ, ਉਹਨਾਂ ਨੇ ਸਾਡਾ ਪ੍ਰੋਗਰਾਮ ਦੇਖਿਆ ਤਾਂ ਕ੍ਰਿਟੀਕਲ ਇਲਨੈਸ ਬਾਰੇ ਉਹਨਾਂ ਦੇ ਕੁਐਸਚਨ ਸੀਗੇ, ਐਂਡ ਹੀ ਸਪੈਂਟ ਮੀ ਵਿਦ ਮੀ ਅਪਰੋਕਸੀਮੇਟਲੀ 40 ਮਿੰਟਸ। ਵਾਓ, 40 ਮਿੰਟ ਆਪਾਂ ਗੱਲ ਕੀਤੀ, ਉਹਨਾਂ ਨੂੰ ਸਮਝਾਇਆ ਕੀ ਹੁੰਦਾ ਕੀ ਨਹੀਂ ਹੁੰਦਾ, ਕਿਸ ਤਰ੍ਹਾਂ ਉਹਨਾਂ ਦੇ ਮੈਡੀਕਲ ਇਸ਼ੂ ਸੀਗੇ, ਉਹਨਾਂ ਦੀ ਹੋ ਸਕਦੀ ਹੈ ਨਹੀਂ ਹੋ ਸਕਦੀ, ਸਾਰਾ ਡਿਟੇਲ 'ਚ ਦੱਸਿਆ। ਅਤੇ ਦੈਨ ਹੀ ਆਸਕ ਮੀ ਇਨ ਦਾ ਐਂਡ ਕਿ ਸਗੁਨ ਜੀ ਇਹ ਕਰਨਾ ਕੀ, ਅੱਗੇ ਕੀ ਸਟੈਪਸ ਨੇ, ਐਪਲੀਕੇਸ਼ਨ ਕਿੱਦਾਂ ਸਾਈਨ ਕਰਨਾ, ਐਂਡ ਦੈਨ ਆਈ ਸੈਡ ਕਿ ਸਰ ਮੈਂ ਨਾਮ ਨਹੀਂ ਲੈ ਸਕਦਾ ਹੁਣ ਕਿ ਹਾਂਜੀ ਤੁਸੀਂ, ਮੈਂ ਨਹੀਂ ਤੁਹਾਨੂੰ ਸੈਲ ਕਰ ਸਕਦਾ, ਤੁਹਾਡੇ ਕੋਈ ਕੈਲਗਰੀ ਵਿੱਚ ਕੋਈ ਐਡਵਾਈਜ਼ਰ ਹੋਣ ਉਹਨਾਂ ਨੂੰ ਜਾ ਕੇ ਪੁੱਛੋ, ਬਟ ਅਗੇਨ ਯੂ ਹੈਵ ਆਸਕ ਮੀ ਕੁਐਸਚਨ, ਆਸਕ ਸੇਮ ਕੁਐਸਚਨਸ ਅਗੇਨ, ਜੇ ਤੁਹਾਨੂੰ ਸੈਟਿਸਫੈਕਟਰੀ ਆਨਸਰ ਮਿਲਦਾ ਫਿਰ ਤੁਸੀਂ ਅੱਗੇ ਜਾਓ। ਇਹ ਨਹੀਂ ਕਿ ਹੁਣ ਮੈਂ ਤੁਹਾਨੂੰ ਦੱਸਤਾ ਤਾਂ ਤੁਸੀਂ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਹਾਂ ਮੈਨੂੰ ਇੰਸ਼ੋਰੈਂਸ ਚਾਹੀਦੀ ਹੈ, ਦੁਬਾਰਾ ਕੁਐਸਚਨ ਪੁੱਛੋ। ਜਿੰਨੀ ਵਾਰ ਕਈ ਵਾਰ ਤੁਸੀਂ ਕੁਐਸਚਨ ਪੁੱਛਦੇ ਹੋ ਕਈ ਵਾਰ ਨਵੀਂ ਚੀਜ਼ ਉਹਦੇ 'ਚੋਂ ਨਿਕਲ ਕੇ ਆਉਂਦੀ ਹੈ। ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਨਹੀਂ ਕਰ ਸਕਦਾ, ਐਂਡ ਹੀ ਵਾਜ਼ ਸ਼ੌਕਡ ਕਾਈਂਡ ਆਫ ਕਿ ਤੁਸੀਂ ਮੇਰੇ ਨਾਲ 40 ਮਿੰਟ ਸਪੈਂਡ ਕੀਤੇ ਨੋਇੰਗਲੀ ਕਿ ਤੁਸੀਂ ਮੈਨੂੰ ਸੈਲ ਨਹੀਂ ਕਰ ਸਕਦੇ। ਦੇਖੋ ਸਤਨਾਮ ਜੀ, ਇੱਥੇ ਆਉਣ ਦਾ ਪਰਪਸ, ਇੱਥੇ ਦਿਸ ਇਜ਼ ਕਾਈਂਡ ਆਫ ਏ ਗਿਵ ਬੈਕ ਫੋਰ ਮੀ ਟੂ ਕਮਿਊਨਿਟੀ। ਰੱਬ ਦੀ ਦਿਆ ਨਾਲ ਬਥੇਰਾ ਕਮਾਇਆ ਅਤੇ ਬਥੇਰੀ ਇੱਜ਼ਤ ਹੈ ਕਮਿਊਨਿਟੀ ਵਿੱਚ। ਇੱਥੇ ਆਉਣ ਦਾ ਮਤਲਬ ਇਹ ਹੈ ਕਿ ਸਾਡੀ ਕਮਿਊਨਿਟੀ ਜਿਹੜੀ ਹੈਗੀ ਆ ਰਿਲੇਟਿਵਲੀ 20-25-30 ਸਾਲ ਪੁਰਾਣੀ ਹੈਗੀ ਹੈ, ਸਾਨੂੰ ਜਿਹੜੀ ਨੌਲੇਜ ਹੈਗੀ ਹੈ ਫਾਈਨੈਂਸ਼ੀਅਲ ਪ੍ਰੋਡਕਟਸ ਦੀ, ਅਜੇ ਵੀ ਅਸੀਂ ਸਿੱਖ ਰਹੇ ਹਾਂ। ਕਿਉਂਕਿ ਮੈਨੂੰ ਤੁਹਾਡੀ ਆਹ ਗੱਲ ਤੁਸੀਂ ਬਹੁਤ ਵਧੀਆ ਲੱਗੀ ਆ। ਇੱਕ ਵੀਰ ਦਾ ਮੇਰਾ ਫੋਨ ਆਇਆ ਸੀਗਾ, ਹਾਂਜੀ, ਬ੍ਰੈਂਪਟਨ ਤੋਂ ਹੀ ਨੇ, ਅਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਪ੍ਰੋਗਰਾਮ ਦੇਖ ਕੇ, ਹਾਂਜੀ, ਅਤੇ ਅਸੀਂ ਕਹਿੰਦੇ ਰਾਈਟ ਜਿਹੜਾ ਪ੍ਰੋਡਕਟ ਸਾਡੇ ਕੋਲ ਸੀਗੇ, ਅਸੀਂ ਉਹਨਾਂ ਨੂੰ ਕਹਿੰਦੇ ਫਾਈਲ ਨੂੰ ਦੁਬਾਰਾ ਪੜਿਆ, ਜਿਵੇਂ ਆਪਾਂ ਪਿਛਲੇ ਪ੍ਰੋਗਰਾਮ ਕੀਤੇ ਸੀਗੇ, ਜਿਹਦੇ ਵਿੱਚ ਇਹ ਕਿ ਅਸੀਂ ਐਟਲੀਸਟ ਤੁਸੀਂ ਪੜ੍ਹ ਤਾਂ ਲਵੋ। ਬਿਲਕੁਲ। ਅੱਛਾ, ਉਹਨਾਂ ਨੇ ਪੂਰਾ ਆਪਦੀ ਫਾਈਲ ਇੰਸ਼ੋਰੈਂਸ ਵਾਲੀ ਕੱਢੀ, ਲਾਈਫ ਵਾਲੀ, ਅਤੇ ਉਹਨਾਂ ਨੇ ਸਾਰਾ ਕੁਛ ਪੜਿਆ, ਅਤੇ ਕਹਿੰਦੇ ਵੀ ਸਾਨੂੰ ਤਾਂ ਕਹਿੰਦੇ ਇਉਂ ਲੱਗਣਾ ਸੀਗਾ ਵੀ ਇਹ ਫਾਈਲ ਪਾਸੇ ਪਈ ਹੈ, ਬਈ ਹੁਣ ਸਾਨੂੰ ਪੂਰੀ ਫਾਈਲ ਪੜ੍ਹ ਕੇ ਇਹ ਗੱਲ ਕਲੀਅਰ ਹੋ ਗਈ ਵੀ ਸਾਡੇ ਕੋਲ ਕੀ ਕੁਛ ਕਵਰ ਆ। ਐਗਜੈਕਟਲੀ, ਐਟਲੀਸਟ ਤੁਹਾਨੂੰ ਪਤਾ ਤਾਂ ਹੈ ਹਾਂਜੀ ਕਦੋਂ ਕੀ ਕਵਰਡ ਹੈ। ਕਈ ਵਾਰ ਹੁਣ ਆਪਣੇ ਮਤਲਬ ਇੱਕ ਬੱਚੇ ਹੋ ਗਿਆ ਅਤੇ ਬੈਨੀਫਿਸ਼ਰੀ ਕੀਤਾ ਸੀਗਾ, ਜੋ ਦੂਸਰਾ ਹੋਇਆ ਮੈਨੂੰ ਯਾਦ ਨਹੀਂ ਹੈਗਾ ਕਿ ਮੈਂ ਉਹਨੂੰ ਵੀ ਐਡ ਕਰਨਾ ਕਿ ਨਹੀਂ ਕਰਨਾ, ਕਿਉਂਕਿ ਉਹ ਚੀਜ਼ ਕਦੀ ਦਿਮਾਗ 'ਚ ਨਹੀਂ ਆਉਂਦੀ ਕਿ ਅੱਛਾ ਲਾਈਫ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਯਾਦ ਹੈ ਲੇਕਿਨ ਉਹਦੇ ਬੈਨੀਫਿਸ਼ਰੀ ਕਦੀ ਯਾਦ ਨਹੀਂ। ਬਿਲਕੁਲ ਬਿਲਕੁਲ ਜੀ, ਇਹ ਬਹੁਤ ਇੰਪੋਰਟੈਂਟ ਗੱਲਾਂ ਨੇ ਜੀ। ਇੱਕ ਵਾਰ ਫਿਰ 416-270-1234, ਗੋਇਲ ਸਾਹਿਬ ਦੀ ਕਮਰਸ਼ੀਅਲ ਵੀ ਪੂਰੇ ਦਿਨ ਚੱਲਦਾ ਰਹਿੰਦਾ ਵਾ ਹਰੇਕ ਪ੍ਰੋਗਰਾਮ ਦੇ ਇੰਟਰਵਲ ਵਿੱਚ, ਤੁਸੀਂ ਉਹਨਾਂ ਦਾ ਵੀ ਕਾਲ ਕਰਕੇ ਕਿਸੇ ਕਿਸਮ ਦਾ ਵੀ ਕੁਐਸਚਨ ਆ ਜੀ, ਤੁਸੀਂ ਪਰਦੇਸੀ ਟੀ ਵੀ ਦਾ ਨਾਂ ਲੈ ਦਿਓ, ਤੁਹਾਨੂੰ ਵੈਸੇ ਤਾਂ ਵੈਸੇ ਵੀ ਕਦੇ ਮੱਥੇ 'ਤੇ ਤਿਉੜੀਆਂ ਨਹੀਂ ਪਾਉਂਦੇ, ਪਰ ਫਿਰ ਵੀ ਤੁਹਾਨੂੰ ਚੰਗੀ ਰਾਏ ਦੇਣਗੇ ਜੀ। ਸੋ ਇਹ ਸਾਰਾ ਸਾਡਾ ਰਿਵਿਊ ਸੀਗਾ, ਲੇਕਿਨ ਹੁਣ ਆਪਾਂ ਮੁੜ ਕੇ ਆਪਣੇ ਟੋਪਿਕ 'ਤੇ ਆ ਜਾਈਏ, ਜਿਹੜਾ ਪਿਛਲੀ ਵਾਰ ਅਸੀਂ ਸ਼ੁਰੂ ਕੀਤਾ ਸੀਗਾ ਡਿਸੇਬਿਲਿਟੀ 'ਤੇ। ਡਿਸੇਬਿਲਿਟੀ ਦਾ ਇੱਕ ਵਾਰ ਫਿਰ ਆਪਾਂ ਕੁਇਕਲੀ ਰੀਕੈਪ ਕਰ ਦਿਓ, ਅਤੇ ਫਿਰ ਆਪਾਂ ਜਿਹੜਾ ਰਹਿੰਦਾ ਪਾਰਟ ਆ ਉਹਦਾ ਅੱਜ ਕਲੀਅਰ ਕਰਾਂਗੇ ਜੀ। ਡਿਸੇਬਿਲਿਟੀ ਇੰਸ਼ੋਰੈਂਸ ਅਗੇਨ, ਆਪਾਂ ਜਿੱਦਾਂ ਪਹਿਲੇ 2 ਪ੍ਰੋਗਰਾਮਸ ਵਿੱਚ ਵੀ ਗੱਲ ਕੀਤੀ, ਇਹਨੂੰ ਆਪਾਂ ਇਨਕਮ ਰਿਪਲੇਸਮੈਂਟ ਬੈਨੀਫਿਟ ਵੀ ਕਹਿ ਸਕਦੇ ਹਾਂ ਜੀ। ਇਹਦਾ ਮਤਲਬ ਇਹ ਕਿ ਜੋ ਵੀ ਤੁਹਾਡੀ ਇਨਕਮ ਹੈ, ਜੇ ਤੁਸੀਂ $5,000 ਮਹੀਨੇ ਦਾ ਕਮਾ ਰਹੇ ਹੋ ਅਤੇ ਰੱਬ ਨਾ ਕਰੇ ਤੁਸੀਂ ਬਿਮਾਰ ਹੋ ਜਾਂਦੇ ਹੋ ਜਾਂ ਤੁਹਾਨੂੰ ਕਿਤੇ ਸੱਟ ਲੱਗ ਜਾਂਦੀ ਹੈ, ਤੁਸੀਂ ਆਪਣੇ ਕੰਮ 'ਤੇ ਵਾਪਸ ਨਹੀਂ ਜਾ ਸਕਦੇ 2 ਮਹੀਨੇ ਵਾਸਤੇ, 6 ਮਹੀਨੇ ਵਾਸਤੇ, ਸਾਲ ਵਾਸਤੇ, ਅਤੇ ਓਬਵੀਅਸਲੀ ਤੁਹਾਡੀ ਇਨਕਮ ਰੁਕ ਜਾਂਦੀ ਹੈ ਲੇਕਿਨ ਬਿੱਲ ਨਹੀਂ ਰੁਕਦੇ। ਅਤੇ ਡਿਸੇਬਿਲਿਟੀ ਇੰਸ਼ੋਰੈਂਸ ਕੀ ਕਰਦੀ ਹੈ, ਕਰੀਬਨ ਤੁਹਾਡੀ 70% ਆਫ ਯੂਰ ਇਨਕਮ ਕੈਨ ਬੀ ਰਿਪਲੇਸਡ। ਜੇ ਤੁਸੀਂ $10,000 ਕਮਾ ਰਹੇ ਹੋ ਮਹੀਨੇ ਦਾ ਤਾਂ ਕਰੀਬਨ $7,000 ਤੁਹਾਨੂੰ ਡਿਸੇਬਿਲਿਟੀ ਇੰਸ਼ੋਰੈਂਸ ਦੇ ਦਿੰਦੀ ਹੈ ਤਾਂ ਕਿ ਤੁਹਾਡੇ ਜਿਹੜੇ ਨੋਰਮਲ ਖਰਚੇ ਹੈ ਉਹ ਚੱਲਦੇ ਰਹਿਣ ਜਦੋਂ ਤੱਕ ਤੁਸੀਂ ਡਿਸੇਬਲਡ ਹੋ। ਇਹਦੇ ਵਿੱਚ ਆਪਣੇ ਕੋਲ ਗਵਰਨਮੈਂਟ ਦੇ ਕੁਛ ਆਲਰੇਡੀ ਪਲਾਨਸ ਹੁੰਦੇ ਨੇ, ਜਿਵੇਂ WSIB, ਇਟਸ ਆਲਸੋ ਏ ਡਿਸੇਬਿਲਿਟੀ ਇੰਸ਼ੋਰੈਂਸ ਪਲਾਨ, ਵਰਕਪਲੇਸ ਸੇਫਟੀ ਇੰਸ਼ੋਰੈਂਸ ਪੋਰਟ, ਜਿਹਦੇ ਵਿੱਚ ਤੁਹਾਡੀ ਇਨਕਮ ਆਲਰੇਡੀ 85% ਤੱਕ ਕਵਰਡ ਹੁੰਦੀ ਹੈ। ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਅੱਜ 10,000 ਕਮਾਉਂਦੇ ਹੋ ਅਤੇ ਕੋਈ 60 ਲੱਗ ਜਾਂਦੀ ਹੈ, ਐਂਡ ਇਫ ਯੂ ਆਰ ਕਵਰਡ ਫੋਰ WSIB, ਅਤੇ ਜੇ ਤੁਹਾਡੇ ਕੋਈ 60 ਜਾਂ ਤੁਸੀਂ ਬਿਮਾਰ ਹੋਏ ਹੋ, ਕੰਮ 'ਤੇ ਬਿਮਾਰ ਹੋਏ ਹੋ ਜਾਂ ਕੰਮ 'ਤੇ 60 ਲੱਗੀ ਹੈ, ਤੁਹਾਡੀ ਇਨਕਮ ਕਰੀਬਨ 85% ਤੱਕ ਰਿਪਲੇਸ ਹੋ ਜਾਂਦੀ ਹੈ, ਡਿਪੈਂਡਿੰਗ ਔਨ ਕਲੇਮ ਅਤੇ ਡਿਸੇਬਿਲਿਟੀ ਕੀ ਹੈ। ਉਸ ਤੋਂ ਬਾਅਦ ਕਈਆਂ ਕੋਲ ਆਪਣੇ ਲੌਂਗ ਟਰਮ ਡਿਸੇਬਿਲਿਟੀ ਅਤੇ ਸ਼ਾਰਟ ਟਰਮ ਡਿਸੇਬਿਲਿਟੀ ਹੁੰਦੇ ਆ ਇੰਪਲੋਇਰਸ ਦੇ ਥਰੂ। ਜਿਵੇਂ ਆਪਾਂ ਕਈ ਸਰਵਿਸ ਸੈਕਟਰ ਵਿੱਚ ਕੰਮ ਕਰਦੇ ਹਾਂ ਜਾਂ ਫੈਕਟਰੀਜ਼ ਵਿੱਚ ਕੰਮ ਕਰਦੇ ਹਾਂ, ਉਹਨਾਂ ਦੇ ਸ਼ਾਰਟ ਟਰਮ ਲੌਂਗ ਟਰਮ ਡਿਸੇਬਿਲਿਟੀ ਹੁੰਦੀ ਹੈ। ਸ਼ਾਰਟ ਟਰਮ ਡਿਸੇਬਿਲਿਟੀ ਦਾ ਮਤਲਬ ਹੈ ਕਿ ਤੁਹਾਨੂੰ ਕੋਈ ਸੱਟ ਲੱਗ ਜਾਏ ਜਾਂ ਤੁਸੀਂ ਬਿਮਾਰ ਹੋ, ਤਾਂ ਕਰੀਬਨ ਤੁਹਾਨੂੰ
ਮੈਕਸਿਮਮ 10 ਵੀਕ ਤੋਂ ਲੈ ਕੇ 26 ਵੀਕ ਤੱਕ ਕਰੀਬਨ ਤੁਸੀਂ ਇਨਕਮ ਰਿਪਲੇਸਮੈਂਟ ਕਰਾ ਸਕਦੇ ਹੋ। ਐਂਡ ਅਗੇਨ ਡਿਪੈਂਡਿੰਗ ਟੂ ਕੰਪਨੀ ਟੂ ਕੰਪਨੀ, ਉਹਦੇ ਵਿੱਚ ਕਵਰੇਜ ਤੁਹਾਡੀ 70% ਤੋਂ ਲੈ ਕੇ ਕਈ ਵਾਰ 100% ਤੱਕ ਵੀ ਹੁੰਦੀ ਹੈ। ਅਤੇ ਆਫਟਰ 26 ਵੀਕਸ ਜੇ ਤੁਸੀਂ ਫਿਰ ਵੀ ਕੰਮ 'ਤੇ ਨਹੀਂ ਜਾ ਸਕਦੇ, ਦੈਨ ਸਮਟਾਈਮਸ ਮੈਨੀ ਪੀਪਲ ਹੈਵ ਅ ਕਵਰੇਜ ਫਰੋਮ ਦੇਅਰ ਇੰਪਲੋਇਰ ਕਾਲਡ ਲੋਂਗ ਟਰਮ ਡਿਸਬਿਲਿਟੀ। ਉਹਦਾ ਮਤਲਬ ਇਹ ਹੈ ਕਿ ਤੁਸੀਂ 26 ਵੀਕ ਤੋਂ ਬਾਅਦ ਵੀ ਕੰਮ 'ਤੇ ਨਹੀਂ ਜਾ ਪਾ ਰਹੇ। ਅਤੇ ਇਸ ਕੇਸ ਵਿੱਚ ਮੈਕਸੀਮਮ ਜਿਹੜੀ ਇੰਪਲੋਇਰ ਲੋਂਗ ਟਰਮ ਡਿਸਬਿਲਿਟੀ ਹੁੰਦੀ ਹੈ ਨੋਰਮਲੀ 60% ਦੇ ਕਰੀਬ ਹੁੰਦੀ ਹੈ, 60 ਤੋਂ 65%। ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ 10,000 ਕਮਾ ਰਹੇ ਹੋ, ਕਰੀਬਨ 6-6.5 ਹਜ਼ਾਰ ਤੁਹਾਨੂੰ ਮਿਲ ਜਾਂਦਾ। ਅਗੇਨ ਡਿਪੈਂਡਿੰਗ ਔਨ ਹਾਓ ਯੂਰ ਇੰਪਲੋਇਰ ਇਜ ਸਟਰਕਚਰਿੰਗ ਦੈਟ ਸ਼ਾਰਟ ਟਰਮ ਐਂਡ ਲੋਂਗ ਟਰਮ ਡਿਸਬਿਲਿਟੀ, ਯੂ ਮੇ ਹੈਵ ਟੂ ਪੇ ਟੈਕਸਿਸ ਔਨ ਟੋਪ ਆਫ ਇਟ। ਕੁਛ ਇੰਪਲੋਇਰ ਨੇ ਇਸ ਤਰ੍ਹਾਂ ਸਟਰਕਚਰ ਕੀਤੀ ਹੁੰਦੀ ਹੈ ਕਿ ਤੁਹਾਨੂੰ ਕੋਈ ਟੈਕਸ ਨਹੀਂ ਪੇ ਕਰਨਾ ਪੈਂਦਾ। ਕੁਛ ਇੰਪਲੋਇਰਸ ਨੇ ਕੀਤੀ ਹੁੰਦੀ ਹੈ ਕਿ ਹਾਂ ਤੁਹਾਨੂੰ ਜਿਹੜੀ ਇੰਸ਼ੋਰੈਂਸ ਮਿਲੇਗੀ ਬੈਨੀਫਿਟ ਮਿਲੇਗਾ ਉਹਦੇ 'ਚ ਤੁਹਾਨੂੰ ਟੈਕਸ ਪੇ ਕਰਨਾ ਪਏਗਾ। ਅਤੇ ਇਹ ਤਾਂ ਹੋਗੀ ਤੁਹਾਡੇ ਆਪਣੇ ਇੰਪਲੋਇਰ ਦੇ ਥਰੂ ਜਾਂ ਗਵਰਨਮੈਂਟ ਦੇ ਥਰੂ ਜਿਹਨੂੰ ਆਪਾਂ WSI ਵੀ ਕਹਿ ਦਿੰਦੇ ਹਾਂ। ਲਾਈਕ ਬਟ ਦਿਸ ਇਜ਼ ਓਨਲੀ ਡਿਸਬਿਲਿਟੀ ਇਫ ਯੂ ਆਰ ਐਟ ਵਰਕ। ਅਤੇ ਇਹਨੂੰ ਕਾਊਂਟਰ ਕਰਨ ਲਈ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਡਿਸਬਿਲਿਟੀ ਕਈ ਵਾਰ ਕੰਮ 'ਤੇ ਨਹੀਂ ਹੁੰਦੀ, ਅਸੀਂ ਘਰ 'ਚ ਪੌੜੀਆਂ 'ਚ ਡਿੱਗ ਗਏ, ਜਿਹੜੀ ਕਾਫੀ ਕਾਮਨ ਮੇਰੇ ਕੁਛ ਕਲੇਮਸ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਪੌੜੀਆਂ 'ਤੇ ਡਿੱਗਣ ਕਰਕੇ ਆ ਗਏ ਅਤੇ ਫ੍ਰੈਕਚਰ ਹੋ ਗਏ। ਕਈ ਵਾਰ ਆਪਾਂ ਰਾਈਡ ਕਰ ਰਹੇ ਹੁੰਦੇ, ਕਾਰ ਵਿੱਚ ਜਾਂਦੇ ਜਾਂਦੇ ਸਾਡੇ ਐਕਸੀਡੈਂਟਸ ਹੋ ਜਾਂਦੇ ਨੇ, ਉਸ ਕੇਸ ਵਿੱਚ ਤੁਹਾਡੀ WSI ਵੀ ਕੰਮ ਨਹੀਂ ਕਰਦੀ। ਤੁਹਾਡਾ ਇੰਪਲੋਇਰ ਦੀ ਜਿਹੜੀ ਸ਼ਾਰਟ ਟਰਮ ਐਂਡ ਲੋਂਗ ਟਰਮ ਡਿਸਬਿਲਿਟੀ ਹੈ, ਯੈਸ ਦੈਟ ਡਜ਼ ਵਰਕ, ਬਟ ਦੈਟ ਓਨਲੀ ਕਵਰਸ ਟੂ ਲਾਈਕ 60-65% ਮੈਕਸੀਮਮ। ਅਤੇ ਉਸ ਕੇਸ ਵਿੱਚ ਤੁਸੀਂ ਕੀ ਕਰ ਸਕਦੇ ਹੋ, ਇੱਕ ਆਪਣੀ ਪ੍ਰਾਈਵੇਟ ਡਿਸਬਿਲਿਟੀ ਇੰਸ਼ੋਰੈਂਸ ਲੈ ਸਕਦੇ ਹੋ। ਪ੍ਰਾਈਵੇਟ ਡਿਸਬਿਲਿਟੀ ਦਾ ਮਤਲਬ ਹੈ ਕਿ ਜੇ ਤੁਸੀਂ ਕੰਮ 'ਤੇ ਹੋ ਜਾਂ ਨਹੀਂ ਹੋ, ਤੁਹਾਨੂੰ ਤੁਹਾਡਾ ਇੰਪਲੋਇਰ ਕਵਰ ਕਰਦਾ ਹੈ ਜਾਂ ਨਹੀਂ ਕਰਦਾ। ਜੇ ਤੁਸੀਂ ਡਿਸੇਬਲਡ ਹੋ, ਜੇ ਤੁਸੀਂ ਆਪਣੇ ਕੰਮ 'ਤੇ ਨਹੀਂ ਜਾ ਸਕਦੇ ਕਿਸੇ ਇੰਜਰੀ ਦੇ ਕਾਰਨ ਜਾਂ ਤੁਸੀਂ ਬਿਮਾਰ ਹੋ, ਅਤੇ ਉਹ ਤੁਹਾਡੀ ਪ੍ਰਾਈਵੇਟ ਡਿਸਬਿਲਿਟੀ ਇੰਸ਼ੋਰੈਂਸ ਉਹ ਤੁਹਾਡੀ ਇਨਕਮ ਪੇ ਕਰੇਗੀ ਜਦੋਂ ਤੱਕ ਤੁਸੀਂ ਡਿਸੇਬਲਡ ਹੋ। ਅਤੇ ਵੈਰੀ ਕੁਇਕਲੀ ਜਿੱਦਾਂ ਆਪਾਂ ਪਿਛਲੀ ਵਾਰ ਕਵਰ ਕੀਤਾ ਸੀਗਾ, ਤੁਸੀਂ ਜਿਹੜਾ ਬੈਨੀਫਿਟ ਹੈਗਾ ਤੁਸੀਂ ਇਹ ਵੀ ਡਿਫਾਈਨ ਕਰ ਸਕਦੇ ਹੋ ਕਿ ਤੁਹਾਨੂੰ 2 ਸਾਲ ਲਈ ਬੈਨੀਫਿਟ ਚਾਹੀਦਾ, 5 ਸਾਲ ਲਈ ਚਾਹੀਦਾ, ਜਾਂ ਏਜ 65 ਜਾਂ ਏਜ 70 ਤੱਕ ਮੈਕਸੀਮਮ ਬੈਨੀਫਿਟ ਮਿਲ ਸਕਦਾ। ਕਿਉਂਕਿ ਕਈ ਵਾਰ ਕੀ ਹੁੰਦਾ, ਸਾਡੀ ਡਿਸਬਿਲਿਟੀ ਬਹੁਤ ਲੰਬੀ ਹੋ ਜਾਂਦੀ ਹੈ। ਮੇਰੇ ਕੋਲ ਇੱਕ ਕੇਸ ਆਇਆ ਸੀ ਜੀ, ਉਹਨਾਂ ਦਾ ਸਟ੍ਰੋਕ ਹੋ ਗਿਆ ਸੀਗਾ, ਅਤੇ ਮਤਲਬ ਪੌੜੀਆਂ ਤੋਂ ਡਿੱਗੇ, ਅਤੇ ਪੌੜੀਆਂ ਤੋਂ ਡਿੱਗ ਕੇ ਉਹਨੂੰ ਸਟ੍ਰੋਕ ਤਾਂ ਨਹੀਂ ਕਹਾਂਗਾ, ਪੈਰਾਲਿਸਿਸ ਹੋ ਗਿਆ, ਉਹਨਾਂ ਦੀ ਇੱਕ ਨਸ ਦੱਬੀ ਗਈ ਅਤੇ ਉਸ ਤੋਂ ਬਾਅਦ ਪੈਰਾਲਿਸਿਸ ਹੋ ਗਿਆ, ਅਤੇ ਉਹ ਕਦੀ ਕੰਮ 'ਤੇ ਨਹੀਂ ਜਾ ਸਕਦੇ। ਹੁਣ ਜੇ ਉਹ ਕਦੇ ਕੰਮ 'ਤੇ ਨਹੀਂ ਜਾ ਸਕਦੇ, ਜੇ ਤੁਸੀਂ 2 ਸਾਲ ਦੀ ਡਿਸਬਿਲਿਟੀ ਇੰਸ਼ੋਰੈਂਸ ਲਿੱਤੀ ਹੈ ਤਾਂ ਤੁਹਾਨੂੰ ਸਿਰਫ 2 ਸਾਲ ਤੋਂ ਬਾਅਦ ਬੈਨੀਫਿਟਸ ਬੰਦ ਹੋ ਜਾਣਗੇ, ਜੇ 5 ਸਾਲ ਦੀ ਲਿੱਤੀ ਹੈ ਤਾਂ 5 ਸਾਲ ਤੋਂ ਬਾਅਦ ਬੰਦ ਹੋ ਜਾਣਗੇ। ਅਤੇ ਇਸੇ ਤਰ੍ਹਾਂ ਜਿੰਨਾ ਲੰਬਾ ਆਪਾਂ ਬੈਨੀਫਿਟ ਲੈਣਾ ਚਾਹੁੰਦੇ ਹਾਂ ਓਨੀ ਇੱਕ ਕੋਸਟ ਆ ਜਾਂਦੀ ਹੈ। ਜੇ ਤੁਸੀਂ ਸਿਰਫ 2 ਸਾਲ ਲਈ ਲਓਗੇ ਤਾਂ ਕੋਸਟ ਘੱਟ ਹੋਏਗੀ, ਜੇ ਤੁਸੀਂ ਏਜ 65 ਤੋਂ ਲਓਗੇ ਤਾਂ ਓਬਵੀਅਸਲੀ ਕੋਸਟ ਜ਼ਿਆਦਾ ਹੋ ਜਾਂਦੀ ਹੈ। ਦੂਸਰੀ ਚੀਜ਼ ਇੰਪੋਰਟੈਂਟ ਹੈਗੀ ਹੈ ਡਿਸਬਿਲਿਟੀ ਇੰਸ਼ੋਰੈਂਸ, ਕਿ ਸਾਡਾ ਆਕੂਪੇਸ਼ਨ ਕੀ ਹੈ। ਜੇ ਆਪਾਂ ਕੋਈ ਰਿਸਕੀ ਆਕੂਪੇਸ਼ਨ 'ਚ ਕੰਮ ਕਰ ਰਹੇ ਹਾਂ, ਸਾਡਾ ਪ੍ਰੀਮੀਅਮ ਥੋੜ੍ਹਾ ਜ਼ਿਆਦਾ ਹੋਏਗਾ। ਜੇ ਤੁਸੀਂ ਆਫਿਸ ਵਰਕ ਕਰ ਰਹੇ ਹੋ, ਸੁਪਰਵਾਈਜ਼ਰੀ ਸਰਵਿਸਿਜ਼ ਕਰ ਰਹੇ ਹੋ, ਅਕਾਊਂਟੈਂਟ ਹੋ ਜਾਂ ਰੀਅਲ ਇਸਟੇਟ ਵਿੱਚ ਹੋ, ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਹੈਗੇ ਹੋ ਜਾਂ ਕੋਈ ਸਰਵੇਅਰ ਹੈਗੇ ਹੋ, ਓਬਵੀਅਸਲੀ ਉਹਨਾਂ ਦਾ ਜਿਹੜਾ ਰਿਸਕ ਘੱਟ ਹੁੰਦਾ ਡਿਸਬਿਲਿਟੀ ਦਾ, ਉਹਨਾਂ ਦਾ ਪ੍ਰੀਮੀਅਮ ਘੱਟ ਹੋਏਗਾ। ਜ਼ਿਆਦਾ ਰਿਸਕ ਕਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹੜੇ ਆਪਣੇ ਟਰੱਕ ਡਰਾਈਵਰ ਵੀਰ ਨੇ, ਸਲੂਨ 'ਚ ਕੰਮ ਕਰਦੇ ਨੇ, ਕੰਸਟਰਕਸ਼ਨ 'ਚ ਕੰਮ ਕਰਦੇ ਨੇ, ਇਸ ਤਰ੍ਹਾਂ ਜਿਹੜੇ ਰਿਸਕੀ ਆਪਰੇਸ਼ਨਸ ਹੁੰਦੇ ਨੇ ਉਹਨਾਂ ਦੀ ਓਬਵੀਅਸਲੀ ਥੋੜ੍ਹੀ ਜਿਹੜੀ ਪ੍ਰੀਮੀਅਮ ਹੈਗਾ ਥੋੜ੍ਹਾ ਜ਼ਿਆਦਾ ਹੈਗਾ। ਅਤੇ ਅਜੇ ਤੱਕ ਆਪਾਂ ਇਹੀ ਡਿਸਕਸ ਕੀਤਾ ਸੀਗਾ ਕਿ ਇਹ 2 ਚੀਜ਼ਾਂ ਮੇਨ ਹੈਗੀਆਂ ਜੀ। ਸੋ ਡਿਸਬਿਲਿਟੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੱਕ ਐਸਾ ਪਾਰਟ ਆ ਜਿਹਦੇ ਵਿੱਚ ਜੇ ਬੰਦਾ ਆਪਾਂ ਇਸ ਮੁਲਕ ਵਿੱਚ ਡਿਸਬਿਲਿਟੀ ਮਤਲਬ ਕਿਹੜਾ ਮਤਲਬ ਇਹ ਜ਼ਰੂਰੀ ਆ। ਦੇਖੋ ਲਿਵਿੰਗ ਬੈਨੀਫਿਟ ਜਿਵੇਂ ਕਹਿ ਦਿੰਦੇ, ਤੁਹਾਡੇ ਇਨਕਮ ਨਹੀਂ ਹੈਗੀ ਤਾਂ ਕੁਛ ਵੀ ਨਹੀਂ ਹੈਗਾ। ਉਹੀ ਗੱਲ ਹੈ ਨਾ, ਖਰਚੇ ਤਾਂ ਸਾਡੇ ਤਿਆਰ ਪਏ ਆ। ਦੇਖੋ ਤੁਸੀਂ ਜ਼ਿੰਦਾ ਹੋ, ਇਟਸ ਨਾਟ ਲਾਈਫ ਇੰਸ਼ੋਰੈਂਸ ਨੇ ਕਿਕ ਇਨ ਨਹੀਂ ਹੋਣਾ ਜੀ ਜੀ। ਠੀਕ ਹੈ, ਯੂ ਆਰ ਅਲਾਈਵ, ਦੈਟਸ ਵਾਈ ਇਟ ਇਜ਼ ਕਾਲਡ ਲਿਵਿੰਗ ਬੈਨੀਫਿਟ, ਜਿੱਦਾਂ ਤੁਸੀਂ ਕਿਹਾ ਖਰਚੇ ਨਹੀਂ ਬੰਦ ਹੋ ਰਹੇ। ਕਿਉਂਕਿ ਜੇ ਤਾਂ ਰੱਬ ਨਾ ਕਰੇ ਤੁਹਾਨੂੰ ਕੁਛ ਹੋ ਗਿਆ, ਚਲੋ ਫਿਰ ਤਾਂ ਮਹਾਰਾਜ ਦੀ ਮਰਜ਼ੀ ਆ, ਕਿਉਂਕਿ ਉਹ ਸੱਚਾਈ ਆ। ਹਾਂਜੀ, ਜੇ ਤੁਹਾਡੀ ਡੈਥ ਹੋ ਗਈ ਹੈ ਜਾਂ ਕੁਛ ਵੀ ਆ, ਉਹ ਸੱਚਾਈ ਆ। ਲੇਕਿਨ ਜੇ ਤੁਸੀਂ ਜਿਉਂ ਪਏ ਤਾਂ ਉਹਦੇ ਵਿੱਚ ਪ੍ਰੋਬਲਮਸ ਆ ਗਈਆਂ,
ਫਿਰ ਉੱਥੇ ਤੁਹਾਨੂੰ ਡਿਸੇਬਿਲਿਟੀ ਕੰਮ ਆ ਸਕਦੀ ਹੈ। ਬਿਲਕੁਲ, ਡਿਸੇਬਿਲਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਤੁਹਾਡੀ ਐਟਲੀਸਟ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਹੈ ਉਹ ਤੁਸੀਂ ਆਪਣੀ ਸਸਟੇਨ ਕਰ ਸਕੋ। ਹੁਣ ਇੱਕ ਮੇਰੇ ਕਲਾਇੰਟ ਸੀਗੇ, ਕਲਾਇੰਟ ਕੀ ਸੀਗੇ, ਇਨਫੈਕਟ ਮੈਂ ਖੁਦ ਹੀ ਦੱਸ ਦਾਂ ਕਿ ਕਈ ਵਾਰ ਉਹ ਕਹਿੰਦੇ ਕਿ 60% ਹੀ ਕਿਉਂ ਕਵਰ ਹੁੰਦਾ ਹੈ, 70% ਹੀ ਕਿਉਂ ਕਵਰ ਹੁੰਦਾ। ਜੀ ਜੀ ਜੀ, ਉਹਦਾ ਕਾਰਨ ਇਹ ਹੈ ਕਿ ਇੰਸ਼ੋਰੈਂਸ ਕੰਪਨੀਜ਼ ਦੇ ਆਰ ਵੈਰੀ ਸਮਾਰਟ ਪੀਪਲ। ਬਿਲਕੁਲ ਜੀ, ਤੁਸੀਂ ਅੱਜ 10,000 ਕਮਾ ਰਹੇ ਹੋ ਸਤਨਾਮ ਜੀ, ਅਤੇ ਐਜ਼ ਐਨ ਇੰਸ਼ੋਰੈਂਸ ਕੰਪਨੀ ਮੈਂ ਤੁਹਾਨੂੰ ਹਰ ਮਹੀਨੇ 10,000 ਦਿੰਦਾ ਰਹਾਂ, ਵਾਟ ਇਜ਼ ਯੂਅਰ ਮੋਟੀਵੇਸ਼ਨ ਟੂ ਗੋ ਬੈਕ ਟੂ ਵਰਕ? ਤੁਸੀਂ ਤਾਂ ਇਹ ਕਹੋਗੇ ਕਿ ਮੈਨੂੰ ਇੰਸ਼ੋਰੈਂਸ ਤੋਂ ਮੈਨੂੰ ਕੀ ਲੋੜ ਹੈ, ਮੈਨੂੰ ਕੀ ਲੋੜ ਹੈ। ਹਾਂਜੀ, ਅਤੇ ਇੰਸ਼ੋਰੈਂਸ ਕੰਪਨੀਜ਼ ਕੀ ਕਰਦੀਆਂ ਨੇ ਕਿ ਉਹ ਤੁਹਾਨੂੰ 10,000 ਨਹੀਂ ਦਿੰਦੀਆਂ, ਉਹ ਤੁਹਾਨੂੰ 6,000 ਦਿੰਦੀਆਂ, 60-70% ਮੈਕਸਿਮਮ, ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਘੱਟ ਮਿਲੇ ਅਤੇ ਤੁਸੀਂ ਮੋਟੀਵੇਟਡ ਰਹੋ ਕਿ ਹਾਂ ਜਿੰਨਾ ਮੈਂ ਪਹਿਲਾਂ ਕਮਾਉਂਦਾ ਸੀ ਹੁਣ ਇਨਕਮ ਘੱਟ ਗਈ ਹੈ, ਓਬਵੀਅਸਲੀ ਮੇਰੇ ਬੇਸਿਕ ਖਰਚੇ ਚੱਲ ਰਹੇ ਹੈ, ਬੇਸਿਕ ਖਰਚਿਆਂ ਤੋਂ ਇਲਾਵਾ ਵੀ ਜ਼ਿੰਦਗੀ ਹੈਗੀ ਹੈ ਉਹ ਵੀ ਕਰਨੀ ਹੈ, ਸੋ ਦੈਟ ਯੂ ਆਰ ਮੋਟੀਵੇਟਡ ਟੂ ਗੋ ਬੈਕ। ਬਿਲਕੁਲ ਸਹੀ ਗੱਲ ਹੈ ਜੀ, ਅਤੇ ਉਹਦਾ ਇਹ ਕਾਰਨ ਹੈ ਕਿ ਪੂਰੀ 100% ਕਦੀ ਵੀ ਕੋਈ ਵੀ ਡਿਸੇਬਿਲਿਟੀ ਇੰਸ਼ੋਰੈਂਸ ਵਿਲ ਨੈਵਰ ਕਵਰ 100%। ਵਾਓ, ਇਹਦੇ ਨਾਲ ਚਾਹੀਦਾ ਵੀ ਇਦਾਂ ਹੀ ਹੈ ਮੈਨੂੰ ਲੱਗਦਾ। ਹਾਂਜੀ ਬਿਲਕੁਲ, ਦਿਸ ਇਜ਼ ਅਗੇਨ ਦ ਕਨਸੈਪਟ, ਅਗੇਨ ਜੇ ਤੁਸੀਂ ਆਪਣੇ ਆਪ ਸੋਚ ਕੇ ਦੇਖੋ, ਜੇ ਮੈਨੂੰ ਘਰ ਬੈਠੇ, ਜੇ 5,000 ਦੀ ਜੋਬ ਘਰ ਬੈਠੇ ਮਿਲ ਰਹੀ ਆ ਜੋਬ ਤੇ, ਬਿਲਕੁਲ ਜੇ ਤੁਹਾਨੂੰ ਰੱਬ ਨਾ ਕਰੇ ਕੁਝ ਹੋ ਗਿਆ, 5,000 ਮਿਲਣ ਲੱਗ ਗਿਆ, ਤੁਸੀਂ ਤਾਂ ਜਾਓਗੇ ਨਹੀਂ, ਫਾਇਦਾ ਕੀ ਹੈ ਕੰਮ ਤੇ ਜਾਣ ਦਾ? ਹਾਂਜੀ, ਕਿਉਂ ਜਾਵਾਂ ਮੈਂ, ਮੈਨੂੰ ਕੀ ਲੋੜ ਆ, ਮੈਨੂੰ ਕੀ ਲੋੜ ਆ? ਸੋ ਜਿਹੜਾ ਉਹ 60% ਤੁਹਾਨੂੰ ਦੇ ਦਿੰਦੇ, ਬਾਕੀ ਕਹਿੰਦੇ ਵੀ 40% ਲਈ ਤੁਸੀਂ ਤਿਆਰ ਰਹੋ। ਐਗਜੈਕਟਲੀ, ਯੂ ਹੈਵ ਟੂ, ਆਈ ਮੀਨ ਤੁਹਾਨੂੰ ਤਾਂ ਹੀ ਤਾਂ ਤੁਸੀਂ ਮੋਟੀਵੇਟ ਹੋਵੋਗੇ ਕਿ ਹਾਂ ਮੈਂ ਜਲਦੀ ਜਲਦੀ ਠੀਕ ਹੋਵਾਂ, ਕੰਮ 'ਤੇ ਜਾਵਾਂ, ਜੇ ਨਹੀਂ ਜਾ ਸਕਦੇ ਉਹ ਗੱਲ ਅਲੱਗ ਹੈ, ਲੇਕਿਨ ਜੇ ਤੁਸੀਂ ਕਰ ਸਕਦੇ ਹੋ ਕੰਮ, ਓਬਵੀਅਸਲੀ ਦੈਟ ਇਜ਼ ਯੂਅਰ ਮੋਟੀਵੇਸ਼ਨ ਸੋ ਦੈਟ ਯੂ ਕੈਨ ਅਰਨ ਮੋਰ ਮਨੀ ਐਂਡ ਲਿਵ ਯੂਅਰ ਲਾਈਫ ਨੋਰਮਲੀ। ਬਿਲਕੁਲ, ਠੀਕ ਹੈ। ਇਸ ਦੇ ਨਾਲ ਨਾਲ ਮੈਨੂੰ ਇੱਕ ਹੋਰ ਚੀਜ਼ ਯਾਦ ਆਈ, ਜਦੋਂ ਆਪਾਂ ਡਿਸਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਈ ਵਾਰ ਆਪਾਂ ਕੋਆਰਡੀਨੇਸ਼ਨ ਆਫ ਬੈਨੀਫਿਟਸ ਵੀ ਗੱਲ ਕਰਦੇ ਹਾਂ। ਨਾ, ਕੋਆਰਡੀਨੇਸ਼ਨ ਆਫ ਬੈਨੀਫਿਟਸ ਇਹ ਬੜੀ ਇੱਕ ਟੈਕਨੀਕਲ ਜਿਹੀ ਟਰਮ ਹੈਗੀ ਹੈ, ਨੋਰਮਲੀ ਐਡਵਾਈਜ਼ਰ ਜਾਂ ਬ੍ਰੋਕਰ ਐਕਸਪਲੇਨ ਕਰਨਾ ਪਸੰਦ ਨਹੀਂ ਕਰਦੇ, ਬਟ ਅਗੇਨ ਦਿਸ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਥਿੰਗਸ। ਕੋਆਰਡੀਨੇਸ਼ਨ ਦਾ ਕੀ ਮਤਲਬ ਹੈ? ਕੋਆਰਡੀਨੇਸ਼ਨ ਦਾ ਮਤਲਬ ਇਹ ਹੈ ਕਿ ਸਪੋਜ਼ ਤੁਹਾਡੀ ਕੋਈ ਡਿਸਬਿਲਿਟੀ ਹੋ ਗਈ ਹੈ, ਅਤੇ ਤੁਹਾਡੇ ਲੌਂਗ ਟਰਮ ਡਿਸਬਿਲਿਟੀ ਜਾਂ ਸ਼ਾਰਟ ਟਰਮ ਡਿਸਬਿਲਿਟੀ ਚੱਲ ਰਹੀ ਹੈ, ਅਤੇ ਤੁਹਾਡੇ ਕੋਲ ਇੱਕ ਪ੍ਰਾਈਵੇਟ ਆਪਣਾ ਪਲਾਨ ਵੀ ਹੈਗਾ, ਮੈਕਸੀਮਮ ਕਿੰਨਾ ਮਿਲਣਾ ਤੁਹਾਨੂੰ? 70% ਮੈਕਸੀਮਮ ਮਿਲ ਸਕਦਾ ਹੈ। ਤੁਹਾਡਾ ਇੰਪਲੋਇਰ ਦਾ ਪਲਾਨ ਕਿੰਨਾ ਕਵਰ ਕਰਦਾ? ਇੰਪਲੋਇਰ ਕਹਿੰਦਾ ਕਿ ਜੀ ਮੈਂ ਸਿਰਫ 50% ਡਿਸਬਿਲਿਟੀ ਪੇ ਕਰਾਂਗਾ, ਬਾਕੀ ਨਹੀਂ ਪੇ ਕਰਾਂਗਾ। ਤੁਹਾਡਾ ਪ੍ਰਾਈਵੇਟ ਪਲਾਨ ਕੀ ਕਹਿੰਦਾ? 70% ਮੈਕਸੀਮਮ, ਅਤੇ ਉਹਨੇ ਜਿਹੜਾ ਪ੍ਰਾਈਵੇਟ ਪਲਾਨ ਹੈਗਾ ਉਹਨੇ ਕਹਿਣਾ 50% ਤੁਸੀਂ ਆਪਣੇ ਇੰਪਲੋਇਰ ਪਲਾਨ ਤੋਂ ਲਓ, ਜਿਹੜਾ ਰੈਸਟ ਆਫ ਦ 20% ਹੈਗਾ, ਬਿਕੋਜ਼ ਮੈਕਸੀਮਮ ਇਜ਼ 70, ਰੈਸਟ ਆਫ ਦ 20% ਵੀ ਵਿਲ ਪੇ ਸੋ ਦੈਟ ਯੂ ਵਿਲ ਨਾਟ ਗੈਟ ਮੋਰ ਦੈਨ 70%। ਸੋ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕੋਆਰਡੀਨੇਸ਼ਨ ਆਫ ਬੈਨੀਫਿਟਸ, ਕਿ ਕੋਈ ਵੀ ਤੁਹਾਨੂੰ ਇਨਕਮ ਆ ਰਹੀ ਹੈ, ਕਿਤੋਂ ਵੀ ਆ ਰਹੀ ਹੈ, ਉਹਨਾਂ ਨੇ ਉਹ ਸਾਰੀ ਟੋਟਲ ਇਨਕਮ ਜੋੜ ਕੇ ਦੇਖਣੀ ਹੈ ਕਿ ਤੁਸੀਂ ਮੈਕਸੀਮਮ 70% ਜਿਹੜੀ ਆਪਣੀ ਪ੍ਰੀ ਡਿਸਬਿਲਿਟੀ ਇਨਕਮ ਤੋਂ ਇਨਕਰੀਜ਼ ਨਾ ਕਰੋ। ਹੁਣ ਇਹਦੇ ਵਿੱਚ ਹੁਣ ਕਈ ਵਾਰ ਕਹਿੰਦੇ ਨੇ ਜੀ ਮੈਨੂੰ ਕਿਰਾਇਆ ਆ ਰਿਹਾ, ਅਤੇ ਕਿਰਾਇਆ ਉਹ ਇਨਕਲੂਡ ਹੋਏਗਾ? ਬਿਲਕੁਲ ਹੋਏਗਾ, ਯੂਅਰ ਰੈਂਟਲ ਇਨਕਮ ਇਜ਼ ਯੂਅਰ ਇਨਕਮ, ਦੈਟ ਇਜ਼ ਆਲਸੋ ਇਨਕਲੂਡਿਡ ਵੈਨ ਯੂ ਗੈਟ ਬੈਨੀਫਿਟ। ਇਟ ਸ਼ੁੱਡ ਨਾਟ, ਜਿਹੜਾ ਤੁਹਾਨੂੰ ਬੈਨੀਫਿਟ ਮਿਲਣਾ ਕਿਸੇ ਵੀ ਸੂਰਤ ਵਿੱਚ 70% ਤੋਂ ਜ਼ਿਆਦਾ ਨਹੀਂ ਮਿਲਣਾ, ਅਤੇ ਦਿਸ ਇਜ਼ ਐਕਚੁਲੀ ਦ ਬੇਸਿਸ ਆਫ ਡਿਸਬਿਲਿਟੀ ਇੰਸ਼ੋਰੈਂਸ, ਠੀਕ ਹੈ ਜੀ। ਅਤੇ ਮਤਲਬ ਬੜੀ ਇੰਪੋਰਟੈਂਟ ਚੀਜ਼ ਹੈ, ਨੋਰਮਲੀ ਦੱਸੀ ਨਹੀਂ ਜਾਂਦੀ, ਅਤੇ ਨੋਰਮਲੀ ਲੋਕ ਪੁੱਛਦੇ ਵੀ ਨਹੀਂ ਹੈਗੇ, ਬਿਕੋਜ਼ ਸਮਟਾਈਮਸ ਇਹ ਕੰਪਲੀਕੇਟਡ ਡਿਸਬਿਲਿਟੀ ਇੰਸ਼ੋਰੈਂਸ ਸਮਝਣੀ ਥੋੜ੍ਹੀ ਔਖੀ ਹੈ, ਇਟਸ ਵੈਰੀ ਡਿਫੀਕਲਟ ਟੂ ਅੰਡਰਸਟੈਂਡ, ਵੈਰੀ ਡਿਫੀਕਲਟ ਟੂ ਅੰਡਰਸਟੈਂਡ, ਬਟ ਵਨ ਆਫ ਦ ਮੋਸਟ ਇੰਪੋਰਟੈਂਟ ਇੰਸ਼ੋਰੈਂਸ। ਸੋ ਜੇ ਤੁਸੀਂ ਸਿਰਫ ਕੁਐਸਚਨ ਪੁੱਛਣੇ ਆ ਤਾਂ 416-270-1234 ਕਾਲ ਕਰੋ, ਗੋਇਲ ਸਾਹਿਬ ਨੂੰ 2 ਘੰਟੇ ਬਿਠਾਓ, 4 ਘੰਟੇ ਬਿਠਾਓ, ਤੁਹਾਨੂੰ ਪੂਰੀ ਤਸੱਲੀ ਕਰਾਉਣਗੇ ਵੀ ਤੁਹਾਡੀ ਡਿਸੇਬਿਲਿਟੀ ਕਿਹੜੀ ਤੁਹਾਨੂੰ ਜ਼ਰੂਰੀ ਆ, ਤਾਂ ਕਿਹੜੀ ਲੈਣੀ ਚਾਹੀਦੀ ਹੈ, ਕਿਹੜੀ ਨਹੀਂ, ਕਿਉਂਕਿ ਇਹ ਜਿਸ ਤਰ੍ਹਾਂ ਦੱਸਦਾ ਵੀ ਡਿਸੇਬਿਲਿਟੀ ਦਾ ਜਿਹੜਾ ਮਾਮਲਾ ਵਾ ਜਾਂ ਇੰਸ਼ੋਰੈਂਸ ਆ ਜਾਂ ਪ੍ਰੋਡਕਟ ਆ ਉਹ ਥੋੜ੍ਹਾ ਪੇਚੀਦਾ ਵਾ, ਬਿਲਕੁਲ ਉਹ ਈਜ਼ੀਲੀ ਸਮਝ ਨਹੀਂ ਆਉਂਦਾ ਕਿਸੇ ਨੂੰ, ਹੋ ਸਕਦਾ ਕਈ ਵਾਰ ਆਪਾਂ ਨਾ ਕੌੜੀ ਗੱਲ ਕਹਿ ਦਿੰਦੇ ਹਾਂ ਨਾ ਵੀ ਕਈ ਵਾਰ ਕਿਸੇ ਨੂੰ ਚੰਗੀ ਨਹੀਂ ਲੱਗਦੀ, ਲੇਕਿਨ ਜੇ ਆਪਾਂ ਥੋੜ੍ਹਾ ਜਿਹਾ ਅਸਲੀਅਤ ਹੋ ਕੇ ਸੋਚੀਏ ਵੀ ਜੇ ਇਹ ਹੋਗਾ ਫਿਰ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਜਿਹੜੀ ਡਿਸੇਬਿਲਿਟੀ ਇੰਸ਼ੋਰੈਂਸ ਵੀ ਆਉਂਦੀ ਹੈ ਇਹ 2 ਪਾਰਟਸ ਵਿੱਚ ਵੰਡੀ ਜਾਂਦੀ ਹੈ, ਓਕੇ, ਡਿਸੇਬਿਲਿਟੀ ਡਿਊ ਟੂ ਇੰਜਰੀ ਐਂਡ ਡਿਸੇਬਿਲਿਟੀ ਡਿਊ ਟੂ ਸਿਕਨੈਸ, ਠੀਕ ਹੈ, ਉਹ ਵੀ ਬੜੀ ਇੰਪੋਰਟੈਂਟ, ਦੋਨੋਂ ਤਰ੍ਹਾਂ ਦੀ ਜ਼ਰੂਰੀ ਹੈ। ਹੁਣ ਜਿਹੜੀ ਡਿਸੇਬਿਲਿਟੀ ਡਿਊ ਟੂ ਇੰਜਰੀ ਹੈਗੀ ਹੈ ਇਟਸ ਵੈਰੀ ਈਜ਼ੀ ਟੂ ਗੈਟ,
ਕਿਉਂਕਿ ਮੈਨੂੰ ਪਤਾ ਵਾ ਸੱਟ ਹੋ ਗਈ, ਮੈਨੂੰ ਨਹੀਂ ਪਤਾ ਕਿ ਕਦੋਂ ਸੱਟ ਲੱਗਣੀ। ਬਿਲਕੁਲ ਸਹੀ ਗੱਲ, ਠੀਕ ਹੈ। ਇੰਸ਼ੋਰੈਂਸ ਕੰਪਨੀ ਲਈ ਇਹ ਡਿਟਰਮਿਨ ਕਰਨਾ ਬੜਾ ਆਸਾਨ ਹੋ ਜਾਂਦਾ ਕਿ ਹਾਂ ਸਗੁਨ ਅੱਜ ਬਿਲਕੁਲ ਠੀਕ ਹੈਗਾ, ਤੇ ਸਗੁਨ ਦਾ ਕੱਲ ਐਕਸੀਡੈਂਟ ਹੋਣਾ ਕਿਸੇ ਨੂੰ ਨਹੀਂ ਪਤਾ। ਕੱਲ ਐਕਸੀਡੈਂਟ ਹੋ ਜਾਏ ਇਟ ਮੀਨਸ ਇੰਜਰੀ ਹੋ ਗਈ, ਇੰਸ਼ੋਰੈਂਸ ਕੰਪਨੀ ਲਈ ਬੜਾ ਆਸਾਨ ਹੈ ਕਲੇਮ ਪਾਸ। ਜੀ ਜੀ ਜੀ। ਦੂਸਰੀ ਟਾਈਪ ਦੀ ਇੰਸ਼ੋਰੈਂਸ ਆ ਗਈ ਸਿਕਨੈਸ ਯਾ ਡਿਊ ਟੂ ਸਿਕਨੈਸ। ਹਾਂ ਸਿਕਨੈਸ, ਜੇ ਕੋਈ ਬਿਮਾਰੀ ਲੱਗ ਗਈ, ਜਿਵੇਂ ਕੋਈ ਬਿਮਾਰੀ ਲੱਗ ਗਈ। ਹਾਂ ਜੀ। ਹੁਣ ਮੈਨੂੰ ਆਲਰੇਡੀ ਬਲੱਡ ਪ੍ਰੈਸ਼ਰ ਹੈਗਾ ਆਊਟ ਆਫ ਕੰਟਰੋਲ ਹੈਗਾ, ਹਾਈ ਹੈ, ਹਾਂ ਬੜਾ ਹਾਈ ਹੈ, ਹੋ ਸਕਦਾ ਮੈਂ ਆਈ ਐਮ ਵੈਰੀ ਪ੍ਰੋਨ ਟੂ ਹਾਰਟ ਅਟੈਕ ਐਂਡ ਸਟ੍ਰੋਕ। ਬਿਲਕੁਲ ਸਹੀ, ਠੀਕ ਹੈ। ਬਲੱਡ ਪ੍ਰੈਸ਼ਰ ਮੇਰਾ ਹਾਈ ਹੈ ਅਤੇ ਮੈਂ ਟਰੱਕ ਚਲਾ ਰਿਹਾ ਜਾਂ ਕੋਈ ਇਸ ਤਰ੍ਹਾਂ ਦਾ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਜਾਂ ਹੈਵੀ ਵਰਕ ਕਰ ਰਿਹਾ, ਦ ਚਾਂਸਿਸ ਆਫ ਮੀ ਗੈਟਿੰਗ ਆਲ ਦ ਅਦਰ ਡਿਜ਼ੀਜ਼ ਹਾਰਟ ਅਟੈਕ ਐਂਡ ਸਟ੍ਰੋਕ ਇਜ਼ ਹਾਈ। ਬਿਲਕੁਲ ਜੀ। ਇਫ ਆਈ ਆਸਕ ਫਾਰ ਡਿਸਬਿਲਿਟੀ ਇੰਸ਼ੋਰੈਂਸ ਫਾਰ ਸਿਕਨੈਸ ਆਈ ਮੇ ਨੋਟ ਈਵਨ ਕੁਆਲੀਫਾਈ। ਇਟਸ ਨੋਟ ਈਜ਼ੀ ਬਿਕੋਜ਼ ਜਦੋਂ ਸਿਕਨੈਸ ਲਈ ਉਹ ਇੰਸ਼ੋਰੈਂਸ ਕੰਪਨੀ ਦੇਖਦੀ ਹੈ, ਉਹ ਤੁਹਾਡਾ ਬਹੁਤ ਹੀ ਸਟ੍ਰਿਕਟ ਅੰਡਰ ਰਾਈਟਿੰਗ, ਫਿਰ ਉਹ ਫਿਰ ਹਿਸਟਰੀ ਵੀ ਤੁਹਾਡੀ ਦੇਖਦੀ ਹੈ, ਸਾਰੇ ਤੁਹਾਡੇ ਡਾਕਟਰਸ ਰੈਕੋਰਡ ਚੈੱਕ ਕੀਤੇ ਜਾਂਦੇ ਨੇ, ਇਹ ਦੇਖਿਆ ਜਾਂਦਾ ਹੈ ਕਿ ਇਸ ਬੰਦੇ ਨੂੰ ਇਹ ਬਿਮਾਰੀ ਹੈ ਅਤੇ ਇਹਦੇ ਨਾਲ ਕੀ ਪ੍ਰੋਬਲਮਸ ਆ ਸਕਦੀਆਂ ਨੇ ਅਤੇ ਇਹ ਪ੍ਰੋਬਲਮਸ ਆ ਸਕਦੀਆਂ, ਆਪਾਂ ਇਹਨਾਂ ਨੂੰ ਇੰਸ਼ੋਰੈਂਸ ਦੇਣੀ ਹੈ ਜਾਂ ਨਹੀਂ ਦੇਣੀ। ਨਹੀਂ ਦੇਣੀ, ਬਿਲਕੁਲ। ਜੇ ਸਿਰਫ ਇੰਜਰੀ ਦੀ ਲੈਣੀ ਹੈ ਇਟਸ ਵੈਰੀ ਈਜ਼ੀ, ਹਾਂਜੀ, ਬਿਕੋਜ਼ ਨੋ ਕੋਈ ਪਤਾ ਨਹੀਂ ਕਿ ਇੰਜਰੀ ਕਦੋਂ ਹੋਣੀ, ਲੇਕਿਨ ਸਿਕਨੈਸ ਦਾ ਕੋਈ ਨਾ ਕੋਈ ਫਰਕ ਪੈਣਾ ਸ਼ੁਰੂ ਹੋ ਜਾਂਦਾ ਵਾ। ਬਿਲਕੁਲ। ਹੁਣ ਸਿਕਨੈਸ ਕਈ ਵਾਰ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਪੁਰਾਣੀ ਕੋਈ ਕੰਡੀਸ਼ਨ ਹੋਵੇ ਉਹਦੇ ਨਾਲ ਸਿਕਨੈਸ ਹੋ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆਪਣੇ ਕਲਾਇੰਟ ਦੀ ਜਿਹਨਾਂ ਨੂੰ ਡਾਇਬੀਟੀਜ਼ ਹੋਇਆ ਸੀ, ਟਰੈਵਲ ਇੰਸ਼ੋਰੈਂਸ ਉਹਨਾਂ ਨੇ ਲਿੱਤੀ ਸੀ, ਲੇਕਿਨ ਸਪੋਜ਼ ਉਹ ਡਿਸਬਿਲਿਟੀ ਇੰਸ਼ੋਰੈਂਸ ਜੇ ਮੈਂ ਐਗਜ਼ਾਮਪਲ ਲਵਾਂ ਉਹਨਾਂ ਦੀ, ਉਹਨਾਂ ਨੂੰ ਡਾਇਬੀਟੀਜ਼ ਹੋ ਗਈ, ਡਾਇਬੀਟੀਜ਼ ਦੇ ਕਾਰਨ ਉਹ ਕੰਮ ਤੇ ਨਹੀਂ ਡਿਸਬਲ ਹੋ ਗਏ। ਹਾਂਜੀ। ਦੇਰ ਇਜ਼ ਨੋ ਹਿਸਟਰੀ, ਦੇਰ ਇਜ਼ ਨੋ ਹਿਸਟਰੀ। ਹਾਂਜੀ। ਜੇ ਉਹਨਾਂ ਕੋਲ ਸਿਰਫ ਇੰਜਰੀ ਇੰਸ਼ੋਰੈਂਸ, ਇੰਜਰੀ ਡਿਸਬਿਲਿਟੀ ਹੁੰਦੀ, ਉਹਨਾਂ ਨੂੰ ਕੋਈ ਕਲੇਮ ਨਹੀਂ ਮਿਲਣਾ ਮਿਲਣਾ ਨਹੀਂ ਸੀ। ਹਾਂਜੀ। ਠੀਕ ਹੈ, ਬਿਕੋਜ਼ ਡਿਸਬਿਲਿਟੀ ਇਜ਼ ਡਿਊ ਟੂ ਅ ਸਿਕਨੈਸ, ਹਾਂਜੀ, ਅ ਡਿਜ਼ੀਜ਼। ਅੱਛਾ, ਉਹ ਕੈਂਸਲ ਕਰ ਸਕਦੇ ਆ। ਬਿਲਕੁਲ। ਤੋ ਜਦੋਂ ਵੀ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰੋ, ਕਿਸੇ ਵੀ ਐਡਵਾਈਸਰਸ ਨਾਲ ਗੱਲ ਕਰੋ, ਹਮੇਸ਼ਾ ਇਹ ਦੇਖੋ ਕਿ ਜਿਹੜੀ ਡਿਸੇਬਿਲਿਟੀ ਇੰਸ਼ੋਰੈਂਸ ਲੈ ਰਹੇ ਹੋ ਤੁਸੀਂ ਸਿਰਫ ਇੰਜਰੀ ਲਈ ਲੈ ਰਹੇ ਹੋ ਜਾਂ ਇੰਜਰੀ ਅਤੇ ਸਿਕਨੈਸ ਦੋਨੋਂ ਚੀਜ਼ਾਂ ਕਵਰ ਹੋ ਰਹੀਆਂ ਉਹਦੇ ਵਿੱਚ। ਜਿਹੜੀ ਸਿਕਨੈਸ ਦੀ ਇੰਸ਼ੋਰੈਂਸ ਹੈ ਇਟਸ ਆਲਵੇਜ਼ ਹਾਇਰ ਔਰ ਐਕਸਪੈਂਸਿਵ ਦੈਨ ਇੰਜਰੀ ਇੰਸ਼ੋਰੈਂਸ। ਇੰਜਰੀ ਇੰਸ਼ੋਰੈਂਸ ਇਜ਼ ਈਜ਼ੀਅਰ ਟੂ ਗੈਟ, ਸਿਕਨੈਸ ਇੰਸ਼ੋਰੈਂਸ, ਸਿਕਨੈਸ ਡਿਸੇਬਿਲਿਟੀ ਇੰਸ਼ੋਰੈਂਸ ਇਜ਼ ਲਿਟਲ ਡਿਫੀਕਲਟ ਟੂ ਗੈਟ ਐਂਡ ਐਕਸਪੈਂਸਿਵ ਐਸ ਵੈਲ। ਸੋ ਅਗੇਨ, ਜਿੱਦਾਂ ਮੈਂ ਕਿਹਾ ਕਿ ਥੋੜ੍ਹੀ ਟੈਕਨੀਕਲ ਚੀਜ਼ਾਂ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਬਹੁਤ ਇੱਕ ਡੀਪ ਪ੍ਰੋਡਕਟ ਹੈਗਾ, ਸਮਝਣਾ ਵੀ ਅਤੇ ਉਹਦਾ ਕਲੇਮ ਲੈਣਾ ਵੀ। ਸਭ ਤੋਂ ਜ਼ਿਆਦਾ ਲਿਟੀਗੇਸ਼ਨ ਜਿਹੜੀ ਆਉਂਦੀ ਹੈ ਸਤਨਾਮ ਜੀ, ਉਹ ਡਿਸੇਬਿਲਿਟੀ ਇੰਸ਼ੋਰੈਂਸ 'ਚ ਹੀ ਆਉਂਦੀ ਹੈ ਜ਼ਿਆਦਾਤਰ, ਇਸੇ 'ਤੇ ਕੁਐਸਚਨ ਪੁੱਛੇ ਜਾਂਦੇ। ਹਾਂਜੀ, ਕਿਉਂਕਿ ਹੁੰਦਾ ਕੀ ਹੈ, ਮੈਂ ਤੁਹਾਨੂੰ ਇਗਜ਼ਾਮਪਲ ਜਿਵੇਂ ਟਰੱਕਿੰਗ ਦਾ ਇਗਜ਼ਾਮਪਲ, ਹੁਣ ਜਿਵੇਂ ਡਿਸੇਬਿਲਿਟੀ ਕਹਿ ਦਾਂ ਕਿ ਮੇਰੀ ਪਿੱਠ ਦਰਦ ਹੁੰਦੀ ਹੈ ਅਤੇ ਮੈਂ ਟਰੱਕ ਨਹੀਂ ਚਲਾ ਸਕਦਾ ਜਾਂ ਮੈਂ ਆਫਿਸ ਦਾ ਕੰਮ ਕਰਦਾ, ਮੈਂ ਜ਼ਿਆਦਾ ਦਿਨ ਬਹਿ ਜ਼ਿਆਦਾ ਨਹੀਂ ਬਹਿ ਸਕਦਾ। ਹਾਂਜੀ, ਠੀਕ ਹੈ, ਅਤੇ ਮੈਂ ਕੰਮ ਨਹੀਂ ਕਰ ਸਕਦਾ, ਮੈਂ ਕੰਸੈਂਟਰੇਟ ਨਹੀਂ ਕਰ ਪਾ ਰਿਹਾ ਕੰਪਿਊਟਰ ਤੇ ਬੈਠਾ ਬੈਠਾ, ਇਟਸ ਅ ਡਿਸੇਬਿਲਿਟੀ। ਓਕੇ, ਠੀਕ ਹੈ, ਲੇਕਿਨ ਕੰਮ ਨਹੀਂ ਹੋ ਰਿਹਾ ਵੀ, ਕੰਮ ਨਹੀਂ ਹੋ ਰਿਹਾ ਹੁਣ, ਲੇਕਿਨ ਉਹ ਪ੍ਰੂਫ ਕਿੱਦਾਂ ਕਰੋਗੇ ਤੁਹਾਡੇ ਸਿਰ ਦਰਦ ਹੋ ਰਿਹਾ ਜਾਂ ਪਿੱਠ ਦਰਦ ਹੋ ਰਿਹਾ, ਇਟ ਹੈਜ਼ ਟੂ ਬੀ ਸਮ ਔਰਗੈਨਿਕ ਕੌਜ਼। ਓਕੇ, ਇਫ ਇੰਸ਼ੋਰੈਂਸ ਕਈ ਵਾਰ ਕੀ ਕਹਿੰਦੀ ਹੈ, ਡਿਪੈਂਡਿੰਗ ਅਗੇਨ ਔਨ ਯੂਰ ਲੈਵਲ ਆਫ ਵਰਕ, ਕਿ ਹਾਂ ਤੁਸੀਂ ਆਫਿਸ ਵਰਕਰ ਹੋ ਤੇ ਜਿਹੜੀ ਸੌਫਟ ਟਿਸ਼ੂ ਇੰਜਰੀਜ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਿੱਠ ਦਰਦ ਹੋ ਗਿਆ, ਸਪਰੇਨ ਐਂਡ ਸਟ੍ਰੇਨ ਹੋ ਗਿਆ, ਕਾਰਪਲ ਟਨਲ ਹੋ ਗਿਆ, ਇਸ ਤਰ੍ਹਾਂ ਦੀ ਜਿਹੜੀ ਸੌਫਟ ਟਿਸ਼ੂ ਇੰਜਰੀਜ਼ ਹੈ। ਜੀ ਜੀ ਜੀ। ਯੈਸ, ਇਫ ਯੂ ਆਰ ਅ ਆਫਿਸ ਵਰਕਰ, ਯੂਅਰ ਡਿਸੇਬਿਲਿਟੀ ਡਿਊ ਟੂ ਸੌਫਟ ਟਿਸ਼ੂ ਇੰਜਰੀਜ਼ ਵਿਲ ਬੀ ਕਵਰਡ, ਬਟ ਅਗੇਨ ਫਾਰ ਮੈਕਸਿਮਮ 6 ਮੰਥਸ ਔਰ 1 ਈਅਰ ਡਿਪੈਂਡਿੰਗ ਔਨ ਯੂਰ ਜੌਬ, ਜਿਹੜਾ ਤੁਸੀਂ ਲਿਆ ਵਾ। ਐਗਜ਼ੈਕਟਲੀ। If you are in a heavy construction job, chances of getting that kind of sickness or disease is higher. Higher hai ji. Ude ch sprain strain ho sakda. The risk bhi zyada hai. Risk bhi zyada hai. Insurance company kehndi hai ya to aap cover hi nahi karna. Haan ji. Ya aap cover karange to maximum 3 months le cover karna. Bilkul sahi hai ji. Theek hai, kyunki unhan nu pata hai ki haan banda construction ch kaam kar raha hai, bar bar unhu chukna pe raha hai, kuch chukna pe raha hai, te ide chances bahut zyada hai. Bilkul ji. Insurance company again kai var hun ਆਪਣੀ ਕਮਿਊਨਿਟੀ ਜਾਂਦਾ ਹੈ ਕਿ ਇੰਸ਼ੋਰੈਂਸ ਦਾ ਫਾਇਦਾ ਕੀ ਹੋਇਆ। ਹਾਂਜੀ, ਦੇਖੋ ਇੰਸ਼ੋਰੈਂਸ ਦਾ ਫਾਇਦਾ ਇਹ ਹੁੰਦਾ, ਇੰਸ਼ੋਰੈਂਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਾਲਿਸੀ ਲਿੱਤੀ ਹੈ ਤਾਂ ਐਵਰੀਥਿੰਗ ਵਿਲ ਬੀ ਕਵਰਡ। ਹਾਂਜੀ, ਓਨਲੀ ਥਿੰਗਸ ਦੈਟ ਇੰਸ਼ੋਰੈਂਸ ਕੰਪਨੀ ਵਾਂਟਸ ਯੂ ਟੂ ਗਿਵ, ਓਨਲੀ ਦੈਟ ਵਿਲ ਬੀ ਕਵਰਡ। ਇਹੀ ਤਾਂ ਆਪਣਾ ਮਕਸਦ ਹੈ ਇੱਥੇ ਇੱਥੇ ਗੱਲਬਾਤ ਕਰਨ ਦਾ, ਇਹੀ ਸਮਝਾਉਣ ਦਾ ਇੱਥੇ ਮਕਸਦ ਹੈ ਸਾਡਾ, ਵੀ ਐਟਲੀਸਟ ਸਾਡੇ ਜਿਹੜੇ ਸਰੋਤੇ ਦੇਖ ਰਹੇ ਆ ਉਹਨਾਂ ਨੂੰ, ਜੋ ਅਸੀਂ ਪ੍ਰੋਡਕਟ ਜੋ ਅਸੀਂ ਪਿਛਲੇ ਤਕਰੀਬਨ 37 ਮਿੰਟ ਤੋਂ ਬੋਲ ਰਹੇ ਹਾਂ, ਵੀ ਕੁਛ ਇੱਕ ਚੀਜ਼ ਸਮਝ ਆ ਜਾਵੇ, ਕੋਈ ਬੰਦਾ ਗਾਂਹ ਵਾਲਾ ਤੁਹਾਨੂੰ ਧੋਖਾ ਨਾ ਦੇ ਦੇਵੇ, ਤੁਸੀਂ ਇੰਨੇ ਕੁ ਪ੍ਰੋ ਆਪ ਬਣ ਜਾਓ ਕਿ ਤੁਹਾਨੂੰ ਉਸ ਚੀਜ਼ ਬਾਰੇ ਐਟਲੀਸਟ, ਜੇ ਆਪਾਂ ਕਹਿੰਦੇ ਨਾ ਵੀ ਟਮਾਟਰ ਚੱਜ ਦਾ ਕਿਵੇਂ, ਜੇ ਦੁਕਾਨ 'ਤੇ ਜਾਂਦੇ ਹੋ ਜੇ ਤੁਹਾਨੂੰ ਕੋਈ ਦੱਸ ਦੇਣਾ ਜੀ ਵੀ ਇਹੋ ਜਿਹਾ ਟਮਾਟਰ ਲੈਣਾ ਚਾਹੀਦਾ, ਇਹ ਟਮਾਟਰ ਵਧੀਆ ਹੁੰਦਾ ਵਾ, ਤਾਂ ਟ੍ਰੇਨਿੰਗ ਆ ਇਹ।
ਤੇ ਨੈਕਸਟ ਟਾਈਮ ਜਦ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਸੀਂ ਜੇ ਟਮਾਟਰ ਨੂੰ ਚੱਕੋਗੇ ਤਾਂ ਪਹਿਲਾਂ ਉਹਨੂੰ ਦੇਖੋਗੇ ਮੈਨੂੰ ਕਿਹੜੀਆਂ ਗੱਲਾਂ ਦੱਸੀਆਂ ਸੀ ਉਹਨੇ, ਫਿਰ ਜੋ ਸਾਰੀਆਂ ਗੱਲਾਂ ਮੈਚ ਹੋ ਗਈਆਂ ਇਹਦਾ ਮਤਲਬ ਟਮਾਟਰ ਵਧੀਆ ਆਪਾਂ ਬਾਏ ਕਰ ਲਾਂਗੇ। ਹੁਣ ਟਮਾਟਰ ਤੇ ਇੰਸ਼ੋਰੈਂਸ ਫਰਕ ਆ, ਲੇਕਿਨ ਅਵੇਅਰਨੈਸ ਦੇਣ ਦਾ ਮਤਲਬ ਇਹ ਆ ਵੀ ਤੁਹਾਨੂੰ ਉਸ ਪ੍ਰੋਡਕਟ ਦੀ ਜਾਣਕਾਰੀ ਪੂਰੀ ਹੋ ਜਾਵੇ। ਜਿਵੇਂ ਹੁਣ ਡਿਸੇਬਿਲਿਟੀ ਤੇ ਪਿਛਲੇ ਵੀਕ ਵੀ ਗੱਲ ਕੀਤੀ ਆ, ਹੁਣ ਵੀ ਗੱਲ ਕੀਤੀ ਆ, ਲੇਕਿਨ ਫਿਰ ਵੀ ਜੇ ਤੁਹਾਡੇ ਕੋਈ ਕੁਐਸਚਨ ਆ ਫਿਰ ਤੁਸੀਂ ਕਾਲ ਕਰ ਸਕਦੇ ਹੋ। ਦੇਖੋ ਜੀ, ਜਿੰਨੇ ਕੁਐਸਚਨ ਕਰੋਗੇ ਪੈਸੇ ਤੁਸੀਂ ਦੇਣੇ। ਹਾਂਜੀ, ਠੀਕ ਹੈ, ਤੁਹਾਡੇ ਡਾਲਰਸ ਖਰਚ ਹੋ ਰਹੇ ਨੇ, ਕਲੇਮ ਤੁਹਾਡਾ ਆਉਣਾ, ਡਿਨਾਈ ਹੋਇਆ ਤਾਂ ਤੁਹਾਡਾ ਹੋਣਾ, ਪ੍ਰੂਵ ਹੋਇਆ ਤਾਂ ਤੁਹਾਡਾ ਹੋਣਾ। ਇਹ ਤੁਹਾਡੀ ਬਹੁਤ ਐਜ਼ ਅ ਐਡਵਾਈਜ਼ਰ, ਐਜ਼ ਅ ਬ੍ਰੋਕਰ ਮੇਰੀ ਰਿਸਪੋਂਸੀਬਿਲਿਟੀ ਹੈ ਤੁਹਾਡਾ ਕੋਈ ਡਾਊਟ ਹੋਵੇ, ਤੁਹਾਡਾ ਕੋਈ ਕੁਐਸਚਨ ਹੋਵੇ ਉਹਨੂੰ ਕਲੀਅਰ ਕਰਨਾ, ਅਤੇ ਅਪ ਫਰੰਟ ਸਾਰੀ ਇਨਫੋਰਮੇਸ਼ਨ ਜਿੰਨੀ ਮੈਂ ਦੇ ਸਕਦਾ ਉਹ ਦੇਣਾ। ਲੇਕਿਨ ਇਹ ਤੁਹਾਡਾ ਵੀ ਫਰਜ਼ ਹੈ ਕਿ ਤੁਸੀਂ ਉਸ ਇਨਫੋਰਮੇਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਮੈਨੂੰ ਹੋਰ ਕੁਐਸਚਨ ਪੁੱਛੋ, ਤੁਸੀਂ ਦੱਸੋ ਕਿ ਹਾਂ ਸਗਨ ਮੈਨੂੰ ਇਹ ਸਮਝ ਨਹੀਂ ਆਈ ਚੀਜ਼, ਇਹ ਕਿੱਦਾਂ ਹੋਏਗਾ ਜੇ ਕਲੇਮ ਆ ਗਿਆ। ਕੋਈ ਵੀ ਤੁਸੀਂ ਅਲਟੀਮੇਟਲੀ ਕਲੇਮ ਹੀ ਸਾਡਾ ਟਾਰਗੇਟ ਹੈ ਨਾ। ਦੇਖੋ, ਪੈਸੇ ਦੇਣੇ ਇੰਸ਼ੋਰੈਂਸ ਨੂੰ ਬਹੁਤ ਆਸਾਨ ਹੈ, ਮੁਸ਼ਕਿਲ ਕਦੋਂ ਆਉਂਦੀ ਹੈ ਜਦੋਂ ਕਲੇਮ ਆਉਂਦਾ, ਜਦੋਂ ਕਲੇਮ ਆਉਂਦਾ। ਇਹੀ ਆਪਣੀ ਮੈਂਟੈਲਿਟੀ ਹੈਗੀ ਹੈ, ਲੇਕਿਨ ਉਹ ਮੁਸ਼ਕਿਲ ਕਿਉਂ ਆਉਂਦੀ ਹੈ? ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਸੋਚਦੇ ਕੁਝ ਹੋਰ ਹੈ, ਬਾਏ ਕੁਝ ਹੋਰ ਕਰਦੇ ਹਾਂ। ਜਦੋਂ ਕੁਝ ਪ੍ਰੋਬਲਮ ਹੋ ਰਹੀ ਹੈ ਉਹ ਹੋਰ ਹੁੰਦੀ ਹੈ, ਅਸੀਂ ਫਿਰ ਕਲੇਮ ਫਿਰ ਉਹ ਤੇ ਭਾਲਦੇ ਹਾਂ। ਅਸੀਂ ਤੁਸੀਂ ਜਿਹੜੀ ਡਿਸੇਬਿਲਿਟੀ ਇੰਸ਼ੋਰੈਂਸ ਲਿੱਤੀ ਹੈ ਉਹ ਲਿੱਤੀ ਹੈ ਇੰਜਰੀ ਦੀ, ਹਾਂਜੀ, ਲੇਕਿਨ ਜਦੋਂ ਆਪਾਂ ਕਲੇਮ ਕਰਨਾ ਸਾਨੂੰ ਕੋਈ ਬਿਮਾਰੀ ਹੋ ਗਈ ਤਾਂ ਆਪਾਂ ਨੂੰ ਲੱਗਦਾ ਕਿ ਅੱਛਾ ਡਿਸੇਬਿਲਿਟੀ ਇੰਸ਼ੋਰੈਂਸ ਤਾਂ ਹੈਗੀ ਹੈ, ਤੁਹਾਡੀ ਡਿਸੇਬਿਲਿਟੀ ਇੰਸ਼ੋਰੈਂਸ ਸਿਰਫ ਇੰਜਰੀ ਦੀ ਹੈ, ਡਿਸੇਬਿਲਿਟੀ ਸਿਕਨੈਸ ਨਹੀਂ ਕਵਰ ਕੀਤੀ ਹੋਈ ਹੈ, ਸਿਕਨੈਸ ਨਹੀਂ ਕਵਰ ਕੀਤੀ। ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਅਵੇਅਰਨੈਸ ਹੋਵੇ ਕਿ ਜੋ ਤੁਸੀਂ ਬਾਏ ਕੀਤਾ ਉਹ ਕੀ ਕੀਤਾ, ਹਾਂਜੀ, ਅਤੇ ਕਿਹੜੇ ਸਰਕਮਸਟਾਂਸਿਸ ਵਿੱਚ ਕਲੇਮ ਕਵਰ ਹੋਏਗਾ ਜਾਂ ਨਹੀਂ ਹੋਏਗਾ। ਜੀ, ਹੋਰ ਆਪਾਂ ਗੋਇਲ ਸਾਹਿਬ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਕਿਉਂਕਿ ਆਪਾਂ ਡਿਸੇਬਿਲਿਟੀ ਨੂੰ ਹੁਣ ਬਾਲਾ ਨਹੀਂ ਖਿੱਚ ਸਕਦੇ ਕਿਉਂਕਿ ਨੈਕਸਟ ਵੀਕ ਆਪਾਂ ਕਿਸੇ ਹੋਰ ਪ੍ਰੋਡਕਟ ਦੀ ਗੱਲ ਕਰਨੀ ਹੈ, ਤਾਂ ਆਪਾਂ ਇਸ ਸੈਸ਼ਨ ਵਿੱਚ ਹੀ ਆਪਾਂ ਡਿਸੇਬਿਲਿਟੀ ਖਤਮ ਕਰਨੀ ਹੈ। ਕੋਈ ਇੰਪੋਰਟੈਂਟ ਗੱਲਾਂ ਦੱਸੋ ਜਿਹੜੇ ਆਮ ਜਲਦੀ ਕਿਤੇ ਮੂਹਰੇ ਆਉਂਦੀ ਨਹੀਂ ਗੀ। ਅਗੇਨ ਇਹੀ ਸਾਰੀਆਂ ਮੇਨ ਚੀਜ਼ਾਂ ਨੇ, ਇਹ ਤੋਂ ਇਲਾਵਾ ਇੱਕ ਹੋਰ ਚੀਜ਼ ਹੁੰਦੀ ਹੈ ਐਲੀਮੀਨੇਸ਼ਨ ਪੀਰੀਅਡ। ਹੁਣ ਕਈ ਵਾਰ ਕੀ ਹੁੰਦਾ ਕਿ ਐਲੀਮੀਨੇਸ਼ਨ ਪੀਰੀਅਡ ਦਾ ਮਤਲਬ ਕਿ ਜਦੋਂ ਤੁਹਾਡਾ ਕਲੇਮ ਆਇਆ, ਡਿਸੇਬਿਲਿਟੀ ਆਏ, ਇੰਸ਼ੋਰੈਂਸ ਕੰਪਨੀ ਪੁੱਛਦੀ ਹੈ ਕਿ ਅਸੀਂ ਤੁਹਾਡਾ ਬੈਨੀਫਿਟ ਕਦੋਂ ਸ਼ੁਰੂ ਕਰੀਏ, ਰਾਈਟ ਅਵੇ ਸ਼ੁਰੂ ਕਰ ਦਈਏ ਵਿਚ ਮੀਨਸ 0 ਡੇਜ਼ ਤੋਂ ਸ਼ੁਰੂ ਕਰ ਦਈਏ, ਜਾਂ 30 ਡੇਜ਼ ਤੋਂ ਬਾਅਦ ਸ਼ੁਰੂ ਕਰੀਏ, ਸਪੋਜ਼ ਸੋਰੀ 14 ਡੇਜ਼ ਤੋਂ ਬਾਅਦ ਸ਼ੁਰੂ ਕਰੀਏ, ਜਾਂ 30 ਡੇਜ਼ ਤੋਂ ਬਾਅਦ ਸ਼ੁਰੂ ਕਰੀਏ, ਜਾਂ 90 ਡੇਜ਼ ਤੋਂ ਬਾਅਦ ਸ਼ੁਰੂ ਕਰੀਏ। ਕਿਉਂਕਿ ਜਿੰਨਾ ਲੇਟ ਇੰਸ਼ੋਰੈਂਸ ਕੰਪਨੀ ਬੈਨੀਫਿਟ ਤੁਹਾਡਾ ਸ਼ੁਰੂ ਕਰੇਗੀ ਉਨਾ ਤੁਹਾਡਾ ਪ੍ਰੀਮੀਅਮ ਘੱਟ ਜਾਏਗਾ। ਅਤੇ ਆਪਣੀ ਕਮਿਊਨਿਟੀ 'ਚ ਕਈ ਵਾਰ ਕੀ ਹੁੰਦਾ ਕਿ ਹਾਂ ਜੀ ਸਾਡਾ ਬੈਨੀਫਿਟ ਜਿਹੜਾ ਹੈਗਾ 90 ਡੇਜ਼ ਬਾਅਦ ਸ਼ੁਰੂ ਕਰ ਦਿਉ ਜਾਂ 180 ਡੇਜ਼ ਬਾਅਦ ਸ਼ੁਰੂ ਕਰ ਦਿਉ। ਉਹਦਾ ਮਤਲਬ ਇਹ ਹੈ ਕਿ ਅੱਜ ਜੇ ਮੈਨੂੰ ਫ੍ਰੈਕਚਰ ਹੋਇਆ, ਪਹਿਲੇ 3 ਮਹੀਨੇ ਤਾਂ ਮੈਨੂੰ ਇੰਸ਼ੋਰੈਂਸ ਕੰਪਨੀ ਨੇ ਜੇ ਸਪੋਜ਼ ਮੈਂ 90 ਡੇਜ਼ ਦਾ ਐਲੀਮੀਨੇਸ਼ਨ ਪੀਰੀਅਡ ਚੂਜ਼ ਕੀਤਾ, ਐਲੀਮੀਨੇਸ਼ਨ ਪੀਰੀਅਡ ਦਾ ਮਤਲਬ ਪਹਿਲੇ ਜਿਹੜਾ ਪੀਰੀਅਡ ਤੁਸੀਂ ਚੂਜ਼ ਕੀਤਾ ਉਸ ਪੀਰੀਅਡ ਵਿੱਚ ਤੁਹਾਨੂੰ ਇੰਸ਼ੋਰੈਂਸ ਕੰਪਨੀ ਨੇ ਕਲੇਮ ਨਹੀਂ ਦੇਣਾ। ਸੋ ਸਪੋਜ਼ ਜੇ ਮੈਂ 90 ਡੇਜ਼ ਦਾ ਪੀਰੀਅਡ ਚੂਜ਼ ਕੀਤਾ ਅਤੇ ਉਹ ਪਹਿਲੇ 3 ਮਹੀਨੇ ਇੰਸ਼ੋਰੈਂਸ ਕੰਪਨੀ ਨੇ ਕੋਈ ਪੈਸੇ ਨਹੀਂ ਦੇਣੇ, ਜੇ ਮੈਨੂੰ ਅੱਜ ਫ੍ਰੈਕਚਰ ਹੋਇਆ, ਫ੍ਰੈਕਚਰ ਨੋਰਮਲੀ ਹੀਲ ਵਿਦ ਇਨ 2 to 3 ਮੰਥਸ, ਉਸ ਤੋਂ ਬਾਅਦ ਫਿਜ਼ੀਓਜ਼ ਦੀ ਲੋੜ ਪੈਂਦੀ ਹੈ, ਉਹ ਚੀਜ਼ਾਂ ਅਲੱਗ ਨੇ ਜਿਹੜੀ, ਲੇਕਿਨ ਨੋਰਮਲ ਜਿਹੜਾ ਬੇਸਿਕ ਹੀਲਿੰਗ ਪੀਰੀਅਡ ਹੈ ਉਹ 90 ਡੇਜ਼ ਟੂ 120 ਡੇਜ਼ ਵਿੱਚ ਹੀ ਹੁੰਦਾ। ਉਹਦਾ ਤੁਹਾਡਾ ਐਲੀਮੀਨੇਸ਼ਨ ਪੀਰੀਅਡ ਆ ਗਿਆ ਅਤੇ ਉਸ ਤੋਂ ਬਾਅਦ ਫ੍ਰੈਕਚਰ ਹੀਲ ਹੋ ਗਿਆ ਅਤੇ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਕਹਿੰਦੇ ਹੋ ਕਿ ਹਾਂ ਮੈਨੂੰ ਹੁਣ ਕਲੇਮ ਦਿਉ, ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਤੁਹਾਡੀ ਡਿਸੇਬਿਲਿਟੀ ਖਤਮ ਹੋ ਗਈ, ਹੁਣ ਤਾਂ ਫ੍ਰੈਕਚਰ ਹੀ ਠੀਕ ਹੋ ਗਿਆ, ਤੁਸੀਂ ਠੀਕ ਹੋ ਗਏ, ਹੁਣ ਕੋਈ ਕਲੇਮ ਹੀ ਨਹੀਂ ਬਣਦਾ। ਤਾਂ ਇਟਸ ਵੈਰੀ ਇੰਪੋਰਟੈਂਟ ਸਮਟਾਈਮਸ ਕਿ ਤੁਸੀਂ ਐਲੀਮੀਨੇਸ਼ਨ ਪੀਰੀਅਡ ਕਿਹੜਾ ਚੂਜ਼ ਕਰਨਾ। ਉਹ ਚੂਜ਼ ਕਰਨ ਦਾ ਤਰੀਕਾ ਪਹਿਲਾਂ ਇਹ ਦੇਖੋ ਕਿ ਅੱਜ ਤੁਹਾਡੇ ਕੋਲ ਸੇਵਿੰਗ ਕਿੰਨੀ ਹੈ, ਅੱਜ ਜੇ ਤੁਹਾਡੀ ਡਿਸੇਬਿਲਿਟੀ ਹੋ ਜੇ ਤੁਸੀਂ ਕੰਮ 'ਤੇ ਨਹੀਂ ਜਾ ਸਕਦੇ, ਤੁਸੀਂ ਕਿੰਨੇ ਦਿਨ ਸਰਵਾਈਵ ਕਰ ਸਕਦੇ ਹੋ ਆਪਣੀ ਪੇ ਤੋਂ ਇਲਾਵਾ। ਸੋ ਸਪੋਜ਼ ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਂ ਤਾਂ ਪੇ ਚੈੱਕ ਟੂ ਪੇ ਚੈੱਕ ਜਾ ਰਿਹਾ, ਸਟਾਰਟ ਯੂਅਰ ਬੈਨੀਫਿਟ ਰਾਈਟ ਵੇ, ਰਾਈਟ ਵੇ ਮੈਂ 0 ਡੇਜ਼ ਵੀ ਨਹੀਂ ਕਹਿੰਦਾ, ਐਟਲੀਸਟ ਗਿਵ ਇਟ ਅ ਪੀਰੀਅਡ ਆਫ 14 ਡੇਜ਼। 0 ਡੇਜ਼ ਦਾ ਮਤਲਬ ਹੈ ਤੁਹਾਡਾ ਜਿਹੜਾ ਬੈਨੀਫਿਟ ਹੈ ਉਹ ਰਾਈਟ ਵੇ ਸ਼ੁਰੂ ਹੋ ਜਾਏ, ਬਟ ਪ੍ਰੈਕਟੀਕਲੀ 0 ਡੇਜ਼ ਤੋਂ ਕੋਈ ਬੈਨੀਫਿਟ ਸ਼ੁਰੂ ਹੋ ਹੀ ਨਹੀਂ ਸਕਦਾ। ਤੁਸੀਂ ਕਲੇਮ ਰਿਪੋਰਟ ਕਰੋਗੇ, ਉਹ ਕਲੇਮ ਦਾ ਫੋਰਮ ਭੇਜਣਗੇ, ਤੁਸੀਂ ਡਾਕਟਰ ਕੋਲ ਜਾਓਗੇ, ਡਾਕਟਰ ਫੋਰਮ ਭੇਜੇਗਾ, ਇਹ ਸਾਰਾ ਕੁਝ ਕਰਨ ਕਰਾਉਣ 'ਚ ਕਰੀਬਨ 2 ਹਫ਼ਤੇ ਲੱਗ ਜਾਂਦੇ ਨੇ। ਅਤੇ ਮੈਂ ਨੋਰਮਲੀ ਸੁਜੈਸਟ ਕਰਦਾ ਆਪਣੇ ਕਲਾਇੰਟਸ ਨੂੰ ਕਿ ਐਟਲੀਸਟ 14 ਡੇਜ਼ ਦਾ ਐਲੀਮੀਨੇਸ਼ਨ ਪੀਰੀਅਡ ਤੁਸੀਂ ਜ਼ਰੂਰ ਪਾਓ, ਤਾਂ ਕਿ ਸਾਰਿਆਂ ਕੋਲ ਇੰਨਾ ਕੁ ਟਾਈਮ ਹੋਵੇ, ਤੁਹਾਡਾ ਕਲੇਮ ਉਹਨਾਂ ਨੂੰ ਸਟੱਡੀ ਕਰਨ ਦਾ ਵੀ ਟਾਈਮ ਹੋਵੇ, ਉਹ ਜਿਹੜਾ ਪੇਪਰ ਵਰਕ ਮੰਗਦੇ ਨੇ ਉਹ ਵੀ ਪੇਪਰ ਵਰਕ ਵੀ ਲੈ ਸਕਣ। ਅਤੇ ਅਗੇਨ ਤੁਸੀਂ ਦੇਖੋ ਜੇ ਤੁਹਾਡੇ ਕੋਲ ਸੇਵਿੰਗ ਹੈਗੀ ਹੈ ਕਿ ਹਾਂ ਮੇਰੇ ਕੋਲ ਇੰਨੇ ਕੁ ਪੈਸੇ ਪਏ ਨੇ ਕਿ ਮੈਂ 3 ਮਹੀਨੇ ਕੱਢ ਸਕਦਾ, ਦੈਨ ਯੂ ਚੂਜ਼ 3 ਮੰਥਸ ਆਫ ਐਲੀਮੀਨੇਸ਼ਨ ਪੀਰੀਅਡ। ਹੁਣ ਕੋਈ ਕਹਿੰਦਾ ਕਿ ਹਾਂ ਮੇਰੇ ਕੋਲ ਇੰਨੇ ਕੁ ਪੈਸੇ ਪਏ ਨੇ ਕਿ 6 ਮਹੀਨੇ ਮੇਰੇ ਆਰਾਮ ਨਾਲ ਨਿਕਲ ਸਕਦੇ ਨੇ, ਦੈਨ ਚੂਜ਼
6 ਮੰਥਸ ਆਫ ਐਲੀਮੀਨੇਸ਼ਨ ਪੀਰੀਅਡ, ਉਹਦੇ ਨਾਲ ਤੁਹਾਡਾ ਪ੍ਰੀਮੀਅਮ ਵੀ ਘਟ ਜਾਏਗਾ ਪਲੱਸ ਤੁਸੀਂ ਸੈਲਫ ਇੰਸ਼ੋਰ ਕਰ ਰਹੇ ਹੋ ਆਪਣੇ ਨੂੰ ਪਹਿਲੇ 6 ਮੰਥਸ ਵਾਸਤੇ. ਸੋ ਐਲੀਮੀਨੇਸ਼ਨ ਪੀਰੀਅਡ ਇਜ਼ ਅਨਦਰ ਇੰਪੋਰਟੈਂਟ ਥਿੰਗ ਦੈਟ ਯੂ ਨੀਡ ਟੂ ਟੇਕ ਕੇਅਰ ਆਫ. ਉਸ ਤੋਂ ਬਾਅਦ ਕਈ ਵਾਰ ਹੁੰਦਾ ਕਿ ਆਪਣੇ ਡਿਸਬਿਲਿਟੀ ਬੈਨੀਫਿਟਸ ਗਵਰਨਮੈਂਟ ਤੋਂ ਜਿਹੜੇ ਆਉਂਦੇ ਨੇ ਉਹ ਵੀ ਮਿਲ ਜਾਂਦੇ ਨੇ. ਕਈ EI ਸਿਕਨੈਸ ਬੈਨੀਫਿਟਸ ਇੱਕ ਹੁੰਦੇ ਨੇ, ਉਹ ਪਹਿਲੇ 16 ਵੀਕ ਕਈ ਕੰਪਨੀਜ਼ ਜੇ ਕਵਰ ਨਹੀਂ ਕਰਦੀਆਂ ਤੁਹਾਨੂੰ ਆਪਣੇ ਇੰਪਲੋਇਰ ਪਲਾਨਸ ਨਹੀਂ ਹੁੰਦੇ, ਯੂ ਆਰ ਆਟੋਮੈਟਿਕਲੀ ਕਵਰਡ ਬਾਈ ਗਵਰਨਮੈਂਟ. ਨੋਟ ਐਵਰੀ ਆਕੂਪੇਸ਼ਨ, ਸਮ ਆਕੂਪੇਸ਼ਨ. ਸਾਰੇ ਪ੍ਰੋਵਿੰਸ ਵਿੱਚ ਸੇਮ ਨਹੀਂ, ਸਾਰੇ ਪ੍ਰੋਵਿੰਸ ਨਹੀਂ, ਮੈਂ ਓਨਟੈਰੀਓ ਦੀ ਗੱਲ ਕਰ ਓਨਟੈਰੀਓ ਵਿੱਚ EI ਸਿਕਨੈਸ ਬੈਨੀਫਿਟਸ ਹੁੰਦੇ ਆ, ਉਹ ਕਰੀਬਨ 15 ਵੀਕ ਲਈ ਤੁਹਾਨੂੰ ਮਿਲਦੇ ਆ. ਓਕੇ, ਤੁਹਾਨੂੰ ਉਹ ਪਤਾ ਹੈ ਕਿ ਮੈਂ ਉਸ ਆਕੂਪੇਸ਼ਨ ਵਿੱਚ ਹੈਗਾ ਜੀ ਜੀ, 15 ਵੀਕ ਤੱਕ ਤਾਂ ਗਵਰਨਮੈਂਟ ਨੇ ਮੈਨੂੰ ਪੈਸੇ ਦੇ ਹੀ ਦੇਣੇ. ਠੀਕ ਹੈ ਜੀ. ਜਿਹੜਾ ਆਪਣਾ ਐਲੀਮੀਨੇਸ਼ਨ ਪੀਰੀਅਡ ਹੈ ਸਟਾਰਟਡ ਆਫਟਰ ਦੈਟ, 15 ਦਿਨਾਂ ਤੋਂ ਬਾਅਦ, 15 ਮਹੀਨਾ ਵੀਕ ਤੋਂ ਬਾਅਦ. ਓਕੇ, 15 ਵੀਕ ਤੋਂ ਬਾਅਦ. ਠੀਕ ਹੈ ਜੀ, ਕਿਉਂਕਿ 15 ਵੀਕ ਤੋਂ ਪਹਿਲਾਂ ਵੀ ਜੇ ਤੁਸੀਂ ਐਲੀਮੀਨੇਸ਼ਨ ਪੀਰੀਅਡ ਪਾ ਲਿਆ, ਇੰਸ਼ੋਰੈਂਸ ਕੰਪਨੀ ਨੇ ਕਹਿਣਾ ਅੱਛਾ ਤੁਹਾਨੂੰ ਗਵਰਨਮੈਂਟ ਤੋਂ ਪੈਸੇ ਮਿਲਦੇ ਆ, ਨਾਓ ਵੀ ਵਿਲ ਕੋਆਰਡੀਨੇਟ ਦੈਟ. ਹਾਂਜੀ ਹਾਂਜੀ, ਜਿਹੜੇ ਉਹਨਾਂ ਤੋਂ ਮਿਲਦੇ ਆ ਜੇ ਘਟਦੇ ਹੋਣਗੇ ਤਾਂ ਅਸੀਂ ਪਾਵਾਂਗੇ, ਜੇ ਘਟਦੇ ਹੋਣਗੇ ਤਾਂ ਆਪਾਂ ਪਾਵਾਂਗੇ. ਠੀਕ ਹੈ ਠੀਕ ਹੈ ਠੀਕ ਹੈ. ਤੇ ਉਸ ਤੋਂ ਉਹ ਕਰਨ ਤੋਂ ਬੈਟਰ ਇਹੀ ਹੈ ਕਿ ਤੁਸੀਂ ਸ਼ੁਰੂ ਹੀ 15 ਵੀਕ ਤੋਂ ਬਾਅਦ, 15 ਵੀਕ ਤੋਂ ਬਾਅਦ ਦੱਸ ਹੀ ਦਿਓ ਕੰਪਨੀ ਨੂੰ ਬਈ ਸਾਡਾ 15 ਵੀਕ ਕਵਰਡ ਆ. ਹਾਂ, ਤੇ 16 ਵੀਕ ਤੋਂ ਸਾਨੂੰ ਕਵਰ ਹੋ ਜੇ ਫਿਰ ਥੋੜੀ ਰਿਸਪੋਨਸਿਬਿਲਟੀ 15 ਵੀਕ ਤੋਂ ਬਾਅਦ ਚਲੀ, ਦੈਨ ਯੂ ਸਟਾਰਟ ਪੇਇੰਗ. ਬਿਲਕੁਲ ਸਹੀ, ਉਹਦਾ ਫਾਇਦਾ ਇਹ ਹੋਏਗਾ ਗਵਰਨਮੈਂਟ ਤੋਂ ਜਿਹੜੇ ਬੈਨੀਫਿਟ ਮਿਲਨੇ ਉਹ ਤਾਂ ਮਿਲ ਹੀ ਜਾਣੇ. ਹਾਂਜੀ ਹਾਂਜੀ, ਪਲੱਸ ਜਦੋਂ ਰੁਕ ਗਿਆ ਉਸ ਤੋਂ ਬਾਅਦ ਫਿਰ ਤੁਹਾਡੇ ਸ਼ੁਰੂ ਹੋ ਜਾਣੇ, ਪਲੱਸ ਤੁਹਾਡਾ ਪ੍ਰੀਮੀਅਮ ਘਟ ਗਿਆ. ਓਕੇ, ਕਿਉਂਕਿ ਜਿੰਨਾ ਤੁਸੀਂ ਲੰਬਾ ਐਲੀਮੀਨੇਸ਼ਨ ਪੀਰੀਅਡ ਪਾਉਂਗੇ ਉਹਨਾਂ ਤੁਹਾਡਾ ਪ੍ਰੀਮੀਅਮ ਘਟ ਜਾਣਾ. ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ. ਸੋ ਐਲੀਮੀਨੇਸ਼ਨ ਪੀਰੀਅਡ ਜਦੋਂ ਡਿਸੇਬਿਲਿਟੀ ਦਾ ਪਲਾਨ ਆਉਂਦਾ ਵਾ, ਇਹ ਬਿਲਕੁਲ ਧਿਆਨ ਨਾਲ ਪੂਰਾ ਇੱਕਦਮ ਘੋਖ ਕੇ ਫਿਰ ਹੀ ਤੁਸੀਂ ਸਾਈਨ ਕਰਨੇ ਆ. ਤਾਂ ਇਹ ਮੈਨੂੰ ਲੱਗਦਾ ਜ਼ਿੰਮੇਵਾਰੀ ਐਡਵਾਈਜ਼ਰ ਦੀ ਬਣਦੀ ਦੱਸਣੀ, ਦੋਨਾਂ ਦੀ ਐਡਵਾਈਜ਼ਰ ਦੀ ਵੀ ਬਣਦੀ ਹੈ, ਕਿਉਂਕਿ ਐਡਵਾਈਜ਼ਰ ਨੂੰ ਪੁੱਛਣਾ ਹੀ ਪੈਂਦਾ ਹੈ ਸਤਨਾਮ ਜੀ ਕਿ ਸਤਨਾਮ ਜੀ ਅੱਛਾ ਤੁਸੀਂ ਐਲੀਮੀਨੇਸ਼ਨ ਪੀਰੀਅਡ ਕਿੰਨਾ ਪਾਉਣਾ. ਓਕੇ, ਕਿਉਂਕਿ ਦਿਸ ਇਜ਼ ਅ ਮੈਂਡੇਟਰੀ ਥਿੰਗ, ਇਹ ਤੁਸੀਂ ਦੱਸਣਾ. ਮੈਨੂੰ ਲੱਗਦਾ ਜੀ ਕੋਈ ਨਹੀਂ ਪੁੱਛਦਾ, ਜੇ ਕੋਈ ਨਹੀਂ ਪੁੱਛਦਾ ਜੀ ਤੇ ਮੈਨੂੰ ਨਹੀਂ ਲੱਗਦਾ ਉਹ ਠੀਕ ਇੰਸ਼ੋਰੈਂਸ ਲੈ ਰਿਹਾ. ਮੈਨੂੰ ਜਦ ਤੱਕ ਮੇਰਾ ਖਿਆਲ ਆ ਬਈ ਐਲੀਮੀਨੇਸ਼ਨ ਪੀਰੀਅਡ ਵਾਲੇ ਹਜੇ ਤੱਕ ਮੈਨੂੰ ਨਹੀਂ ਪਤਾ. ਓਕੇ, ਕਿਉਂਕਿ ਸਾਨੂੰ ਜਿਹਨਾਂ ਨੇ ਪ੍ਰੋਡਕਟ ਦਿੱਤਾ ਵਾ ਅਸੀਂ ਉਹਨੂੰ ਇਉਂ ਨਹੀਂ ਕਹੋਗੇ ਵਧੀਆ ਦਿੱਤਾ ਜਾਂ ਨਹੀਂ ਦਿੱਤਾ, ਕਿਉਂਕਿ ਅਸੀਂ 12-15 ਸਾਲ ਪਹਿਲਾਂ ਦਿੱਤਾ ਸੀਗਾ. ਠੀਕ ਹੈ, ਪਰ ਐਲੀਮੀਨੇਸ਼ਨ ਪੀਰੀਅਡ ਵਾਲੇ ਉਹਨਾਂ ਨੇ ਨਹੀਂ ਗੱਲ ਕੀਤੀ. ਐਲੀਮੀਨੇਸ਼ਨ ਪੀਰੀਅਡ ਬਹੁਤ ਇੰਪੋਰਟੈਂਟ ਹੈ. ਐਲੀਮੀਨੇਸ਼ਨ ਪੀਰੀਅਡ ਦੇਖੋ, ਇੰਸ਼ੋਰੈਂਸ ਕੰਪਨੀ ਉਹ ਪੁੱਛਦੀ ਹੈ ਤੁਹਾਨੂੰ ਕਿ ਅੱਛਾ ਅਸੀਂ ਬੈਨੀਫਿਟ ਤਾਂ ਦੇਵਾਂਗੇ, ਤੁਸੀਂ ਕਦੋਂ ਤੋਂ ਲੈਣਾ ਚਾਹੁੰਦੇ ਹੋ, ਰਾਈਟ ਅਵੇ ਸ਼ੁਰੂ ਕਰਨਾ ਹੈ ਕਿ ਤੁਸੀਂ 6 ਮਹੀਨੇ ਬਾਅਦ ਸ਼ੁਰੂ ਕਰਨਾ. ਬਿਲਕੁਲ ਸਹੀ ਗੱਲ ਹੈ ਜੀ. ਸੋ ਇਹ ਐਲੀਮੀਨੇਸ਼ਨ ਪੀਰੀਅਡ ਮਾਰਕ ਕਰ ਲਓ, ਜਦੋਂ ਵੀ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਹੋਣੀ ਆ ਤਾਂ ਇਸ ਟਾਈਮ ਬਾਰੇ ਜ਼ਰੂਰ ਗੱਲ ਕਰਨੀ ਹੈ. ਇਹ ਟਾਈਮ ਐਡਵਾਈਜ਼ਰ ਘੱਟ ਦੱਸੂਗਾ, ਤੁਹਾਨੂੰ ਆਪ ਜ਼ਿਆਦਾ ਪਤਾ ਹੋਣਾ ਚਾਹੀਦਾ ਵੀ ਮੈਂ ਐਲੀਮੀਨੇਸ਼ਨ ਕਿੰਨੀ ਕੁ ਕਰ ਸਕਦਾ ਵਾ, ਜਾਂ ਅਸੀਂ ਜਿਹਨੂੰ ਐਲੀਮੀਨੇਸ਼ਨ ਕਹਿੰਦੇ ਡਿਪੈਂਡ ਕਰਦਾ ਕਿ ਹਾਂ ਮੈਂ ਕਿੰਨਾ ਕੁ ਪੀਰੀਅਡ ਆਪਣੀ ਇਨਕਮ ਤੋਂ ਜਾਂ ਆਪਣੀ ਸੇਵਿੰਗਸ ਤੋਂ ਕੱਢ ਸਕਦਾ. ਜੇ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਤਾਂ ਮੈਂ ਪੇ ਚੈੱਕ ਟੂ ਪੇ ਚੈੱਕ ਹੈ, ਮੈਂ ਨਹੀਂ ਅਫੋਰਡ ਕਰ ਸਕਦਾ 3 ਮਹੀਨੇ, ਰਾਈਟ ਵੇ ਫਿਰ ਹੈ ਨਾ, ਡੂ ਇਟ ਰਾਈਟ ਵੇ. ਤਾਂ ਫਿਰ ਉਹ ਜਿਵੇਂ ਗੱਡੀ ਵਿੱਚ ਕਹਿੰਦੇ ਕਾਰਾਂ ਵਿੱਚ ਐਕਸੀਡੈਂਟ ਹੋ ਜਾਂਦਾ ਉਦੋਂ ਡਿਡਕਟੇਬਲ ਕਰਦੇ ਆ, ਤਾਂ ਇਹਨੂੰ ਆਪਾਂ ਡਿਡਕਟੇਬਲ ਨੂੰ ਮੰਨ ਸਕਦੇ ਹਾਂ. ਐਗਜ਼ੈਕਟ, ਲੇਕਿਨ ਇਹ ਡਿਡਕਟੇਬਲ ਦਾ ਹੁਣ, ਕਿਉਂਕਿ ਈਜ਼ੀਲੀ ਮੇਰੇ ਟਰੱਕ ਡਰਾਈਵਰ ਵੀਰ ਜਿੰਨੇ ਆ ਜਾਂ ਟੈਕਸੀ ਡਰਾਈਵਰ ਵੀਰ ਸੁਣਦੇ ਆ, ਉਹ ਇਸ ਡਿਡਕਟੇਬਲ ਵਰਡ ਨੂੰ ਸਮਝਦੇ ਆ. ਹਾਂਜੀ, ਹੁਣ ਇਸ ਨੂੰ ਅਸੀਂ ਡਿਸੇਬਿਲਿਟੀ ਵਿੱਚ ਐਲੀਮੀਨੇਸ਼ਨ ਪੀਰੀਅਡ ਕਰਕੇ ਜਾਣਨਾ ਵਾ. ਇਹ ਜ਼ਰੂਰੀ ਆ ਕਿ ਤੁਹਾਡਾ ਜਿਹੜਾ ਕੋਈ ਰੱਬ ਨਾ ਕਰੇ ਤੁਹਾਨੂੰ ਕੋਈ ਪ੍ਰੋਬਲਮ ਆਵੇ, ਵੀ ਤੁਹਾਡਾ ਬੈਨੀਫਿਟ ਕਿਸ ਟਾਈਮ ਤੋਂ ਸ਼ੁਰੂ ਹੋਣਾ ਚਾਹੀਦਾ, ਇਹ ਬਹੁਤ ਹੀ ਇੰਪੋਰਟੈਂਟ ਪਾਰਟ ਆ ਜੀ. ਇਸ ਕੇਸ ਤੁਸੀਂ ਕਹਿ ਲਓ ਕਿ ਯੂਰ ਟਾਈਮ ਪੀਰੀਅਡ ਇਜ਼ ਯੂਰ ਡਿਡਕਟੇਬਲ. ਹਾਂਜੀ, ਯੂਰ ਡਾਲਰਸ ਆਰ ਨਾਟ ਡਿਡਕਟੇਬਲ, ਡਾਲਰਸ ਨਾ, ਯੂਰ ਟਾਈਮ ਪੀਰੀਅਡ ਇਜ਼ ਯੂਰ ਡਿਡਕਟੇਬਲ. ਹਾਂਜੀ, ਕਿ ਉਹ ਜਿਹੜਾ 15 ਵੀਕ ਤੁਸੀਂ ਕਹੇ ਉਹ ਡਿਡਕਟ ਹੋਣੇ, ਜਿੰਨੇ ਵੱਧ ਵੀਕ ਹੋਣਗੇ ਉਹਨਾਂ ਤੁਹਾਡਾ ਪ੍ਰੀਮੀਅਮ ਘੱਟ ਹੋਊਗਾ. ਐਗਜ਼ੈਕਟਲੀ, ਉਹ ਬਹੁਤ ਇੰਪੋਰਟੈਂਟ ਚੀਜ਼ ਹੈ. ਸੋ ਹੋਰ ਕੁਝ ਕਦੀ ਵੀ ਕੁਝ ਹੁੰਦਾ ਡਿਸੇਬਿਲਿਟੀ ਇੰਸ਼ੋਰੈਂਸ ਅਗੇਂਸਟ ਸਪੈਸ਼ਲੀ ਸੈਲਫ ਇੰਪਲੋਇਡ ਜਿਹੜੇ ਲੋਕ ਨੇ, ਕੰਟਰੈਕਟਰਸ ਨੇ, ਉਹਨਾਂ ਲਈ ਬਹੁਤ 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 ਇੰਪੋਰਟੈਂਟ ਚੀਜ਼ ਹੈ. ਤੇ ਹਮੇਸ਼ਾ ਪ੍ਰੀਮੀਅਮ ਨਾ ਦੇਖਿਆ ਕਰੋ ਕਿ ਪ੍ਰੀਮੀਅਮ ਕਿੰਨਾ, ਪ੍ਰੀਮੀਅਮ ਦੇ ਨਾਲ ਇਹ ਦੇਖਿਆ ਕਰੋ ਕਿ ਸਾਨੂੰ ਵੈਲਿਊ ਕੀ ਮਿਲ ਰਹੀ ਹੈ, ਵੈਲਿਊ ਕੀ ਮਿਲ ਰਹੀ ਹੈ. ਇੱਕ ਹੋਰ ਬੜੀ ਚੀਜ਼ ਆਪਣੀ ਕਮਿਊਨਿਟੀ 'ਚ ਮੈਂ ਦੇਖਿਆ, ਮੇਰੇ ਖਿਆਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇਸ ਚੀਜ਼ ਦੀ, ਜਦੋਂ ਤੁਸੀਂ ਇਨਕਮ ਆਪਣੀ ਸ਼ੋਅ ਕਰਦੇ ਹੋ ਨਾ, ਤੁਹਾਡਾ ਜਿਹੜਾ ਬੈਨੀਫਿਟ ਹੈ, ਅਮਾਊਂਟ ਆਫ ਬੈਨੀਫਿਟ ਇਜ਼ ਡਿਪੈਂਡੈਂਟ ਔਨ ਦ ਇਨਕਮ ਯੂ ਅਰਨਡ. ਅੱਛਾ, ਇਕੁਅਲ ਟੂ ਆ ਦੋਨੋਂ. ਹਾਂਜੀ ਹਾਂਜੀ, ਜੇ ਤੁਸੀਂ ਕਹਿੰਦੇ ਹੋ ਇੰਸ਼ੋਰੈਂਸ ਕੰਪਨੀ ਨੂੰ ਕਿ ਮੈਂ ਮਹੀਨੇ ਦਾ 10,000 ਕਮਾਉਣਾ, ਹਾਂਜੀ, ਲੇਕਿਨ ਬੁੱਕਸ ਵਿੱਚ ਤੁਸੀਂ ਸ਼ੋ ਕਰਦੇ ਹੋ 1,000 ਜਾਂ 2,000, ਹਾਂਜੀ, ਤਾਂ 1,000 ਹੀ ਤੁਹਾਡੀ ਅਕਾਊਂਟੇਬਿਲਟੀ ਹੈ. ਇੰਸ਼ੋਰੈਂਸ ਕੰਪਨੀ ਨੇ ਕਹਿਣਾ ਜੋ ਤੁਸੀਂ ਲੀਗਲੀ ਦਿਖਾਉਂਦੇ ਹੋ, ਹਾਂਜੀ, ਉਹਦਾ 70% ਤੁਹਾਨੂੰ ਮਿਲਣਾ. ਬਿਲਕੁਲ ਸਹੀ ਗੱਲ ਹੈ ਜੀ. ਸੋ ਕਈ ਵਾਰ ਕੀ ਹੁੰਦਾ ਨਾ, ਅਸੀਂ ਜੇ ਅਸੀਂ ਕਮਾਉਣ ਵਾਲਾ ਵੀ ਅਸੀਂ ਲੱਖ ਤੱਕ ਕਮਾ ਲਈਏ, ਉਹ ਨਹੀਂ ਗਿਣਿਆ ਜਾਣਾ,
ਨੋਟਿਸ ਆਫ ਅਸੈਸਮੈਂਟ ਵਿੱਚ ਜਿੰਨੀ ਤੁਹਾਡੀ ਵੈਲਿਊ ਆ ਬਿਲਕੁਲ ਉਨੀ ਗਿਣੀ ਜਾਣੀ ਆ ਸਰਕਾਰ ਜੀ ਸਿਰਫ ਇਹ ਚੀਜ਼ ਮੈਂ ਇੱਕ ਹੋਰ ਵਾਰ ਸਟ੍ਰੈਸ ਕਰਨਾ ਚਾਹਾਂਗਾ ਪਲੀਜ਼ ਸਪੈਸ਼ਲੀ ਜਿਹੜੇ ਟਰੱਕਿੰਗ 'ਚ ਨੇ ਜਾਂ ਟੈਕਸੀ ਡਰਾਈਵਰ ਵੀਰ ਨੇ ਬੜੀ ਘੱਟ ਇਨਕਮ ਦਿਖਾਉਂਦੇ ਨੇ ਅਤੇ ਕਈ ਵਾਰ ਬੜੇ ਪ੍ਰਾਊਡਲੀ ਦੱਸਦੇ ਨੇ ਕਿ ਸਾਡੀ ਇਨਕਮ ਸਾਡੀ ਤਾਂ ਲੱਖ ਡਾਲਰ ਇਨਕਮ ਹੈ ਜੀ ਡੇਢ ਲੱਖ ਡਾਲਰ ਇਨਕਮ ਹੈ ਲੇਕਿਨ ਆਪਾਂ ਟੈਕਸ ਜਿਹੜਾ ਦੇਈਦਾ ਸਿਰਫ 20-25 ਤੇ ਬੜੀ ਪ੍ਰਾਊਡਲੀ ਦੱਸਦੇ ਨੇ ਜੀ ਮੈਨੂੰ ਕਈ ਵਾਰ ਬੋਲਣਾ ਮਤਲਬ ਮੈਨੂੰ ਕਈ ਵਾਰ ਸ਼ਰਮ ਵੀ ਆਉਂਦੀ ਹੈ ਕਿ ਕਿਉਂ ਇਹ ਇੰਨਾ ਐਡਵਰਟਾਈਜ਼ ਕਰ ਰਹੇ ਨੇ ਆਪਣੇ ਇੱਕ ਤਰ੍ਹਾਂ ਦੀ ਚੋਰੀ ਕਰ ਰਹੇ ਹੋ ਤੁਸੀਂ ਨਹੀਂ ਪਰ ਹੁਣ ਦੇਖੋ ਜੇ ਤੁਹਾਡੇ ਕੋਲ ਲੱਖ ਜੇ ਲੱਖ ਡਾਲਰ ਤੁਸੀਂ ਕਮਾਉਂਦੇ ਹੋ ਚਲੋ ਖਰਚੇ ਖੁਰਚੇ ਕੱਢ ਦਿੰਦੇ ਹੋ ਸਾਰੇ ਜਿਹੜੇ ਲੈਜਿਟਮੇਟ ਖਰਚੇ ਲੈਜਿਟ ਖਰਚੇ ਜਿਹੜੇ ਲੈਜਿਟ ਖਰਚ ਨੇ ਉਹ ਬਿਲਕੁਲ ਕੱਟਣੇ ਚਾਹੀਦੇ ਹਾਂਜੀ ਲੇਕਿਨ ਆਪਾਂ ਉਹ ਘੁਮਾ ਫਰਾ ਕੇ ਉਹ ਜਲੇਬੀ ਵਾਂਗੂ ਬਣਾ ਕੇ ਉਹ ਜਿਹੜੇ ਲੱਖ ਡਾਲਰ ਦਾ ਖਰਚਾ ਹੈਗਾ ਕਿਸੇ ਦਾ ਵੀ ਇੰਨਾ ਖਰਚਾ ਨਹੀਂ ਹੁੰਦਾ ਕਿ ਤੁਸੀਂ ਆਪਣੀ ਇਨਕਮ 25,000 ਦਿਖਾਓ ਮੈਂ ਦੱਸਾਂ ਜੀ 25,000 ਇਨਕਮ ਤੇ ਫਿਰ ਤੁਸੀਂ ਉਹਦਾ ਨੁਕਸਾਨ ਕੀ ਹੈ ਇੰਸ਼ੋਰੈਂਸ ਤਾਂ ਚਲੋ ਇੱਕ ਪਾਸੇ ਰਹਿ ਗਏ ਫਿਰ ਤੁਸੀਂ ਮੌਰਗੇਜਸ ਨਹੀਂ ਲੈ ਸਕਦੇ ਮੈਂ ਆਹੀ ਕੁਐਸਚਨ ਨੈਕਸਟ ਸੀਗਾ ਵੀ ਹੁਣ ਮੈਂ ਮੌਰਗੇਜਸ ਕਰਦੇ ਹਾਂ ਸਾਡੇ ਕੋਲ ਮੌਰਗੇਜਸ ਵਾਲੇ ਉਹਦੇ ਸਾਨੂੰ ਕਹਿੰਦੇ ਅਸੀਂ 80,000 ਕਮਾਉਂਦੇ ਹਾਂ ਅਸੀਂ ਇਹਨੂੰ ਕਹਿੰਦੇ ਭਾਅ ਜੀ ਤੁਹਾਡੇ ਨੋਟਿਸ ਆਫ ਅਸੈਸਮੈਂਟ ਸਿਰਫ 18,000 ਹੀ ਆ ਅਸੀਂ 18,000 ਹੀ ਇਨਕਮ ਆ ਤੁਹਾਡੀ ਅਤੇ ਉਹਦੇ ਉੱਤੇ ਸਾਨੂੰ ਮੌਰਗੇਜ ਮਿਲਣੀ ਹੈ ਇਹ ਗੱਲ ਨੂੰ ਆਪਾਂ ਧਿਆਨ ਨਾਲ ਸਮਝਣਾ ਪੈਣਾ ਵਾ ਸਿਰਫ ਘੱਟ ਇਨਕਮ ਦਿਖਾਉਣਾ ਜਿਹੜਾ ਹੈਗਾ ਬੈਨੀਫਿਸ਼ੀਅਲ ਨਹੀਂ ਹੈ ਇੰਸ਼ੋਰੈਂਸ ਆ ਗਿਆ ਤੁਹਾਡੇ ਡਿਸੇਬਿਲਿਟੀ ਇੰਸ਼ੋਰੈਂਸ ਮੌਰਗੇਜ ਦਾ ਇੱਕ ਹੋਰ ਜਿਹੜੀ ਚੀਜ਼ ਆਪਾਂ ਕਦੀ ਸੋਚਦੇ ਨਹੀਂ ਹੈਗੇ ਬਟ ਅਗੇਨ ਐਜ਼ ਐਨ ਐਡਵਾਈਜ਼ਰ ਆਈ ਮਸਟ ਐਡਵਾਈਜ਼ ਜਦੋਂ ਤੁਸੀਂ ਆਪਣੀ ਇਨਕਮ ਘੱਟ ਦਿਖਾਉਂਦੇ ਹੋ ਇਹਦਾ ਮਤਲਬ ਹੈ ਤੁਸੀਂ ਕੈਨੇਡਾ ਪੈਨਸ਼ਨ ਪਲਾਨ ਵਿੱਚ ਹਰ ਇੱਕ ਬੰਦਾ ਜੋ ਵੀ ਇੱਥੇ ਇਨਕਮ ਕਮਾਉਂਦਾ ਹੈ ਕੈਨੇਡਾ ਵਿੱਚ ਵੀ ਹੈਵ ਟੂ ਕੰਟਰੀਬਿਊਟ ਅਪਰੋਕਸੀਮੇਟਲੀ 5% ਇਨਟੂ ਕੈਨੇਡਾ ਪੈਨਸ਼ਨ ਪਲਾਨ ਅਤੇ ਜੇ ਤੁਸੀਂ ਇਨਕਮ ਆਪਣੀ 10,000 ਦਿਖਾਈਏ ਤਾਂ ਓਨਾ ਘੱਟ ਤੁਸੀਂ ਕੈਨੇਡਾ ਪੈਨਸ਼ਨ ਪਲਾਨ 'ਚ ਪਾਓਗੇ ਜੇ ਤੁਸੀਂ ਇਨਕਮ 100,000 ਦਿਖਾਈਏ ਤਾਂ ਮੈਕਸੀਮਮ ਜਿਹੜਾ ਉਹਦਾ ਜਿਹੜਾ ਹੈਗਾ ਕੈਨੇਡਾ ਪੈਨਸ਼ਨ ਪਲਾਨ 'ਚ 5% ਜਾਂਦਾ ਉਹ ਵੀ ਅਗੇਨ ਜੇ ਤੁਸੀਂ ਲੱਖ ਦੀ ਇਨਕਮ ਕਮਾਈਏ ਨੋਟ ਔਨ 100,000 ਅਤੇ ਅੱਜ ਦੀ ਸੋਰੀ 2017 ਦੀ ਜਿਹੜੀ ਇਨਕਮ ਹੈ ਮੈਕਸੀਮਮ ਤੁਹਾਡੀ 55,300 ਇਸ ਤੋਂ ਜ਼ਿਆਦਾ ਜੇ ਇਨਕਮ ਹੈ ਜੇ ਸਪੋਜ਼ ਤੁਹਾਡੀ 70,000 ਵੀ ਇਨਕਮ ਹੈ ਯੂ ਆਰ ਓਨਲੀ ਪੇਇੰਗ ਕੈਨੇਡਾ ਪੈਨਸ਼ਨ ਜਿਹੜੀ ਹੈਗੀ 55,300 ਅਤੇ ਉਸ ਤੋਂ ਐਕਸਟਰਾ ਇਨਕਮ 'ਤੇ ਤੁਸੀਂ ਕੋਈ CPP 'ਚ ਨਹੀਂ ਕੰਟਰੀਬਿਊਟ ਕਰਦੇ ਨਾ ਕਮਿੰਗ ਬੈਕ ਟੂ ਜੇ ਤੁਸੀਂ ਘੱਟ ਇਨਕਮ ਦਿਖਾਈਏ ਤੁਸੀਂ ਪੈਨਸ਼ਨ 'ਚ ਵੀ ਘੱਟ ਪੈਸੇ ਪਾ ਰਹੇ ਹੋ ਪੈਨਸ਼ਨ 'ਚ ਘੱਟ ਪੈਸੇ ਪਾ ਰਹੇ ਹੋ ਜਦੋਂ ਜਦੋਂ ਤੁਹਾਡੀ ਰਿਟਾਇਰਮੈਂਟ ਹੋਏਗੀ ਗਵਰਨਮੈਂਟ ਤੋਂ ਮਿਲਣਾ ਵੀ ਘੱਟ ਹੀ ਹੈ ਤੁਹਾਨੂੰ ਘੱਟ ਪੈਨਸ਼ਨ ਮਿਲਣੀ ਹੈ ਕਈ ਵਾਰ ਫਿਰ ਆਪਾਂ ਰਿਟਾਇਰਮੈਂਟ 'ਚ ਆ ਕੇ ਸੋਚਦੇ ਹਾਂ ਕਿ ਅੱਛਾ ਮੇਰੇ ਨਾਲ ਦਾ ਜਿਹੜਾ ਬੰਦਾ ਸੀਗਾ ਉਹਨੂੰ $1,000 ਮਿਲ ਰਿਹਾ ਤਾਂ ਮੈਨੂੰ ਸਿਰਫ $300 ਮਿਲ ਰਿਹਾ ਪੈਨਸ਼ਨ ਤੋਂ ਅਤੇ ਗਵਰਨਮੈਂਟ ਸਾਡੇ ਤੋਂ ਧੋਖਾ ਕਰਦੀ ਉਹ ਗਵਰਨਮੈਂਟ ਨਹੀਂ ਧੋਖਾ ਕਰਦੀ ਜਦੋਂ ਤੁਸੀਂ ਕਮਾਏ ਸੀਗੇ ਤੁਸੀਂ ਗਵਰਨਮੈਂਟ ਨੂੰ ਦੇ ਵੀ ਘੱਟ ਰਹੇ ਸੀ ਤਾਂ ਤੁਹਾਨੂੰ ਮਿਲੇਗਾ ਵੀ ਉਸ ਹਿਸਾਬ ਨਾਲ ਪ੍ਰਪੋਰਸ਼ਨਲੀ ਆਹੀ ਸਮਝਣਾ ਪੈਣਾ ਸਾਨੂੰ ਵੀ ਜਿਸ ਹਿਸਾਬ ਨਾਲ ਅਸੀਂ ਕੰਟਰੀਬਿਊਟ ਗਵਰਨਮੈਂਟ ਨੂੰ ਕਰਦੇ ਹਾਂ ਇਹੀ ਦੋਸ਼ ਗਵਰਨਮੈਂਟ ਨੂੰ ਨਹੀਂ ਦੇ ਸਕਦੇ ਜਿੰਨੀ ਸਾਡੀ ਕੰਟਰੀਬਿਊਸ਼ਨ ਸਾਨੂੰ ਓਨਾ ਹੀ ਹਿੱਸਾ ਮਿਲਣਾ ਵਾ ਜੀ ਡਿਸੇਬਿਲਿਟੀ ਵਿੱਚ ਹੋਰ ਆਪਾਂ ਕੁਇਕਲੀ 2-3 ਮਿੰਟ 'ਚ ਕਰਕੇ ਫਿਰ ਅਸੀਂ ਤੁਹਾਡੇ ਹੋਰ ਬਾਕੀ ਪ੍ਰੋਡਕਟ ਦੀ ਜਾਣਕਾਰੀ ਲੈਣੀ ਹੈ ਪੂਰੀ ਜੀ ਬੇਸਿਕਲੀ ਸਤਨਾਮ ਜੀ ਇਹੀ ਸਾਰੀਆਂ ਚੀਜ਼ਾਂ ਨੇ ਜਿੱਦਾਂ ਆਪਾਂ ਇਹਨੂੰ ਐਲੀਮੀਨੇਸ਼ਨ ਪੀਰੀਅਡ ਕਹਿ ਲਈਏ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੀ ਕਹਿੰਦੇ ਆਪਣਾ ਆਕੂਪੇਸ਼ਨ ਕਿਹੜੇ ਓਨ ਆਕੂਪੇਸ਼ਨ 2 ਸਾਲ ਬਾਅਦ ਡੈਫੀਨੇਸ਼ਨ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਹੈ ਚੇਂਜ ਹੋ ਜਾਂਦੀ ਹੈ ਐਨੀ ਆਕੂਪੇਸ਼ਨ 'ਚ ਉਸ ਤੋਂ ਬਾਅਦ ਕਿ ਟਾਈਮ ਪੀਰੀਅਡ ਕਿੰਨੇ ਪੀਰੀਅਡ ਲਈ ਤੁਸੀਂ ਬਾਏ ਕਰਨੀ ਹੈ ਇੱਕ ਡਿਸੇਬਿਲਿਟੀ ਆਪਣਾ ਐਕਸੀਡੈਂਟਲ ਆ ਐਕਸੀਡੈਂਟਲ ਜਾਂ ਸਿਕਨੈਸ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਹਦਾ ਪ੍ਰੀਮੀਅਮ ਆਬਵੀਅਸਲੀ ਜੇ ਤੁਸੀਂ ਸਿਕਨੈਸ ਤੇ ਇੰਜਰੀ ਦੋਨੋਂ ਲੈਣੀ ਹੈ ਤਾਂ ਪ੍ਰੀਮੀਅਮ ਉਹਦਾ ਜ਼ਿਆਦਾ ਹੋਏਗਾ ਜ਼ਿਆਦਾ ਹੋਊਗਾ ਡਬਲ ਹੋਊਗਾ ਅੰਡਰ ਰਾਈਟਿੰਗ ਵੀ ਉਹਦੀ ਡਿਫਰੈਂਟ ਹੋਏਗੀ ਡਿਫਿਕਲਟ ਹੋਏਗੀ ਬਟ ਅਗੇਨ ਜਿੰਨਾ ਤੁਸੀਂ ਯੰਗ ਏਜ ਵਿੱਚ ਲੈ ਸਕਦੇ ਹੋ ਜਦੋਂ ਤੱਕ ਤੁਹਾਨੂੰ ਕੋਈ ਇਸ਼ੂਜ਼ ਨਹੀਂ ਹੈਗੇ ਓਨੀ ਜਲਦੀ ਮਿਲ ਜਾਂਦੀ ਹੈ ਕਿਉਂਕਿ ਵਿਦ ਏਜ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਰਥਰਾਈਟਿਸ ਹੈਗਾ ਡਾਇਬੀਟੀਜ਼ ਹੈ ਬਲੱਡ ਪ੍ਰੈਸ਼ਰ ਹੈ ਅਸੀਂ ਕਈ ਵਾਰ ਇਹ ਚੀਜ਼ਾਂ ਮੰਨਦੇ ਨਹੀਂ ਹੈਗੇ ਇਹ ਬਿਮਾਰੀ ਵੀ ਹੈਗੀ ਮੈਂ ਕਈ ਵਾਰ ਹੁਣ ਟਰੈਵਲ ਇੰਸ਼ੋਰੈਂਸ ਦਾ ਐਗਜ਼ਾਮਪਲ ਦਿੰਦਾ ਕਈ ਵਾਰ ਆਪਣੇ ਕਲਾਇੰਟਸ ਨੂੰ ਪੁੱਛਣਾ ਕਿ ਤੁਹਾਡੇ ਪੇਰੈਂਟਸ ਨੂੰ ਕੋਈ ਪ੍ਰੋਬਲਮ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਜੀ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ ਹਾਂ ਬਲੱਡ ਪ੍ਰੈਸ਼ਰ ਤਾਂ ਬਹੁਤ ਪੁਰਾਣਾ ਹੈ ਠੀਕ ਹੈ ਬਲੱਡ ਪ੍ਰੈਸ਼ਰ ਨੂੰ ਡਾਇਬੀਟੀਜ਼ ਨੂੰ ਆਪਾਂ ਬਿਮਾਰੀ ਨਹੀਂ ਮੰਨਦੇ ਮੰਨਦੇ ਨਹੀਂ ਸਹੀ ਹੈ ਵਿਦ ਏਜ ਇਹ ਚੀਜ਼ਾਂ ਆਪਣੇ ਆਪ ਆ ਜਾਂਦੀਆਂ ਜਿੰਨੇ ਤੁਸੀਂ ਯੰਗ ਏਜ ਵਿੱਚ ਜਿੰਨੀ ਜਲਦੀ ਲੈ ਸਕਦੇ ਹੋ ਓਨੀ ਜਲਦੀ ਡਿਸੇਬਿਲਿਟੀ ਕੋਈ ਵੀ ਇੰਸ਼ੋਰੈਂਸ ਹੈ ਓਨਾ ਪ੍ਰੀਮੀਅਮ ਤੁਹਾਡਾ ਘੱਟ ਮਿਲ ਜਾਂਦਾ ਪਲੱਸ ਜਲਦੀ ਮਿਲ ਜਾਂਦੀ ਹੈ ਜੀ ਸੋ ਯੂ ਡੋਨਟ ਹੈਵ ਟੂ ਜੰਪ ਥਰੂ ਹੂਪਸ ਟੂ ਗੈਟ ਇਟ ਇੱਕ ਵਾਰ ਫੇਰ ਪ੍ਰੋਡਕਟ ਤੇ ਤੁਹਾਡੀ ਕੰਟੈਕਟ ਇਨਫੋਰਮੇਸ਼ਨ ਬਿਲਕੁਲ ਪ੍ਰੋਡਕਟ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਮੈਂ ਬ੍ਰੋਕਰੇਜ ਇਸ ਤਰ੍ਹਾਂ ਸੈੱਟ ਕੀਤੀ ਪਈ ਹੈ ਕਿ ਤੁਹਾਨੂੰ ਆਲਮੋਸਟ ਹਰ ਤਰ੍ਹਾਂ ਦਾ ਪ੍ਰੋਡਕਟ ਆਲਮੋਸਟ ਹਰ ਕੰਪਨੀ ਤੋਂ ਆਈ ਕੈਨ ਗੈਟ ਦੈਟ ਫੀ ਯੂ ਚਾਹੇ ਉਹ ਲਾਈਫ ਇੰਸ਼ੋਰੈਂਸ ਹੋਏ ਕ੍ਰਿਟੀਕਲ ਇਲਨੈਸ ਹੋਏ ਡਿਸੇਬਿਲਿਟੀ ਇੰਸ਼ੋਰੈਂਸ ਹੋਏ TFSAs, RRSPs, ਬੱਚਿਆਂ ਦੇ ਐਜੂਕੇਸ਼ਨ ਪਲਾਨ ਦੇ RESPs ਹੋਣ
ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਟੂ ਕੈਨੇਡਾ ਇੰਸ਼ੋਰੈਂਸ, ਇਹ ਸਾਰੀਆਂ ਸੇਵਾਵਾਂ ਮੈਂ ਪ੍ਰੋਵਾਈਡ ਕਰਦਾ. ਅਤੇ ਅਗੇਨ ਇਸ ਤੋਂ ਇਲਾਵਾ ਜਿਵੇਂ ਮੈਂ ਹਮੇਸ਼ਾ ਕਰਦਾ, ਪ੍ਰੋਡਕਟ ਇੱਕ ਅਲੱਗ ਚੀਜ਼ ਹੈ. ਯੂ ਵਿਲ ਆਲਵੇਜ਼ ਗੈਟ ਅ ਟਰਾਂਸਪੇਰੈਂਟ ਐਂਡ ਓਨੈਸਟ ਐਡਵਾਈਸ ਵਿਦ ਫੁੱਲ ਟਰਾਂਸਪੇਰੈਂਸੀ. ਤੁਹਾਨੂੰ ਕਦੀ ਵੀ ਤੁਸੀਂ ਕੋਈ ਪ੍ਰੋਡਕਟ ਲੈਂਦੇ ਹੋ ਅਤੇ ਤੁਸੀਂ ਆਪਣੇ ਫਰੈਂਡ ਨਾਲ ਕਦੀ ਕੰਪੇਅਰ ਕਰਨਾ ਚਾਹੋ ਅਤੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਹਾਂ ਮੈਨੂੰ ਇਸ ਚੀਜ਼ ਮੇਰੇ ਫਰੈਂਡ ਕੋ ਇਹ ਚੀਜ਼ ਬੈਟਰ ਹੈਗੇ. ਯੂ ਵਿਲ ਆਲਰੇਡੀ ਹੈਵ ਦਾ ਆਂਸਰ ਕਿ ਮੇਰੇ ਕੋਲ ਜੋ ਚੀਜ਼ ਪ੍ਰੋਡਕਟ ਮੇਰੇ ਕੋਲ ਹੈਗਾ ਉਹ ਮੇਰੇ ਫਰੈਂਡ ਵਾਲੇ ਤੋਂ ਮੈਂ ਕਿਉਂ ਜ਼ਿਆਦਾ ਪੇ ਕਰ ਰਿਹਾ ਅਤੇ ਕਿਉਂ ਬੈਟਰ ਹੈਗਾ. ਤੁਹਾਨੂੰ ਕਿਸੇ ਕੁਐਸਚਨਸ ਦੇ ਆਂਸਰ ਲੱਭਣ ਦੀ ਲੋੜ ਨਹੀਂ ਪਏਗੀ. ਅਤੇ ਜੇ ਕਦੀ ਲੋੜ ਪੈ ਵੀ ਜਾਂਦੀ ਹੈ ਤਾਂ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ. ਕੋਈ ਵੀ ਫਾਈਨੈਂਸ਼ੀਅਲ ਜਾਣਕਾਰੀ ਜੇ ਤੁਹਾਨੂੰ ਚਾਹੀਦੀ ਹੈ ਕਿਸੇ ਵੀ ਪ੍ਰੋਡਕਟ ਬਾਰੇ, ਯੂ ਕੈਨ ਆਲਵੇਜ਼ ਗਿਵ ਮੀ ਏ ਕਾਲ ਐਟ 416-277-1234. ਨਾਲੇ ਮੇਰੀ ਇੱਕ ਵੈਬਸਾਈਟ ਹੈਗੀ ਹੈ ਜੀ, beaverfinancial.ca. ਉਹਦੇ ਵਿੱਚ ਮੈਂ ਬੇਸਿਕ ਜਿਹੜੀ ਇਨਫੋਰਮੇਸ਼ਨ ਹੈ ਮੈਂ ਆਲਰੇਡੀ ਦਿੱਤੀ ਪਈ ਹੈ. ਤੁਸੀਂ ਮੇਰੇ ਨਾਲ ਫੇਸਬੁੱਕ ਪੇਜ 'ਤੇ ਜੁੜ ਸਕਦੇ ਹੋ, facebook.com/beaverfinancial ਜੇ ਤੁਸੀਂ ਸਰਚ ਕਰੋ. ਮੈਂ ਨੋਰਮਲੀ ਜਿਹੜੇ ਵੀ ਰੈਲੇਵੈਂਟ ਟੋਪਿਕਸ ਹੁੰਦੇ ਨੇ ਹਮੇਸ਼ਾ ਉਹ ਸ਼ੇਅਰ ਕਰਦਾ ਰਹਿੰਦਾ. ਬਿਲਕੁਲ ਜੀ. ਐਂਡ ਅਗੇਨ ਐਜ਼ ਆਈ ਸੈਡ, ਯੂ ਕੈਨ ਆਲਵੇਜ਼ ਰੀਚ ਮੀ ਐਟ 416-277-1234. ਸੋ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਿਆ ਜੀ? ਜ਼ਰੂਰ 647-933-1313 'ਤੇ ਕਾਲ ਕਰਕੇ ਦੱਸਣਾ. ਜੇ ਕਿਸੇ ਪ੍ਰੋਡਕਟ ਦੀ ਜਾਣਕਾਰੀ ਲੈਣੀ ਹੈ ਇੰਸ਼ੋਰੈਂਸ ਦੇ, ਇਨਵੈਸਟਮੈਂਟ ਦੇ, ਤਾਂ 416-270-1234 ਸ਼ਗੁਨ ਗੋਇਲ ਜੀ. ਸੋ ਅਗਲਾ ਪ੍ਰੋਗਰਾਮ ਹਿਮਾਚਲੀ ਦਰਪਣ, ਉਹ ਜਲਦੀ ਹੀ ਸ਼ੁਰੂ ਹੋ ਜੂਗਾ. ਇਹ ਦੇਖਣਾ ਤੁਸੀਂ ਜ਼ਰੂਰ ਨਾ ਭੁੱਲਣਾ. ਇਹਦੇ ਵਿੱਚ ਅੱਜ ਕਿਸੇ ਨਵੇਂ ਸ਼ਹਿਰ ਦੀ ਹਿਮਾਚਲ ਪ੍ਰਦੇਸ਼ 'ਚ ਗੱਲ ਕਰਨਗੇ ਅਰੁਣ ਅਤੇ ਭਾਗਿਆ, ਜਿਵੇਂ ਪਿਛਲੀ ਵਾਰ ਉਹਨਾਂ ਨੇ ਮੇਰਾ ਖਿਆਲ ਉਹਨਾਂ ਦੀ ਗੱਲ ਕੀਤੀ ਸੀਗੀ. ਸੋ ਉਹਨਾਂ ਤੋਂ ਬਾਅਦ ਅੱਜ ਦੇਖਦੇ ਹਾਂ ਜੀ ਹਿਮਾਚਲ ਪ੍ਰਦੇਸ਼ ਵਿੱਚ ਕਿਹੜਾ ਸ਼ਹਿਰ ਤੁਹਾਡੇ ਸੈਰ ਕਰਾਉਂਦੇ ਆ. ਸੋ ਉਸ ਪ੍ਰੋਗਰਾਮ ਹਿਮਾਚਲ ਤੋਂ ਬਾਅਦ ਫਿਰ ਅੱਜ ਪ੍ਰੋਗਰਾਮ ਹੈਗਾ ਜੀ ਕਲਾਸਿਕ ਲੈਜੈਂਡ, ਬਾਲੀਵੁੱਡ ਕਲਾਸਿਕ ਲੈਜੈਂਡ. ਪੁਰਾਣੇ ਪੁਰਾਣੇ ਗਾਣੇ ਤੁਹਾਨੂੰ ਸੁਣਾਵਾਂਗੇ ਜੀ, ਅਤੇ ਪੁਰਾਣੇ ਜਿਹੜੇ ਆ ਉਸ ਕਲਾਕਾਰ ਦੀ ਜੀਵਨੀ ਬਾਰੇ ਵੀ ਤੁਹਾਨੂੰ ਦੱਸਿਆ ਜਾਊਗਾ. ਪਾਰੁਲ ਵਰਮਾ ਸ਼ੋਅ ਲੈ ਕੇ ਆਉਣਗੇ. ਸੋ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਸਾਥ ਦਿਓ ਜਿਵੇਂ ਸਾਨੂੰ ਸਾਥ ਦਿੰਦੇ ਹੋ. ਸੋ ਜੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਦਿਓ. ਹਿਮਾਚਲੀ ਦਰਪਣ 5-7 ਮਿੰਟ ਬਾਅਦ ਪ੍ਰੋਗਰਾਮ ਸ਼ੁਰੂ ਹੋ ਜਾਂਦਾ. ਤਦ ਤੱਕ ਲਈ ਚਲੀ ਗੋਇਲ ਸਾਹਿਬ ਜੀ, ਚਲੋ ਜੀ ਚੱਲਦੇ ਹਾਂ ਜੀ. ਸਤਿ ਸ਼੍ਰੀ ਅਕਾਲ.